ਕਿਹੜੇ ਕਿਹੜੇ ਪਿੰਡਾਂ ਚੱਲ ਰਹੇ ਆ ਰਹੇ ਅਸੀਂ ਚਮਕੌਰ ਸਾਹਿਬ ਦੇ ਹਲਕੇ ਦੇ ਪਿੰਡ ਹੈ, ਰੰਗੀਆਂ ਆ, ਰਤਨਗੜ੍ਹ ਹੈ, ਮਰਿੰਡਾ ਸ਼ਹਿਰ ਜਾਣਾ ਹੈ, ਚਮਕੌਰ ਸਾਹਿਬ ਸ਼ਹਿਰ ਜਾਣਾ ਹੈ। ਮਲਵਿੰਦਰ ਸਿੰਘ ਕੰਗ ਹੋਣਾ ਦੇ ਨਾਲ ਚੱਲ ਰਹੇ ਅਸੀਂ ਅੱਜ, ਕਿਵੇਂ ਉਹਨਾਂ ਦੀ ਕੈਂਪੇਨਿੰਗ ਚੱਲਦੀ ਹੈ ਉਹ ਦਿਖਾਉਂਦੇ ਹਾਂ ਚੱਲ ਕੇ ਅੱਜ, ਆਓ ਚੱਲੀਏ। ਗੋਲਡੀ ਹੁਣੀ ਤੁਹਾਡੇ ਨਾਲ ਵੀ ਰਹੇ, ਤੁਹਾਡੇ ਵਿਰੋਧੀ ਵੀ ਰਹੇ ਆ, ਹੁਣ ਗੋਲਡੀ ਹੁਣੀ ਫਿਰ ਤੁਹਾਡੇ ਨਾਲ ਹੋ ਗਏ, ਹੁਣ ਤੁਹਾਡੀ ਪਾਰਟੀ 'ਚ ਆ ਗਏ। ਗੋਲਡੀ ਪੁਰਾਣਾ ਰਿਲੇਸ਼ਨ ਆ ਗੋਲਡੀ ਹੁਣਾਂ ਨਾਲ, ਤੁਹਾਡੇ ਦਲਵੀਰ ਗੋਲਡੀ ਨਾਲ? ਗੋਲਡੀ ਨੇ SD ਕਾਲਜ 'ਚ ਸੋਪੋ ਵੱਲੋਂ ਇਲੈਕਸ਼ਨ ਲੜੀ ਸੀ, ਪਰ ਜਦੋਂ ਯੂਨੀਵਰਸਿਟੀ ਦਾਖਲਾ ਲਿਆ ਤਾਂ ਗੋਲਡੀ ਦਾ ਦਾਖਲਾ ਮੈਂ ਕਰਵਾਇਆ ਸੀ, ਉਹਨੂੰ ਪੁੱਛ ਲਿਓ ਤੁਸੀਂ। ਜਦੋਂ ਯੂਨੀਵਰਸਿਟੀ 'ਚ ਵੀ ਗੋਲਡੀ ਸ਼ੁਰੂਆਤ 'ਚ ਆਇਆ, ਇੱਕ ਮਹੀਨਾ ਮੇਰੇ ਕੋਲ ਮੇਰੇ ਕਮਰੇ 'ਚ ਹੀ ਰਿਹਾ, ਜਦੋਂ ਉਹਦਾ ਦਾਖਲਾ ਨਹੀਂ ਹੋਇਆ ਜੀ, ਗਰਮੀਆਂ 'ਚ ਨਹੀਂ ਆ ਜਾਂਦੇ, ਜੂਨ 'ਚ ਆ ਜਾਂਦੇ ਵਿੱਚ। ਅਤੇ ਲੇਕਿਨ ਗੋਲਡੀ ਮਿਹਨਤੀ ਮੁੰਡਾ, ਇਹ 'ਚ ਕੋਈ ਦੋ ਰਾਏ ਨਹੀਂ, ਇੱਕ ਤਾਂ ਉਹ 'ਚ ਨਮਰਤਾ ਹੈ, ਇੱਕੋ ਮਿਹਨਤੀ ਹੈ। ਪੰਜਾਬ ਯੂਨੀਵਰਸਿਟੀ ਦੇ ਵਿੱਚ ਇਲੈਕਸ਼ਨ ਲੜਦੇ ਸੀਗੇ, ਪ੍ਰਧਾਨ ਵੀ ਰਹੇ ਹੋ, ਉਦੋਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸ਼ੁਰੂਆਤ ਵੇਲੇ ਵੀ ਕਿ ਕੁੜੀਆਂ ਦੇ ਵੋਟ ਮਲਵਿੰਦਰ ਕੰਗ ਹੋਣਾ ਨੂੰ ਬਹੁਤ ਪੈਂਦੇ ਸੀ, ਇਸ ਵਾਰ ਹੁਣ ਜਦੋਂ ਜਾ ਰਹੇ ਹੋ ਕਿ ਬੀਬੀਆਂ ਵੀ ਉਸੇ ਤਰੀਕੇ ਨਾਲ ਵੋਟ ਪਾਉਣਗੀਆਂ ਤੁਹਾਨੂੰ ਜਿਵੇਂ ਕੁੜੀਆਂ ਯੂਨੀਵਰਸਿਟੀ 'ਚ ਵੋਟਾਂ ਪਾਉਂਦੀਆਂ ਸੀ, ਉਵੇਂ ਕੰਗ ਹੋਣਾ ਨੂੰ, ਜਾਂ ਹਜ਼ਾਰ ਹਜ਼ਾਰ ਰੁਪਏ ਵਾਲੀ ਗੱਲਬਾਤ ਕਰਦੀਆਂ ਤੁਹਾਡੇ ਨਾਲ? ਕੁੜੀਆਂ ਦਾ ਸਤਿਕਾਰ ਕਰੋ ਅਤੇ ਉਹ ਵੀ ਇੱਜ਼ਤ ਕਰਦੀਆਂ, ਨੋ ਡਾਊਟ, ਬਹੁਤ ਮੈਨੂੰ ਉਹਨਾਂ ਦੀ ਸਪੋਰਟ ਹੁੰਦੀ ਸੀ ਕੁੜੀਆਂ ਦੀ, ਕਿਉਂਕਿ ਵੋਟ ਵੈਸੇ ਪਰਸੈਂਟੇਜ ਵੋਟ ਵੀ ਕੁੜੀਆਂ ਜ਼ਿਆਦਾ ਸੀ, ਪਰ ਮੈਨੂੰ ਤਾਂ ਐਵੇਂ, ਮੈਂ ਕਹਾਂ ਮੈਨੂੰ ਤਾਂ ਬਹੁਤ ਸਪੋਰਟ ਕਰਦੀ। ਫਾਦਰ ਸਾਹਿਬ ਮੇਰੇ ਕਹਿੰਦੇ ਹੁੰਦੇ, ਹੁਣ ਤੁਹਾਨੂੰ ਡੈਥ ਹੋ ਗਈ ਕਿ ਤੁਸੀਂ ਆਹ ਦੀ ਤਿਆਰੀ ਕਰੋ, IAS ਬਣੋ UPSC 'ਚ। ਫਾਦਰ ਸਾਹਿਬ ਨੂੰ ਸਾਡਿਆਂ ਨੂੰ ਹੁੰਦਾ ਸੀ ਚੰਗੇ ਪੜ੍ਹੋ, ਰਾਜਨੀਤੀ ਨਹੀਂ ਕਹਿੰਦੇ, ਮੈਨੂੰ ਉਹਨਾਂ ਨੇ ਕਿਹਾ ਹੋਇਆ, ਮੈਨੂੰ ਉਹਨਾਂ ਦੇ ਸ਼ਬਦ ਯਾਦ ਹੈ। ਮੈਂ ਪਲੇਅਰ ਸੀ ਨਾ, ਮੇਰੇ ਫਾਦਰ ਸਾਹਿਬ ਨੂੰ ਬੜਾ ਇਸ ਗੱਲ ਦਾ ਸ਼ੌਂਕ ਸੀ, ਬਾਸਕਟਬਾਲ ਐਕਚੁਅਲ 'ਚ ਗੇਮ ਪਾਪੂਲਰ ਨਹੀਂ ਹੁੰਦੀ, ਪਰ ਉਹਨਾਂ ਨੂੰ ਐਂ ਸ਼ੌਂਕ ਸੀ ਕਿਤੇ ਇਹਦਾ TV 'ਤੇ ਮੈਚ ਆਵੇ ਤਾਂ ਮੈਂ ਵੇਖਾਂ। ਪਰ ਵੇਖੋ ਪਰਮਾਤਮਾ, ਫਾਦਰ ਸਾਹਿਬ ਦੀ 2013 ਡੈਥ ਹੋ ਗਈ, ਅਤੇ ਉਸ ਤੋਂ ਬਾਅਦ ਵੇਖ ਲਓ ਮੈਂ ਰੋਜ਼ TV 'ਤੇ ਰਹਿੰਦਾ, ਪਰ ਉਹ ਵੇਖਣ ਵਾਲੇ ਨਹੀਂ ਗਏ। ਸਟੂਡੈਂਟ ਪੋਲੀਟਿਕਸ ਤੋਂ ਕਿੰਨੀ ਕੁ ਡਿਫਰੈਂਟ ਲੱਗਦੀ ਹੈ ਇਹ ਪੋਲੀਟਿਕਸ, ਕਿਉਂਕਿ ਉੱਥੇ ਤਾਂ ਚਲੋ ਦਾਇਰਾ ਲਿਮਿਟਡ ਹੁੰਦਾ, ਯੂਨੀਵਰਸਿਟੀ ਦੇ ਵਿੱਚ ਤੁਸੀਂ ਲੜਦੇ ਰਹੇ, ਪਰ ਹੁਣ ਤਾਂ ਬੜੇ ਪਿੰਡ ਘੁੰਮਣੇ ਪੈ ਰਹੇ ਤੁਹਾਨੂੰ? ਮੇਰੀ ਤਾਂ ਕਿਸਮਤ ਚੰਗੀ ਰਹੀ ਵੀ ਮੈਂ ਸੈਨੇਟ 'ਚ ਵੀ ਰਿਹਾ 8 ਸਾਲ, ਬਤੌਰ ਸਟੂਡੈਂਟ ਹੀ ਮੈਂ ਸੈਨੇਟ 'ਚ ਆ ਗਿਆ ਸੀ, ਉੱਥੇ ਜਿਹੜਾ ਹਾਊਸ ਸੀ ਉਹ ਬਹੁਤ ਇੰਟਲੈਕਚੁਅਲ ਲੋਕਾਂ ਦਾ ਸੀ। PU ਦੇ ਵਿੱਚ ਤੁਸੀਂ ਸਪੀਚ ਦਿੰਦੇ ਰਹੇ, ਇਸ ਚੀਜ਼ ਦਾ ਜ਼ਿਕਰ ਵੀ ਹੁੰਦਾ ਕਿ ਮਾਲਵਿੰਦਰ ਕੰਗ ਹੋਣਾ ਦੀ ਜਾਂ ਉਹਨਾਂ ਦੇ ਘੇਰੇ ਦੀ ਜਿਹੜੀ ਸਪੀਚ ਸੀ ਉਹ ਇਲੈਕਸ਼ਨ ਜਿਤਾ ਦਿੰਦੀ ਹੁੰਦੀ ਸੀ, ਕਿ ਇਲੈਕਸ਼ਨ ਯੂਨੀਵਰਸਿਟੀ ਵਾਲੇ ਜਿਤਾ ਦਿੰਦੀ ਸੀ, ਔਰ ਹੁਣ ਜਿਹੜੇ ਇਲੈਕਸ਼ਨ ਆ ਇਹਦੇ 'ਚ ਵੀ ਤੁਹਾਨੂੰ ਲੱਗਦਾ ਕਿ ਲੋਕਾਂ ਦੇ ਵਿੱਚ ਅਸਰ ਜਾ ਰਿਹਾ ਤੁਹਾਡੀਆਂ ਗੱਲਾਂ ਦਾ? ਗੱਲ ਸਹੀ ਆ ਵੀ ਜਦੋਂ ਓਪਨ ਡਿਬੇਟ ਹੁੰਦੀ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ, ਉਦਣ ਮੇਲਾ ਅਸੀਂ ਲੁੱਟ ਲੈਂਦੇ ਸੀ, ਕਿਉਂਕਿ ਅਸੀਂ ਸਾਰਾ ਸਾਲ ਕੰਮ ਕੀਤਾ ਹੁੰਦਾ, ਅਸੀਂ ਦਿਲੋਂ ਜਿਹੜਾ ਬੰਦਾ ਬੋਲਦਾ ਉਹ ਚੰਗਾ ਹੀ ਬੋਲਦਾ ਹੁੰਦਾ, ਅਸੀਂ ਦਿਲੋਂ ਬੋਲਦੇ ਸੀ, ਦਿਲੋਂ ਉਹੀ ਬੋਲੂਗਾ ਜਿਹੜਾ ਸੱਚਾ ਹੋਊ। ਪਹਿਲੀ ਵਾਰ ਮੈਨੂੰ ਭਾਸ਼ਣ ਦੇਣਾ ਪਿਆ ਕੁੜੀਆਂ ਦੇ ਹੋਸਟਲ, ਕਿਉਂ ਅੱਜ ਮੈਂ ਨਵਾਂ ਮੈਨੂੰ ਸਟੂਡੈਂਟ ਪੋਲੀਟਿਕਸ 'ਚ ਹੈ, ਉਹ PU 'ਚ, ਉਦੋਂ ਤਾਂ ਮੇਰੀਆਂ ਲੱਤਾਂ ਕੰਬਦੀਆਂ ਸੀ, ਉਦੋਂ ਤਾਂ ਮੈਂ ਮਤਲਬ ਇਸ ਹੱਦ ਤੱਕ ਸੰਗਦੇ ਸੀ ਅਸੀਂ ਵੀ ਪਿੰਡਾਂ 'ਚੋਂ ਆਏ, ਸਾਨੂੰ ਬੜੀ ਸੰਗ ਲੱਗਦੀ ਸੀ ਨਾ ਵੀ ਕੁੜੀਆਂ ਦੇ ਹੋਸਟਲ ਕਿਸ ਤਰ੍ਹਾਂ ਭਾਸ਼ਣ ਦੇਵਾਂਗੇ, ਤਾਂ ਮੈਨੂੰ ਯਾਦ ਹੈ ਮੈਂ ਤਾਂ ਬਾਹਰ ਛਡਾ ਕੇ ਭੱਜਿਆ ਸੀ ਪਹਿਲੀ ਵਾਰ ਉੱਥੋਂ ਵੀ ਮੈਂ ਨਹੀਂ ਭਾਸ਼ਣ ਪੁੱਛਣ ਦੇਣਾ, ਮੇਰੇ ਕੋਲ ਮੁੰਡਿਆਂ ਦੇ ਹੋਸਟਲ 'ਚ ਦਵਾ ਲਓ, ਇੱਥੇ ਨਹੀਂ ਦਿੱਤਾ ਜਾਣਾ। 360 ਡਿਗਰੀ 'ਤੇ ਕਿਵੇਂ ਘੁੰਮ ਗਏ ਤੁਸੀਂ? ਤੁਸੀਂ ਤਾਂ ਬਹੁਤ ਚੇਂਜ ਆਇਆ ਤੁਹਾਡੇ ਵਿੱਚ। ਮਿਹਨਤ ਕਰੀ ਜਾਓ ਰਾਤ ਦਿਨ ਤੁਸੀਂ, ਲੋਕ ਜਿਹੜੇ ਆ ਬਾਹਰ ਨਿਕਲ ਕੇ ਇਸ ਗੱਲ ਲਈ ਬੜੇ ਠੋਕ ਵਜਾ ਕੇ ਕਹਿ ਰਹੇ ਕਿ ਭਗਵੰਤ ਮਾਨ ਜੀ ਨੇ ਕੰਮ ਕੀਤਾ ਹੈ, ਇਸ ਕਰਕੇ ਤੁਹਾਨੂੰ ਵੋਟਾਂ ਪਾਉਣੀਆਂ ਔਰ ਮੋਦੀ ਦੀ ਤਾਨਾਸ਼ਾਹੀ ਨੂੰ ਵੀ ਖਤਮ ਕਰਨਾ। ਡਾਕਟਰ ਸਾਹਿਬ ਨੂੰ ਵੀ ਕਿਹਾ ਤਾ ਵੀ ਡਾਕਟਰ ਸਾਹਿਬ ਅਸੀਂ ਤਾਂ ਰਾਜਪੂਤ ਹੁੰਦੇ, ਬੰਦਾ ਬਹਾਦਰ ਵਾਲੀ ਕੌਮ ਆ, ਸਰਹੰਦ ਤੇ ਖਿੱਚ ਕੇ ਚੱਪੜ ਚਿੜੀ ਮਾਰਦੇ ਲਿਆਣ ਕੇ। ਹੋਰੀ ਡਾਕਟਰ ਸਾਹਿਬ ਮਾਹੌਲ ਪਿੰਡ ਕੀ ਕਹਿ ਰਹੇ ਨੇ? ਪਿੰਡ ਤਾਂ ਪੂਰਾ ਰਾਣਿਆਂ ਦਾ ਪਿੰਡ ਹੈ, ਇਹ ਕੋਈ ਇਹ ਰਾਣਾ ਖੜੇ ਸਾਡੇ ਬਰਾਬਰ ਸਾਰੇ ਨਾਲ ਬਿਲਕੁਲ ਦਿਲ ਖੋਲ ਕੇ ਜਿਹੜੇ ਟੱਬਰ ਰਾਜ ਕਰਦੇ ਰਹੇ ਨੇ ਤਾਂ ਤੰਗ ਸੀ, ਤਾਂ 22 'ਚ ਸਰਕਾਰ ਭਗਵੰਤ ਮਾਨ ਜੀ ਦੀ ਇਹਨਾਂ ਨੇ ਬਣਾਈ, ਵੱਡੇ ਮੈਂਡੇਟ ਨਾਲ ਬਣਾਈ, ਔਰ ਮਾਨ ਸਾਹਿਬ ਨੇ ਇਮਾਨਦਾਰੀ ਨਾਲ 2 ਸਾਲ 'ਚ ਕੰਮ ਕੀਤਾ। ਦੇਖੋ ਸਾਲ 2 ਹੀ ਹੋਏ,
ਕਾਂਗਰਸ ਕਿਹੜੇ ਮੂੰਹ ਨਾਲ ਵੋਟ ਮੰਗੂਗੀ ਭਾਈ? 2009 ਬਿੱਟੂ ਜਿਤਾਇਆ, 14 'ਚ ਭੱਜ ਗਿਆ, ਆਹ 19 'ਚ ਮਨੀਸ਼ ਤਿਵਾਰੀ ਜਿਤਾਇਆ। ਇਹ ਠੇਕਾ ਲਿਆ ਅਨੰਦਪੁਰ ਸਾਹਿਬ ਵਾਲਿਆਂ ਨੇ ਵੀ ਇਹਨਾਂ ਨੂੰ ਜਿਤਾਈ ਜਾਓ। ਪਤਾ ਨਹੀਂ ਕਿੱਥੋਂ ਲੱਭ ਲੱਭ ਕੇ ਨਮੂਨੇ ਲਿਆਉਂਦੇ ਆ, 5 ਸਾਲ ਬਾਅਦ ਭੱਜ ਲੈਂਦੇ ਆ। ਸਾਰੇ ਲੋਕ ਬੋਲ ਹੀ ਰਹੇ ਆ, ਕੋਈ ਵੜਿਆ ਨਹੀਂ ਕਦੀ। ਅਤੇ ਨਾਲੇ ਇਹਨਾਂ ਦੇ ਪਿਓ ਦਾ ਪਿੰਡ ਐਮ ਪੀ ਲੈਡ ਫੰਡ, ਲੋਕਾਂ ਦਾ ਪੈਸਾ ਲੋਕਾਂ 'ਤੇ ਲਾਉਂਦੇ। ਅਨੰਦਪੁਰ ਸਾਹਿਬ ਵਾਲਿਆਂ ਜਿਹੜੇ ਲੋਕਾਂ ਦੀ ਸਭ ਤੋਂ ਵੱਡੀ ਸ਼ਿਕਾਇਤ ਹੈ ਵੀ ਇੱਥੇ ਜਿਹੜੇ ਐਮ ਪੀ ਪਿੰਡ ਦੇ ਵਾਪਸ ਨਹੀਂ ਹੁੰਦੇ। ਇਸ ਗੱਲ ਦਾ ਮੈਂ ਵਾਅਦਾ ਕਰਦਾ ਵੀ ਮੈਂ ਵਾਰ ਵਾਰ ਉਹਨਾਂ ਕੋਲ ਆਊਂਗਾ, ਉਹਨਾਂ ਦੇ ਪਿੰਡਾਂ 'ਚ ਆਊਂਗਾ, ਜਦੋਂ ਉਹਨਾਂ ਨੂੰ ਜ਼ਰੂਰਤ ਹੋਊਗੀ ਉੱਥੇ ਮੌਜੂਦ ਰਹੂੰਗਾ ਸੁੱਖ ਦੁੱਖ 'ਚ, ਔਰ ਨੀਤੀਗਤ ਫੈਸਲੇ 'ਚ ਪਾਰਲੀਮੈਂਟ 'ਚ ਵੀ ਠੋਕ ਵਜਾ ਕੇ ਉਹਦੀ ਨੁਮਾਇੰਦਗੀ। ਭਗਵੰਤ ਮਾਨ ਹੁਣਾਂ ਦੀ ਸਰਕਾਰ ਦੇ 2 ਸਾਲ ਦੇਖ ਕੇ ਮਲਵਿੰਦਰ ਕੰਗ ਨੂੰ ਵੋਟਾਂ ਪੈਣਗੀਆਂ? ਭਗਵੰਤ ਮਾਨ ਜੀ ਦੀ ਸਰਕਾਰ ਦੇ 2 ਸਾਲਾਂ ਦੇ ਕੰਮਾਂ ਨੂੰ ਵੇਖ ਕੇ ਹੀ ਮੈਨੂੰ ਵੋਟਾਂ ਪੈਣਗੀਆਂ। ਇਹਨਾਂ ਪੰਜਾਂ ਦੇ ਵਿੱਚੋਂ ਮਲਵਿੰਦਰ ਕੰਗ ਨੂੰ ਹੀ ਕਿਉਂ ਚੁਣਨ ਲੋਕ? ਪਹਿਲੀ ਗੱਲ, ਬੀਜੇਪੀ ਦੀ ਅਤੇ ਨਫ਼ਰਤ ਦੀ ਰਾਜਨੀਤੀ ਦੇ ਪੈਰ ਲੱਗਣੇ ਨਹੀਂ ਪੰਜਾਬ ਦੇ। ਉਹਨਾਂ ਦਾ ਏਜੰਡਾ ਹੀ ਇਹ ਹੈ ਕਿ ਭਰਾਵਾਂ ਨੂੰ ਲੜਾ ਦਿਉ, ਭਾਈਚਾਰੇ ਦੇ ਨਾਲ ਉਹਦਾ ਸਕੋਪ ਹੀ ਖਤਮ। ਚੰਦੂ ਮਾਜਰੇ ਹੁਣਾਂ ਨੂੰ ਲੋਕਾਂ ਨੇ ਪਰਖ ਲਿਆ ਕਿਉਂਕਿ ਉਹਨਾਂ ਨੂੰ ਐਮ ਪੀ ਬਣਾਇਆ ਸੀ। ਇਹਨਾਂ 'ਤੇ ਦੋਸ਼ ਇਹ ਆ ਵੀ ਸਾਰਾ ਪੈਸਾ ਜਿਹੜਾ ਐਮ ਪੀ ਲੈਡ ਫੰਡ 'ਚ ਐਮ ਪੀ ਲੈਡ ਫੰਡ ਦਾ ਜਿਹੜਾ ਪੈਸਾ ਸੀ ਸ਼੍ਰੀ ਅਨੰਦਪੁਰ ਸਾਹਿਬ ਦਾ, ਉਹ ਪਟਿਆਲੇ ਲਾਇਆ ਕਿਉਂਕਿ ਪੁੱਤ ਨੂੰ ਐਮ ਐਲ ਏ ਸਾਫ਼ ਸੁਥਰੀ ਸਿਆਸਤ ਕੀਤੀ ਆ। ਜਦੋਂ ਪੰਜਾਬ ਨਾਲ ਖੜ੍ਹਨ ਦੀ ਲੋੜ ਸੀ ਉਦੋਂ ਬੀਜੇਪੀ ਨੂੰ ਲੱਤ ਮਾਰ ਕੇ ਆਏ ਹਾਂ, ਹੁਣ ਬੀਜੇਪੀ ਦੇ ਪੈਰਾਂ 'ਚ ਡਿੱਗਦੇ ਫਿਰਦੇ। ਜਿੰਨੇ ਅਕਾਲੀ ਬਾਕੀ ਕਾਂਗਰਸੀ ਇਹਨਾਂ ਨੂੰ ਇੰਨੀ ਲਾਲਚ ਹੈ ਸੱਤਾ 'ਚ ਰਹਿਣ ਦਾ, ਅਸੀਂ ਸੱਤਾ ਨੂੰ ਲੱਤ ਮਾਰ ਕੇ ਆਏ ਹਾਂ। ਬੀਜੇਪੀ ਨੂੰ ਤੁਸੀਂ ਉਸ ਵੇਲੇ 'ਤੇ ਵੇਲੇ ਛੱਡ ਕੇ ਜਦੋਂ ਕਿਸਾਨ ਅੰਦੋਲਨ ਬਹੁਤ ਪੀਕ ਦੇ ਉੱਪਰ ਸੀ, ਤੁਸੀਂ ਡੈਜ਼ੀਗਨੇਸ਼ਨ ਵੀ ਸੀ ਤੁਹਾਡੇ ਕੋਲ, ਤੁਸੀਂ ਆਪਦਾ ਅਹੁਦਾ ਛੱਡ ਕੇ ਔਰ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ। ਅੱਜ ਤੁਸੀਂ ਉਸੇ ਜਿਹੜੀ ਬੀਜੇਪੀ ਨਾਲ ਰਹੇ ਹੋ ਲੰਬਾ ਸਮਾਂ, ਉਹਦੇ 'ਤੇ ਬਹੁਤ ਵਰਦੇ ਹੋ, ਤੁਸੀਂ ਕਹਿੰਦੇ ਹੋ ਕਿ ਮੋਦੀ ਹੁਣੀ ਤਾਨਾਸ਼ਾਹੀ ਰਾਜ ਲਿਆ ਦੇਣਗੇ, ਤੁਹਾਨੂੰ ਲੱਗਦੀ ਹੈ ਗੱਲ? ਤੁਸੀਂ ਵਿੱਚ ਵੀ ਰਹੇ ਹੋ, ਤੁਸੀਂ ਤਾਂ ਬਹੁਤ ਬਿਹਤਰ ਜਾਣਦੇ ਹੋ। 14 ਤੋਂ ਪਹਿਲੀ ਬੀਜੇਪੀ ਸੀ ਜਿਹੜੀ ਅਟਲ ਬਿਹਾਰੀ ਵਾਜਪੇਈ ਜੀ ਦੀ। ਮੈਂ ਭਾਸ਼ਣਾਂ 'ਚ ਵੀ ਕਹਿੰਦਾ, ਮੈਂ ਤੁਹਾਡੇ ਸਾਹਮਣੇ ਨਹੀਂ ਕਹਿ ਰਿਹਾ, ਮੇਰੇ ਕਈ ਭਾਸ਼ਣਾਂ 'ਚ ਮੈਂ ਜ਼ਿਕਰ ਕੀਤਾ ਚੰਗੇ ਲੀਡਰ ਵੀ ਹੋਏ ਇਸਦੇ 'ਚ। ਲੇਕਿਨ 14 ਤੋਂ ਬਾਅਦ ਤਾਂ ਇਹਨਾਂ ਨੇ ਤਾਨਾਸ਼ਾਹੀ ਰਵੱਈਆ ਅਪਣਾ ਲਿਆ, ਘੱਟ ਗਿਣਤੀਆਂ ਦੇ ਖਿਲਾਫ ਜਿਸ ਤਰੀਕੇ ਨਾਲ ਅੱਤਿਆਚਾਰ ਕੀਤਾ। ਚੀਜ਼ ਨੂੰ ਲੈ ਕੇ ਇਮੋਸ਼ਨਲ ਹੋ ਜਾਂਦੇ ਹੋ, ਕਦੇ ਸੋਚਦੇ ਹੋ ਕਿਸੇ ਚੀਜ਼ ਨੂੰ ਲੈ ਕੇ? 100 ਕਰੋੜ ਦਾ ਮਾਲਕ ਸੀ, ਉਹ ਵੀ ਕਹਿੰਦਾ ਮੇਰਾ ਬੱਚਾ ਬਾਹਰ ਹੈ, ਜਿਹੜਾ 100 ਰੁਪਈਆ ਦਿਹਾੜੀ ਕਮਾਉਂਦਾ ਉਹ ਵੀ ਕੋਸ਼ਿਸ਼ ਹੈ ਵੀ ਮੇਰਾ ਬੱਚਾ ਬਾਹਰ ਚਲੇ ਜਾਵੇ। ਮੇਰੇ ਮਨ 'ਚ ਕਈ ਵਾਰ ਬੜਾ ਆਉਣਾ ਯਾਰ, ਸਾਰੇ ਚਲੇ ਜਾਵਾਂਗੇ, ਇੱਥੇ ਕੀ ਬਹੂ, ਸਾਡੀ ਕੌਮ ਦਾ ਕੀ ਬਣੂ, ਸਾਡੀ ਬੋਲੀ ਦਾ ਕੀ ਬਣੂ? ਕਿਉਂਕਿ ਵਿਕਰਮ ਜਿੱਤੇ ਬਾਹਰ ਗਏ ਨਾ, ਉਹ 3ਜੀ ਪੀੜ੍ਹੀ ਅਤੇ ਉਹਨਾਂ ਦੇ ਵੀ ਸਿੱਖ ਜਾਂ ਪੰਜਾਬੀ ਤਾਂ ਰਹੀ। 2024 ਦੀਆਂ ਲੋਕ ਸਭਾ ਚੋਣਾਂ ਦਿਨ ਘੱਟ ਰਹੇ ਆ ਔਰ ਉਵੇਂ ਹੀ ਜਿਹੜੇ ਕੈਂਡੀਡੇਟ ਨੇ ਉਹਨਾਂ ਦੀ ਮਿਹਨਤ ਵੱਧਦੀ ਜਾ ਰਹੀ ਹੈ, ਦਿਨ ਰਾਤ ਕਰਕੇ ਪ੍ਰਚਾਰ ਕਰ ਰਹੇ ਨੇ ਔਰ ਅਸੀਂ ਵੀ ਅੱਜ ਦਾ ਦਿਨ ਦੇਖਾਂਗੇ ਕਿ ਕੰਪੇਨਿੰਗ ਕਿਵੇਂ ਚੱਲ ਰਹੀ ਹੈ ਮਾਲਵਿੰਦਰ ਸਿੰਘ ਕੰਗ ਹੁਣਾਂ ਦੀ, ਜਿਨ੍ਹਾਂ ਨੂੰ ਖਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨਿਆ। ਔਰ ਮਾਲਵਿੰਦਰ ਕੰਗ ਕਿਵੇਂ ਆਪਣੀ ਕੰਪੇਨ ਕਰਦੇ ਆ, ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਵੇਂ ਉਹਨਾਂ ਦਾ ਦਿਨ ਗੁਜ਼ਰਦਾ, ਕਿਵੇਂ ਲੋਕਾਂ ਦੇ ਵਿੱਚ ਵਿਚਰਦੇ ਆ ਔਰ ਕੰਪੇਨਿੰਗ ਸ਼ੁਰੂ ਕਰਨ ਜਾ ਰਹੇ ਆ, ਕੰਗ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਕੰਗ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਜੀ। ਧੰਨਵਾਦ ਵਿਕਰਮ ਜੀ, ਬਹੁਤ ਬਹੁਤ ਧੰਨਵਾਦ। ਕਿਵੇਂ ਚੱਲ ਰਹੀ ਹੈ ਕੰਪੇਨਿੰਗ? ਕੰਪੇਨਿੰਗ ਬਹੁਤ ਵਧੀਆ ਚੱਲ ਰਹੀ ਜੀ, ਤਕਰੀਬਨ 70 ਤੋਂ 80% ਪਿੰਡਾਂ 'ਚ ਅਸੀਂ ਜਾ ਆਏ ਹਾਂ, 9 ਦੇ 9 ਹਲਕਿਆਂ 'ਚ, ਸ਼ਹਿਰਾਂ ਦਾ ਵੀ ਤਕਰੀਬਨ 70% ਏਰੀਆ ਕਵਰ ਕਰ ਲਿਆ। ਮੈਨੂੰ ਲੱਗਦਾ ਹੈ ਵੀ ਜਿੰਨਾ ਲੋਕਾਂ ਤੱਕ ਪਹੁੰਚ ਅਸੀਂ ਕੀਤੀ ਆ ਉਹ ਕਿਸੇ ਵੀ ਪਾਰਟੀ ਨੇ ਨਹੀਂ ਕੀਤੀ, ਔਰ ਲੋਕਾਂ ਦਾ ਭਗਵੰਤ ਮਾਨ ਜੀ ਦੀ ਸਰਕਾਰ ਦੀ ਕੰਮਾਂ ਤੋਂ ਲੈ ਕੇ ਬੜੀ ਸੰਤੁਸ਼ਟੀ ਹੈ, ਲੋਕ ਖੁਸ਼ ਹੈ। ਕਿਹੜੇ ਕਿਹੜੇ ਪਿੰਡਾਂ ਚੱਲ ਰਹੇ ਆ ਉਹ ਚੱਲੀਏ? ਪਿੰਡ ਅਤੇ 9 ਦੇ ਹਲਕਿਆਂ 'ਚ, ਅਤੇ ਹੁਣ ਮੈਂ ਤੁਹਾਨੂੰ ਇੱਕ ਲਿਸਟ ਬਣਾਵਾਂ, ਬੜੀ ਲੰਬੀ ਹੋ ਜਾਣੀ ਹੈ। ਮੈਂ 9 ਵਿਧਾਨ ਸਭਾ ਦੀ ਗੱਲ ਕਰ ਰਿਹਾ। ਕਿਹੜੇ ਕਿਹੜੇ ਪਿੰਡਾਂ ਚੱਲ ਰਹੇ ਅਸੀਂ? ਚਮਕੌਰ ਸਾਹਿਬ ਦੇ ਹਲਕੇ ਦੇ ਪਿੰਡ ਹੈ, ਰੰਗੀਆਂ ਆ, ਰਤਨਗੜ੍ਹ ਹੈ, ਮਰਿੰਡਾ ਸ਼ਹਿਰ ਜਾਣਾ ਹੈ, ਚਮਕੌਰ ਸਾਹਿਬ ਸ਼ਹਿਰ ਜਾਣਾ ਹੈ, ਹੋਰ 15 ਤਕਰੀਬਨ ਪਿੰਡਾਂ ਦੇ ਪ੍ਰੋਗਰਾਮ ਹੈ, ਔਰ 2 ਸ਼ਹਿਰਾਂ ਦੇ ਅੱਜ ਜਿਹੜੇ ਆ ਛੋਟੇ ਜਿਹੜੇ ਸਾਡੇ ਮਰਿੰਡਾ ਔਰ ਚਮਕੌਰ ਸਾਹਿਬ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣਾਂ ਦੇ ਹਲਕੇ ਜਾ ਰਹੇ ਹਾਂ ਅੱਜ ਆਪਾਂ। ਆਹ ਚੰਨੀ ਸਾਹਿਬ ਤਾਂ ਛੱਡ ਕੇ ਚਲੇ ਗਏ ਹੁਣ,
ਅਤੇ ਕਾਂਗਰਸ ਤਾਂ ਚਲੋ ਹੈ ਹੀ ਭਗੌੜਿਆਂ ਦੀ ਜਮਾਤ, ਲੇਕਿਨ ਬੜਾ ਲੋਕਾਂ ਦਾ ਆਸ਼ੀਰਵਾਦ ਮਿਲ ਰਿਹਾ ਭਗਵੰਤ ਮਾਨ ਜੀ ਦੀ ਸਰਕਾਰ ਤੋਂ, ਲੋਕ ਬੜੇ ਖੁਸ਼ ਵੀ ਔਰ ਸੰਤੁਸ਼ਟ ਵੀ। ਤਾਂ ਮਲਵਿੰਦਰ ਸਿੰਘ ਕੰਗ ਹੋਣਾ ਦੇ ਨਾਲ ਚੱਲ ਰਹੇ ਹਾਂ ਅਸੀਂ ਅੱਜ, ਕਿਵੇਂ ਉਹਨਾਂ ਦੀ ਕੰਪੇਨਿੰਗ ਚੱਲਦੀ ਹੈ ਉਹ ਦਿਖਾਉਂਦੇ ਹਾਂ ਚੱਲ ਕੇ ਅੱਜ, ਆਓ ਚੱਲੀਏ। ਤੁਹਾਨੂੰ ਪਤਾ ਹੀ ਹੈ ਕਿ ਅੱਜ ਮੈਂ ਮਲਵਿੰਦਰ ਸਿੰਘ ਕੰਗ ਹੋਣਾ ਦੇ ਨਾਲ, ਮਲਵਿੰਦਰ ਸਿੰਘ ਕੰਗ ਜੋ ਕਿ ਸਿਆਸੀ ਸਫ਼ਰ ਦੀ ਸ਼ੁਰੂਆਤ ਉਹਨਾਂ ਨੇ ਕੀਤੀ ਸਟੂਡੈਂਟ ਪੋਲੀਟਿਕਸ ਦੇ ਵਿੱਚੋਂ, ਪੀਯੂ ਦੇ ਵਿੱਚ ਰਹੇ, ਚੋਣਾਂ ਲੜੀਆਂ ਔਰ ਬਹੁਤ ਸਾਰੀਆਂ ਪੋਸਟਾਂ ਪਿਛਲੇ ਦਿਨੀ ਮੈਂ ਉਹਨਾਂ ਦੀਆਂ ਪੜ੍ਹੀਆਂ ਜਾਂ ਉਹਨਾਂ ਦੇ ਬਾਰੇ ਜਾਣਦੇ ਹਾਂ, ਤਾਂ ਮਲਵਿੰਦਰ ਸਿੰਘ ਕੰਗ ਉਹ ਸ਼ਖਸ ਹੈ ਜਿਹੜੇ ਲਗਾਤਾਰ ਜਿਤਾਉਂਦੇ ਰਹੇ, ਪ੍ਰਧਾਨ ਬਣਾਉਂਦੇ ਰਹੇ, ਆਪਦੀ ਪਾਰਟੀ ਦੀ ਅਗਵਾਈ ਕਰਦੇ ਰਹੇ, ਪੂਸੂ ਦੀ ਗੱਲ ਕਰੀਏ। ਔਰ ਉਸ ਤੋਂ ਬਾਅਦ ਮਲਵਿੰਦਰ ਸਿੰਘ ਕੰਗ ਬਾਰੇ ਗੱਲ ਬੜੀ ਕਹੀ ਜਾਂਦੀ ਸੀ ਕਿ ਕੰਗ ਹੁਣਾਂ ਦੀ ਜਿਹੜੀ ਸਪੀਚ ਹੈ ਉਹ ਬੜੀ ਧਾਕੜ ਹੁੰਦੀ ਔਰ ਅਖੀਰਲੇ ਸਮੇਂ ਦੇ ਵਿੱਚ ਇਲੈਕਸ਼ਨ ਦੇ ਵਿੱਚ ਉਹ ਸਪੀਚ ਹੀ ਗੇਮ ਚੇਂਜਰ ਸਾਬਤ ਹੁੰਦੀ ਸੀਗੀ ਔਰ ਬਹੁਤ ਸਾਰੀਆਂ ਜ਼ਿਆਦਾ ਵੋਟਾਂ ਵੀ ਕੰਗ ਹੁਣਾਂ ਨੂੰ ਕੁੜੀਆਂ ਦੀਆਂ ਪੈਂਦੀਆਂ ਸੀ, ਇਸ ਤਰ੍ਹਾਂ ਦੀ ਵੀ ਗੱਲ ਹੈ, ਕਿਉਂਕਿ ਕਹਿੰਦੇ ਕਿ ਭੈਣਾਂ ਦੀ ਤਰ੍ਹਾਂ ਆਦਰ ਸਤਿਕਾਰ ਕਰਦੇ ਸੀ ਕੁੜੀਆਂ ਦਾ, ਪੋਸਟਾਂ ਬਹੁਤ ਸਾਰੀਆਂ ਸੋਸ਼ਲ ਮੀਡੀਆ 'ਤੇ ਵੀ ਆ ਜਾਂ ਫਿਰ ਪੀਯੂ ਦੇ ਵਿੱਚ ਜਿਹੜੇ ਉਸ ਸਮੇਂ ਪੋਲੀਟਿਕਸ ਕਰਦੇ ਰਹੇ, ਸਟੂਡੈਂਟ ਪੋਲੀਟਿਕਸ ਦੇ ਵਿੱਚ ਇਨਵੋਲਵ ਰਹੇ ਲੋਕ ਉਹ ਜ਼ਿਆਦਾ ਜਾਣਦੇ ਨੇ। ਤਾਂ ਕੰਗ ਸਾਹਿਬ ਨਾਲ ਹੀ ਕਰਦੇ ਗੱਲ, ਕੰਗ ਸਾਹਿਬ ਇੱਕ ਤਾਂ ਸਟੂਡੈਂਟ ਪੋਲੀਟਿਕਸ ਤੋਂ ਕਿੰਨੀ ਕੁ ਡਿਫਰੈਂਟ ਲੱਗਦੀ ਹੈ ਇਹ ਪੋਲੀਟਿਕਸ, ਕਿਉਂਕਿ ਉੱਥੇ ਤਾਂ ਚਲੋ ਦਾਇਰਾ ਲਿਮਿਟਡ ਹੁੰਦਾ ਹੈ, ਯੂਨੀਵਰਸਿਟੀ ਦੇ ਵਿੱਚ ਤੁਸੀਂ ਲੜਦੇ ਰਹੇ ਪਰ ਹੁਣ ਤਾਂ ਬੜੇ ਪਿੰਡ ਘੁੰਮਣੇ ਪੈ ਰਹੇ ਤੁਹਾਨੂੰ। ਵਿਕਰਮ ਪਤਾ ਕੀ ਆ, ਜਿਹੜੀ ਸਟੂਡੈਂਟ ਪੋਲੀਟਿਕਸ ਹੈ ਬੇਸਿਕਲੀ ਇਹ ਨਰਸਰੀ ਹੈ ਮੇਨ ਸਟ੍ਰੀਮ ਪੋਲੀਟਿਕਸ, ਜਿੰਨੇ ਵਾਕਈ ਦੇਖੋ ਸਟੂਡੈਂਟ ਪੋਲੀਟਿਕਸ ਵੀ ਮੈਂ ਡਿਫਰੈਂਸ਼ੀਏਟ ਕਰਦਾ ਦੋ ਤਰੀਕੇ ਦੀ, ਇੱਕ ਤਾਂ ਕਈਆਂ ਨੇ ਪੋਸਟਰ ਲਾ ਲਿਆ ਹੁੰਦਾ ਆਪਣਾ ਬਦਮਾਸ਼ੀ ਨਾਲ ਵੀ ਮੈਂ ਪ੍ਰਧਾਨ, ਅਸੀਂ ਉਹ ਨਹੀਂ ਕੀਤੀ, ਅਸੀਂ ਲੋਕਾਂ ਨੇ ਜਿਹੜਾ ਨੌਜਵਾਨਾਂ ਨੇ ਸਟੂਡੈਂਟਸ ਨੇ ਜਿਤਾਇਆ, ਇਲੈਕਸ਼ਨ ਜਿੱਤੇ, ਇਲੈਕਸ਼ਨ ਲੜ ਕੇ ਔਰ ਪੰਜਾਬ ਯੂਨੀਵਰਸਿਟੀ ਵਰਗੇ ਅਦਾਰੇ 'ਚ ਜਿੱਤ ਕੇ ਬਣੇ ਔਰ ਉੱਥੇ ਬਹੁਤ ਕੁਝ ਸਿੱਖਣ ਨੂੰ ਮਿਲਦਾ। ਔਰ ਮੇਰੀ ਤਾਂ ਕਿਸਮਤ ਚੰਗੀ ਰਹੀ ਵੀ ਮੈਂ ਸੈਨੇਟ 'ਚ ਵੀ ਰਿਹਾ 8 ਸਾਲ, ਬਤੌਰ ਸਟੂਡੈਂਟ ਹੀ ਮੈਂ ਸੈਨੇਟ 'ਚ ਆ ਗਿਆ ਸੀ, ਉੱਥੇ ਜਿਹੜਾ ਹਾਊਸ ਸੀ ਉਹ ਬਹੁਤ ਇੰਟਲੈਕਚੁਅਲ ਲੋਕਾਂ ਦਾ ਸੀ, ਬੜੇ ਐਕਸ ਵਾਈਸ ਚਾਂਸਲਰ, ਸਾਬਕਾ ਜੱਜ, ਬਿਊਰੋਕਰੇਟਸ, ਪ੍ਰਿੰਸੀਪਲ ਸਾਹਿਬਾਨ, ਬੜੇ ਇੰਟਲੈਕਚੁਅਲ ਵਿਦਵਾਨ ਲੋਕ ਜਿਹੜੇ ਉਹ ਸਭ, ਮੈਨੂੰ ਉੱਥੇ ਬੜੀ ਛੋਟੀ ਉਮਰ 'ਚ ਬੈਠਣ ਦਾ ਮੌਕਾ ਮਿਲਿਆ, ਇਸ ਕਰਕੇ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। ਸਟੂਡੈਂਟ ਪੋਲੀਟਿਕਸ ਜੇ ਐਕਚੁਅਲ ਤਰੀਕੇ ਨਾਲ ਕਿਸੇ ਨੇ ਕੀਤੀ ਆ ਤਾਂ ਮੇਨ ਸਟ੍ਰੀਮ ਪੋਲੀਟਿਕਸ ਉਹਦੇ ਲਈ ਬਹੁਤ ਸਹਾਇਕ ਹੁੰਦੀ ਆ, ਮੁੱਦਿਆਂ ਨੂੰ ਚੁੱਕਣ ਦੀ, ਤੁਹਾਡੀ ਜਿਹੜੀ ਓਰੇਟਰੀ ਸਕਿੱਲਸ ਹੈ, ਤੁਹਾਡਾ ਜਿਹੜਾ ਅਥੋਰਿਟੀ ਨਾਲ ਗੱਲਬਾਤ ਕਰਨ ਦਾ ਤਰੀਕਾ ਆ, ਤੁਹਾਡਾ ਲੋਕਾਂ ਨੂੰ ਅਗਵਾਈ ਕਰਨ ਦਾ ਤਰੀਕਾ ਆ, ਉਹ ਟੋਟਲੀ ਮਤਲਬ ਵੈਲ ਡਿਸਿਪਲਿਨਡ ਹੁੰਦਾ ਹੈ ਔਰ ਵੈਲ ਔਰਗਨਾਈਜ਼ਡ ਹੁੰਦਾ ਹੈ ਔਰ ਤੱਥਾਂ 'ਤੇ ਹੁੰਦਾ, ਸਭ ਤੋਂ ਵੱਡੀ ਗੱਲ ਤੱਥਾਂ 'ਤੇ ਹੁੰਦਾ ਹੈ, ਐਵੇਂ ਅਬਲੀਆਂ ਜਬਲੀਆਂ ਨਹੀਂ ਮਾਰਨਗੇ ਜਿਹੜੇ ਐਕਚੁਅਲ ਸਟੂਡੈਂਟ ਲੀਡਰ ਰਹੇ ਹੋਣਗੇ। ਸੋ ਮੈਨੂੰ ਉਹਦਾ ਬਹੁਤ ਫਾਇਦਾ ਹੋ ਰਿਹਾ, ਅੱਜ ਸ਼੍ਰੀ ਅਨੰਦਪੁਰ ਸਾਹਿਬ ਵਰਗੀ ਅਹਿਮ ਸੀਟ ਤੋਂ ਮਾਨ ਸਾਹਿਬ ਔਰ ਅਰਵਿੰਦ ਜੀ ਨੇ ਮੌਕਾ ਦਿੱਤਾ ਹੈ ਬਤੌਰ ਕੈਂਡੀਡੇਟ, ਅਤੇ ਸਭ ਤੋਂ ਵੱਡਾ ਗੱਲ ਤਾਂ ਇਹ ਆ ਵੀ ਹਰ ਥਾਂ 'ਤੇ ਪੰਜਾਬ ਯੂਨੀਵਰਸਿਟੀ ਦਾ ਕੋਈ ਨਾ ਕੋਈ ਵਿਦਿਆਰਥੀ ਮਿਲ ਰਿਹਾ, ਸਭ ਤੋਂ ਵੱਡੀ ਗੱਲ ਇਹ ਆ ਅੱਜ 20-22 ਸਾਲ ਬਾਅਦ ਜਦੋਂ ਮਿਲਦਾ ਹੈ ਤਾਂ ਤੁਹਾਡੀ ਕ੍ਰੈਡੀਬਿਲਟੀ ਉਸ ਟਾਈਮ ਕੀ ਸੀ ਉਹ ਉਸ ਦੇ ਬੰਦੇ ਦੇ ਕੰਡਕਟ ਤੋਂ ਪਤਾ ਲੱਗਦੀ, ਚਾਹੇ ਉਹ ਕਾਂਗਰਸ 'ਚ ਬੈਠਾ, ਚਾਹੇ ਅਕਾਲੀਆਂ 'ਚ ਹੈ, ਚਾਹੇ ਭਾਜਪਾ 'ਚ ਹੈ। ਲੇਕਿਨ ਜਦੋਂ ਮਿਲਿਆ ਮੈਨੂੰ ਸੀਟ ਮਿਲੀ ਆ ਅਤੇ ਬੜਾ ਉਹਨਾਂ ਨੇ ਖੁਸ਼ੀ ਜ਼ਾਹਿਰ ਕੀਤੀ ਔਰ ਸਪੋਰਟ ਵੀ ਕਰ ਰਿਹਾ, ਮੇਨ ਸਟ੍ਰੀਮ ਪੋਲੀਟਿਕਸ ਫਾਇਦਾ ਹੋ ਰਿਹਾ ਉਹਦਾ। ਪੀਯੂ ਵਾਲੇ ਜਿਹੜੇ ਆ ਇੰਨੇ ਸਾਲਾਂ ਬਾਅਦ, ਮਤਲਬ 20-22 ਸਾਲਾਂ ਦਾ ਜ਼ਿਕਰ ਕਰ ਰਹੇ ਹੋ, 20-22 ਸਾਲ ਪਹਿਲਾਂ ਦੀਆਂ ਗੱਲਾਂ ਇਹ? 2002 'ਚ ਮੈਂ ਪਹਿਲੀ ਵਾਰ ਪ੍ਰਧਾਨ ਬਣਿਆ ਯੂਨੀਵਰਸਿਟੀ ਦਾ, 2003 'ਚ ਮੈਂ ਦੁਬਾਰਾ ਬਣਿਆ, 2 ਵਾਰ ਮੈਂ ਪ੍ਰੈਜ਼ੀਡੈਂਟ ਰਿਹਾ ਸਟੂਡੈਂਟ ਕੌਂਸਲ ਦਾ ਔਰ 8 ਸਾਲ 2004 ਤੋਂ 8 ਤੋਂ 12 ਸੈਨੇਟ ਜਿਹੜੀ ਗ੍ਰੈਜੂਏਟ ਕੌਂਸਟੀਚੁਐਂਸੀ 'ਚੋਂ ਜਿਹੜੀ ਗਵਰਨਿੰਗ ਕੌਂਸਲ ਹੈ ਪੰਜਾਬ ਦੀ ਉਹਦਾ ਬਤੌਰ ਮੈਂਬਰ ਵੀ ਮੈਂ ਉੱਥੇ ਸੈਨੇਟ ਔਰ ਸਿੰਡੀਕੇਟ ਛੋਟੀ ਉਮਰ 'ਚ ਸਭ ਤੋਂ ਉਹ ਵੀ ਰਿਹਾ ਔਰ ਉਹਦੇ 'ਚ ਗਵਰਨਿੰਗ ਕੌਂਸਲ 'ਚ ਭੂਮਿਕਾ ਅਦਾ ਕੀਤੀ।
ਪੰਜਾਬ ਯੂਨੀਵਰਸਿਟੀ ਦੇ ਬੰਦੇ ਜਿਹੜੇ ਮਿਲਦੇ ਆ ਉਹਨਾਂ ਦਾ ਸਪੋਰਟ ਕਿਹੋ ਕਿ ਜਾਂ ਤੁਸੀਂ ਕਹਿ ਰਹੇ ਹੋ ਕਿ ਬਹੁਤ ਤੁਹਾਨੂੰ ਸਹਾਇਕ ਇਹਦੇ ਨਾਲ ਮਦਦ ਮਿਲ ਰਹੀ ਹੈ ਕਿਉਂਕਿ ਇੱਕ ਤਜਰਬਾ ਹੋ ਗਿਆ, ਔਰ ਉਹ ਪੁਰਾਣੇ ਬੰਦੇ ਜਦੋਂ ਮਿਲਦੇ ਆ ਜਾਂ ਉਹਨਾਂ ਦੇ ਵੀ ਸਰਕਲ ਦੇ ਵਿੱਚ ਲੋਕ, ਕਿਉਂਕਿ ਪੰਜਾਬ ਯੂਨੀਵਰਸਿਟੀ 'ਚੋਂ ਕੋਈ ਚੰਗੀਆਂ ਚੰਗੀਆਂ ਥਾਵਾਂ 'ਤੇ ਗਏ, ਕੋਈ ਚੰਗੇ ਲੋਕ ਚਲੋ ਇੱਥੇ ਪੜ੍ਹਾਈ ਕਰਕੇ ਗਏ, ਪਰ ਹੁਣ ਉਹ ਜਿਹੜੇ ਲੋਕ ਪੁਰਾਣੇ ਮਿਲਦੇ ਆ ਜਾਂ ਉਹ ਲੋਕ ਰਾਬਤੇ ਦੇ ਵਿੱਚ ਹੈਗੇ ਆ, ਉਹ ਲੋਕ ਸਪੋਰਟ ਕਰ ਰਹੇ ਤੁਹਾਨੂੰ? ਹਾਂ, ਮੈਂ ਉਹੀ ਤੁਹਾਨੂੰ ਗੱਲ ਕਹੀ ਨਾ ਵੀ ਇੱਕ ਤਾਂ ਪੰਜਾਬ ਯੂਨੀਵਰਸਿਟੀ 'ਚ ਜਿਹੜਾ ਪੜ੍ਹਿਆ ਹੁੰਦਾ ਮੋਸਟਲੀ ਉਹ ਬੜੀਆਂ ਚੰਗੀਆਂ ਪੁਜੀਸ਼ਨਾਂ 'ਤੇ ਹੁੰਦਾ ਹੈ। ਕੋਈ ਆਫਿਸਰ ਹੋਊਗਾ, ਕੋਈ ਐਡਵੋਕੇਟ ਹੋਊਗਾ, ਕੋਈ ਕਾਰੋਬਾਰੀ ਤਕੜਾ ਹੋਊਗਾ ਜਾਂ ਅੱਡ ਅੱਡ ਭੂਮਿਕਾ ਅਦਾ ਕਰ ਰਹੇ, ਕਿਸਾਨ ਵੀ ਬੇਸ਼ੱਕ ਹੋਣਗੇ ਤਾਂ ਚੰਗੇ ਤਰੀਕੇ ਨਾਲ ਕਿਸਾਨੀ ਵੀ ਕਰ ਰਹੇ ਹੋਣਗੇ ਜਾਂ ਪਿੰਡ ਦੇ ਸਰਪੰਚ ਵੀ ਬਣੇ ਆ ਕਈ, ਔਰ ਸਾਨੂੰ ਉਹ ਮਿਲਦੇ ਆ। ਦੇਖੋ ਤੁਹਾਡਾ ਜਿਹੜੀ ਉਹ ਤੁਹਾਡੀ ਕ੍ਰੈਡੀਬਿਲਟੀ, ਤੁਹਾਡੀ ਕਾਰਗੁਜ਼ਾਰੀ, ਅੱਜ 22 ਸਾਲ ਬਾਅਦ ਜੇ ਲੋਕ ਤੁਹਾਨੂੰ ਓਨਾ ਹੀ ਪਿਆਰ ਸਤਿਕਾਰ ਦਿੰਦੇ ਆ, ਸਹਿਯੋਗ ਕਰਦੇ, ਇਹਦਾ ਮਤਲਬ ਤੁਸੀਂ ਉੱਥੇ ਚੰਗਾ ਕੰਮ ਕੀਤਾ ਹੈ। ਅਸਲ ਮੈਂ ਤਾਂ ਕਹਿੰਦਾ ਆਪਣੇ ਭਾਸ਼ਣਾਂ 'ਚ ਵੀ ਮੇਰੇ ਕੈਂਡੀਡੇਟ ਨੂੰ ਇਸ ਵਾਰ ਲੋਕ ਸਭਾ 'ਚ ਕਰੈਕਟਰ ਵੇਖ ਕੇ ਵੋਟ ਪਾਓ। ਮੇਰੀ ਖੁੱਲ੍ਹੀ ਕਿਤਾਬ ਪੂਰੀ ਰਾਜਨੀਤੀ ਰਹੀ ਹੈ 2002 ਤੋਂ ਲੈ ਕੇ ਹੁਣ ਤੱਕ ਆ ਗਏ ਹਾਂ, ਅਤੇ ਤੁਸੀਂ ਹਰੇਕ ਦਾ ਲਿੰਕ ਹੈ, ਕਿਸੇ ਦੇ ਬੱਚੇ ਪੜ੍ਹ ਰਹੇ ਉੱਥੇ, ਕਿਸੇ ਦਾ ਰਿਸ਼ਤੇਦਾਰ ਪੜ੍ਹ ਰਿਹਾ, ਕਿਸੇ ਦਾ ਰਿਸ਼ਤੇਦਾਰ ਪ੍ਰੋਫੈਸਰ ਹੈ, ਕੋਈ ਨਾ ਕੋਈ ਲਿੰਕ ਹੈਗਾ। ਮੈਂ ਕਿਹਾ ਤੁਸੀਂ ਉਹਨਾਂ ਕੋਲ ਪੁੱਛੋ, ਤੁਸੀਂ ਮੇਰੇ ਕਰੈਕਟਰ ਨੂੰ ਪਤਾ ਕਰੋ, ਮੇਰੀ ਕ੍ਰੈਡੀਬਿਲਟੀ ਪਤਾ ਕਰੋ, ਫਿਰ ਵੋਟ ਪਾਓ। ਅਸੀਂ ਖੁੱਲ੍ਹੇਆਮ ਕਹਿ ਰਹੇ ਹਾਂ ਤਾਂ ਕਿ ਪਾਰਲੀਮੈਂਟ ਵਰਗੇ ਅਹਿਮ ਜਿਹੜੇ ਅਦਾਰੇ 'ਚ ਬੰਦਾ ਉਹ ਜਾਵੇ ਜਿਹੜਾ ਪਾਰਲੀਮੈਂਟਰੀ ਡੈਮੋਕ੍ਰੇਸੀ ਨੂੰ ਸਹੀ ਤਰੀਕੇ ਨਾਲ ਪ੍ਰਭਾਵਿਤ ਵੀ ਕਰ ਸਕੇ ਔਰ ਰੀਪ੍ਰਜੈਂਟ ਵੀ ਕਰ ਸਕੇ। ਉੱਥੇ ਜਾ ਕੇ ਕਮਲੀਆਂ ਨਾ ਮਾਰੇ, ਉੱਥੇ ਫੈਡਰਲ ਸਟਰਕਚਰ 'ਤੇ, ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ 'ਤੇ, ਲੋਕਤੰਤਰ 'ਤੇ, ਫੋਰਨ ਪੋਲਿਸੀ 'ਤੇ, ਇਕਨੋਮਿਕ ਪੋਲਿਸੀ 'ਤੇ, ਕਿਸਾਨ ਪੋਲਿਸੀ 'ਤੇ, ਹਰੇਕ ਜਿਹੜੀ ਫੀਲਡ ਹੈ ਜਿਹੜੀ ਸਮਾਜ ਨੂੰ ਔਰ ਦੇਸ਼ ਨੂੰ ਅੱਗੇ ਲੈ ਕੇ ਜਾਂਦੀ, ਔਰ 'ਤੇ ਤੁਹਾਡੀ ਕੰਟਰੀਬਿਊਸ਼ਨ ਕੀ ਹੋਊਗੀ, ਨਜ਼ਰੀਆ ਤੁਹਾਡਾ ਕੀ ਹੋਊਗਾ, ਉਹਦਾ ਘੱਟੋ ਘੱਟ ਜਾਣਕਾਰ ਹੋਵੇ, ਸਮਝ ਬੂਝ ਰੱਖਦਾ ਹੋਵੇ, ਉਹਨੂੰ ਅੱਗੇ ਵਧਾ ਸਕਦਾ ਹੋਵੇ। ਸੋ ਮੈਨੂੰ ਲੱਗਦਾ ਹੈ ਵੀ ਜਿੱਥੇ ਜਿੱਥੇ ਪੰਜਾਬ ਯੂਨੀਵਰਸਿਟੀ ਵਾਲੇ ਲੋਕ ਮਿਲ ਰਹੇ ਉਹ ਪਾਰਟੀਆਂ ਤੋਂ ਉੱਪਰ ਉੱਠ ਕੇ ਮੇਰੀ ਸਪੋਰਟ ਕਰ ਰਹੇ, ਇਹਦਾ ਮੈਨੂੰ ਬਹੁਤ ਬੈਨੀਫਿਟ ਹੋ ਰਿਹਾ। ਲੀਡਰ ਦੀ ਸਪੀਚ ਕਹਿੰਦੇ ਕਿ ਉਹ ਦੱਸ ਦਿੰਦੀ ਹੈ ਵੀ ਲੀਡਰ 'ਚ ਕਿੰਨਾ ਕੁ ਦਮ ਆ, ਲੀਡਰ ਕਿੰਨਾ ਕੁ ਦਮਦਾਰ ਆ, ਲੀਡਰ ਨੂੰ ਕਿੰਨਾ ਕੁ ਗਿਆਨ ਆ, ਉਹ ਬੰਦੇ ਦੀ ਸਪੀਚ ਦੱਸ ਦਿੰਦੀ ਹੈ। ਪੀਯੂ ਦੇ ਵਿੱਚ ਤੁਸੀਂ ਸਪੀਚ ਦਿੰਦੇ ਰਹੇ, ਇਸ ਚੀਜ਼ ਦਾ ਜ਼ਿਕਰ ਵੀ ਹੁੰਦਾ ਕਿ ਮਾਲਵਿੰਦਰ ਕੰਗ ਹੋਣਾ ਦੀ ਜਾਂ ਉਹਨਾਂ ਦੇ ਘੇਰੇ ਦੀ ਜਿਹੜੀ ਸਪੀਚ ਸੀ ਉਹ ਇਲੈਕਸ਼ਨ ਜਿਤਾ ਦਿੰਦੀ ਹੁੰਦੀ ਸੀ, ਕਿ ਇਲੈਕਸ਼ਨ ਯੂਨੀਵਰਸਿਟੀ ਵਾਲੇ ਜਿਤਾ ਦਿੰਦੀ ਸੀ, ਔਰ ਹੁਣ ਜਿਹੜੇ ਇਲੈਕਸ਼ਨ ਆ ਇਹਦੇ 'ਚ ਵੀ ਤੁਹਾਨੂੰ ਲੱਗਦਾ ਕਿ ਲੋਕਾਂ ਦੇ ਵਿੱਚ ਅਸਰ ਜਾ ਰਿਹਾ ਤੁਹਾਡੀਆਂ ਗੱਲਾਂ ਦਾ, ਲੋਕਾਂ ਦੇ ਵਿੱਚ ਕਰੰਟ ਫੜ ਰਹੀਆਂ ਨੇ ਤੁਹਾਡੀਆਂ ਗੱਲਾਂ, ਕਿ ਭਾਈ ਮਾਲਵਿੰਦਰ ਕੰਗ ਦੀਆਂ ਗੱਲਾਂ ਦਾ ਸਿੱਧਾ ਲੋਕਾਂ ਦੇ ਦਿਲ ਔਰ ਦਿਮਾਗ 'ਤੇ ਅਸਰ ਹੋਵੇ? ਜਿਹੜੀ ਇਲੈਕਟੋਰਲ ਪੋਲੀਟਿਕਸ ਹੈ ਉਹ ਸੁਭਾਵਿਕ ਜੀ ਗੱਲ ਹੈ, ਓਰੇਟਰੀ ਉਹਦੇ 'ਚ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ। ਆਪਾਂ ਵੱਡੇ ਲੀਡਰ ਲੈ ਲਈਏ, ਚਾਹੇ ਪ੍ਰਮੋਦ ਮਹਾਜਨ ਜੀ ਆ, ਅਟਲ ਬਿਹਾਰੀ ਵਾਜਪੇਈ ਆ, ਜਵਾਹਰ ਲਾਲ ਨਹਿਰੂ ਜੀ ਹੋਏ ਆ, ਅਰਵਿੰਦ ਕੇਜਰੀਵਾਲ ਜੀ ਹੈ, ਭਗਵੰਤ ਮਾਨ ਜੀ ਹੈ, ਉਹਨਾਂ ਦਾ ਜਿਹੜਾ ਕਮਿਊਨੀਕੇਸ਼ਨ ਦਾ ਤਰੀਕਾ ਆ ਉਹ ਤਾਂ ਲੋਕਾਂ 'ਚ ਇੰਪੈਕਟ ਪਾਉਂਦਾ ਨਾ ਵੱਡੇ ਸਤਰ 'ਤੇ, ਓਰੇਟਰੀ ਬਹੁਤ। ਔਰ ਤੁਹਾਡਾ ਜਿਹੜਾ ਯੂਨੀਵਰਸਿਟੀ ਜਿਹੜੀ ਗੱਲ ਤੁਸੀਂ ਕੀਤੀ, ਸਾਡੇ ਉੱਥੇ ਉਸ ਟਾਈਮ ਓਪਨ ਡਿਬੇਟ ਹੁੰਦੀ ਸੀ ਜਿਸ ਤਰ੍ਹਾਂ ਅਮੈਰੀਕਾ ਕੈਨੇਡਾ ਵਰਗੇ ਮੁਲਕਾਂ 'ਚ ਹੁੰਦੀ ਹੈ ਨਾ ਇਲੈਕਸ਼ਨ, ਸਾਰੇ ਕੈਂਡੀਡੇਟ ਆਪਣਾ ਏਜੰਡਾ ਦੱਸਦੇ ਆ। ਸਾਡੇ ਹੁਣ ਤਾਂ ਟ੍ਰੈਂਡ ਬੰਦ ਹੋ ਗਿਆ ਪੰਜਾਬ ਯੂਨੀਵਰਸਿਟੀ ਦਾ, ਉਦੋਂ ਬੜਾ ਸ਼ਾਨਦਾਰ ਟ੍ਰੈਂਡ ਸੀ, ਔਰ ਅਸੀਂ ਸਾਰਾ ਸਾਲ ਕੰਮ ਵੀ ਕਰਦੇ ਸੀ ਲੋਕਾਂ 'ਚ, ਅਸੀਂ ਤਾਂ ਪੈਦਲ ਘੁੰਮਦੇ ਸੀ, ਅਸੀਂ ਕਿਹੜਾ ਕੋਈ ਕਾਕਾਸ਼ਾਹੀ ਸੀ ਕਿ ਵੱਡੀਆਂ ਕਾਰਾਂ, ਅਸੀਂ ਤਾਂ ਪੈਦਲ ਸਵੇਰੇ ਨਿਕਲਦਾ ਸੀ ਹੋਸਟਲ 'ਚੋਂ, ਸਾਰਾ ਦਿਨ ਲੋਕਾਂ 'ਚ ਰਹੀਦਾ ਸੀ, ਡਿਪਾਰਟਮੈਂਟਾਂ 'ਚ ਰਹੀਦਾ ਸੀ, ਵਿੱਚੇ ਕਲਾਸਾਂ ਲਾ ਲਈਦੀਆਂ ਸੀ, ਵਿੱਚੇ ਲੋਕਾਂ ਦੇ ਕੰਮ ਕਰਾਈ ਜਾਈਦੇ ਸੀ। ਲੇਕਿਨ ਇਹ ਆ ਗੱਲ ਸਹੀ ਆ ਵੀ ਜਦੋਂ ਓਪਨ ਡਿਬੇਟ ਹੁੰਦੀ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ, ਉਦਣ ਮੇਲਾ ਅਸੀਂ ਲੁੱਟ ਲੈਂਦੇ ਸੀ, ਕਿਉਂਕਿ ਅਸੀਂ ਸਾਰਾ ਸਾਲ ਕੰਮ ਕੀਤਾ ਹੁੰਦਾ ਸੀ, ਅਸੀਂ ਦਿਲੋਂ ਜਿਹੜਾ ਬੰਦਾ ਬੋਲਦਾ ਉਹ ਚੰਗਾ ਹੀ ਬੋਲਦਾ ਹੁੰਦਾ, ਅਸੀਂ ਦਿਲੋਂ ਬੋਲਦੇ ਸੀ, ਦਿਲੋਂ ਉਹੀ ਬੋਲੂਗਾ ਜਿਹੜਾ ਸੱਚਾ ਹੋਊਗਾ, ਸੋ ਉਹਦਾ ਬੈਨੀਫਿਟ ਹੁੰਦਾ ਸੀ, ਇਹ 'ਚ ਕੋਈ ਦੁਆਰਾ ਨਹੀਂ। ਲੇਕਿਨ ਜਦੋਂ
ਪਹਿਲੀ ਵਾਰ ਮੈਨੂੰ ਭਾਸ਼ਣ ਦੇਣਾ ਪਿਆ ਕੁੜੀਆਂ ਦੇ ਹੋਸਟਲ, ਜਦੋਂ ਅਜੇ ਮੈਂ ਨਵਾਂ ਮੈਨੂੰ ਸਟੂਡੈਂਟ ਪੋਲੀਟਿਕ 'ਚ ਆਏ ਉਹ PU 'ਚ, ਉਦੋਂ ਤਾਂ ਮੇਰੀਆਂ ਲੱਤਾਂ ਕੰਬਦੀਆਂ ਸੀ। ਉਦੋਂ ਤਾਂ ਮੈਂ ਮਤਲਬ ਇਸ ਹੱਦ ਤੱਕ ਸੰਗਦੇ ਸੀ ਅਸੀਂ ਵੀ ਪਿੰਡਾਂ 'ਚੋਂ ਆਏ, ਸਾਨੂੰ ਬੜੀ ਸੰਗ ਲੱਗਦੀ ਸੀ ਨਾ ਵੀ ਕੁੜੀਆਂ ਦੇ ਹੋਸਟਲ ਕਿਸ ਤਰ੍ਹਾਂ ਭਾਸ਼ਣ ਦੇ ਲਾਂਗੇ। ਤਾਂ ਮੈਨੂੰ ਯਾਦ ਆ ਮੈਂ ਤਾਂ ਬਾਹਰ ਛਡਾ ਕੇ ਭੱਜਿਆ ਸੀ ਪਹਿਲੀ ਵਾਰ ਉੱਥੋਂ ਵੀ ਮੈਂ ਨਹੀਂ ਭਾਸ਼ਣ ਪੁੱਛਣ ਦੇਣਾ, ਮੇਰੇ ਕੋਲ ਮੁੰਡਿਆਂ ਦੇ ਹੋਸਟਲ 'ਚ ਦਵਾ ਲਓ, ਇੱਥੇ ਨਹੀਂ ਦਿੱਤਾ ਜਾਣਾ। 360 ਡਿਗਰੀ 'ਤੇ ਕਿਵੇਂ ਘੁੰਮ ਗਏ ਤੁਸੀਂ? ਤੁਸੀਂ ਤਾਂ ਬਹੁਤ ਚੇਂਜ ਆਇਆ ਤੁਹਾਡੇ ਵਿੱਚ। ਮਿਹਨਤ ਕਰੀ ਜਾਓ ਰਾਤ ਦਿਨ, ਤੁਸੀਂ ਲੋਕਾਂ ਦੇ ਕੰਮਾਂ ਨੂੰ ਲੈ ਕੇ ਲੋਕਾਂ 'ਚ ਆਓ, ਫਿਰ ਤੁਹਾਡਾ ਕੌਨਫੀਡੈਂਸ ਬਿਲਟ ਹੁੰਦਾ, ਲੋਕ ਤੁਹਾਡੇ ਕੋਲ ਆਉਣ ਲੱਗ ਜਾਂਦੇ ਆ, ਲੋਕ ਤੁਹਾਡੇ ਕੋਲ ਆਉਣ ਲੱਗ ਜਾਂਦੇ ਆ, ਔਰ ਤੁਹਾਨੂੰ ਵੱਡੇ ਜਿਹੜੇ ਤੁਹਾਡੇ ਪ੍ਰੋਫੈਸਰ ਟੀਚਰ ਜਾਂ ਸੀਨੀਅਰ ਲੋਕ ਉਹ ਤੁਹਾਨੂੰ ਗਾਈਡ ਵੀ ਕਰਨ ਲੱਗ ਜਾਂਦੇ ਆ। ਫਿਰ ਕੌਨਫੀਡੈਂਸ ਬਿਲਟ ਤਾਂ ਦੇਖੋ ਫੀਲਡ 'ਚ ਹੀ ਹੁੰਦਾ ਜਾ ਕੇ, ਤਾਂ ਜਦੋਂ ਤੁਸੀਂ ਜ਼ਮੀਨ ਗਰਾਊਂਡ ਜ਼ੀਰੋ 'ਤੇ ਆ ਕੇ ਕੰਮ ਕਰਦੇ ਹੋ ਨਾ, ਤਾਂ ਸੁਭਾਵਿਕ ਜੀ ਗੱਲ ਹੈ ਤੁਹਾਡਾ, ਤੁਸੀਂ ਕੰਮ ਕੀਤਾ ਹੋਊਗਾ ਤੁਸੀਂ ਉਹਦੇ ਬਾਰੇ ਬੋਲੂਗੇ ਤਾਂ ਦਿਲੋਂ ਬੋਲੂਗੇ, ਜੋ ਦਿਲੋਂ ਬੋਲੂਗੇ ਤਾਂ ਉਹ ਲੋਕਾਂ 'ਤੇ ਇੰਪੈਕਟ ਪਾਉਂਦਾ ਹੈ। ਠੀਕ ਹੈ, ਔਰ ਮਲਵਿੰਦਰ ਸਿੰਘ ਕੰਗ ਹੁਣੀ ਹੁਣ ਪਿੰਡ ਦੇ ਵਿੱਚ ਪਹੁੰਚ ਗਏ, ਇੱਥੇ ਸਪੀਚਾਂ ਦੇਣੀਆਂ ਇਹਨਾਂ ਨੇ, ਔਰ ਉਸ ਤੋਂ ਬਾਅਦ ਫਿਰ ਅਗਲੇ ਪਿੰਡਾਂ ਦੇ ਵਿੱਚ ਜਾਣਾ। ਔਰ ਕੰਗ ਸਾਹਿਬ ਇੱਕ ਛੋਟੀ ਜਿਹੀ ਗੱਲ ਹੋਰ ਹੈ, ਜਿਵੇਂ ਤੁਸੀਂ ਪਹਿਲਾਂ ਆਈਡੀਆ ਲੱਗ ਜਾਂਦਾ ਸੀਗਾ ਕਿ ਭਾਈ ਇੰਨੇ ਕੁ ਵੋਟ ਆਪਾਂ ਨੂੰ ਸਟੂਡੈਂਟ ਪੋਲੀਟਿਕਸ ਦੇ ਵਿੱਚ ਪੈਣੀ ਹੈ, ਔਰ ਹੁਣ ਗਰਾਊਂਡ ਕੀ ਕਹਿੰਦਾ? ਗਰਾਊਂਡ ਦੇ ਉੱਪਰ ਤੁਸੀਂ ਲੋਕਾਂ ਜਾ ਰਹੇ ਹੋ, ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿੱਚ ਬਹੁਤ ਸਾਰੇ ਪਿੰਡ ਨੇ, ਪਿੰਡਾਂ ਦੀ ਗਰਾਊਂਡ ਰਿਪੋਰਟ ਕੀ ਕਹਿੰਦੀ ਹੈ? ਨਹੀਂ ਦੇਖੋ, ਪਿੰਡਾਂ 'ਚ ਲੋਕਾਂ 'ਚ ਨੂੰ ਭਗਵੰਤ ਮਾਨ ਦੀ ਸਰਕਾਰ ਨੂੰ ਲੈ ਕੇ ਬੜੀ ਸੰਤੁਸ਼ਟ ਹੈ। 2 ਸਾਲਾਂ 'ਚ ਮਾਨ ਸਾਹਿਬ ਨੇ ਜਿਸ ਤਰ੍ਹਾਂ ਪਿੰਡਾਂ 'ਚ ਨਹਿਰੀ ਪਾਣੀ ਦੀ ਕੋਸ਼ਿਸ਼ ਕਰ ਰਹੇ, ਸਰਕਾਰ ਪਹੁੰਚਿਆ ਵੀ ਆ, ਬਿਜਲੀ ਜਿਹੜੀ ਨਿਰਵਿਘਨ ਮਿਲੀ ਆ ਪੈਡੀ 'ਚ ਔਰ ਕਣਕ ਦੇ ਸੀਜ਼ਨ 'ਚ, ਲੋਕਾਂ ਨੂੰ ਰਾਤ ਨੂੰ ਜਾਗਣਾ ਨਹੀਂ ਪਿਆ, ਗਰਮੀਆਂ 'ਚ ਖਪਣਾ ਨਹੀਂ ਪਿਆ, ਔਰ ਇੰਜਨ ਨਹੀਂ ਚੱਲੇ, ਜਨਰੇਟਰ ਨਹੀਂ ਚੱਲੇ, ਲੋਕਾਂ ਦਾ ਪੈਸਾ ਵੀ ਬਚਿਆ, ਔਰ ਲੋਕ ਜਿਹੜੇ ਆ ਇਸ ਗੱਲ ਤੋਂ ਬੜੇ ਭਗਵੰਤ ਮਾਨ ਜੀ ਦੀ ਸਰਕਾਰ ਤੋਂ ਖੁਸ਼ ਹੈ ਕਿ ਸਰ ਲੋਕਾਂ ਦਾ ਪੈਸਾ ਬਚਿਆ ਹੈ ਔਰ ਖੱਜਲ ਖਰਾਬੀ ਬਚੀ ਹੈ। 43,000 ਨੌਕਰੀਆਂ ਸਰਕਾਰੀ ਮਿਲੀਆਂ, ਔਰ 'ਚ ਕੋਈ ਸਿਫਾਰਿਸ਼ ਨਹੀਂ ਚੱਲੀ, ਕੋਈ ਪੈਸਾ ਨਹੀਂ ਚੱਲਿਆ, ਇਹ ਕਾਬਲੀਅਤ 'ਤੇ ਮਿਲੀਆਂ ਹੈ, ਇਸ ਗੱਲ ਤੋਂ ਲੋਕ ਖੁਸ਼ ਹੈ। ਲੋਕ ਜਿਹੜੇ ਆ ਜਿਹੜਾ 90% ਬਿਜਲੀ ਦਾ ਬਿੱਲ ਲੋਕਾਂ ਦਾ ਜ਼ੀਰੋ ਆ ਰਿਹਾ, ਕਿਉਂਕਿ ਮਹਿੰਗਾਈ ਦਾ ਜ਼ਮਾਨਾ ਹੈ, ਲੋਕਾਂ ਨੂੰ ਲੱਗਦਾ ਹੈ ਕਿ ਇਸ ਮਹਿੰਗਾਈ 'ਚ ਇੱਕ ਵੱਡਾ ਰਿਲੀਫ ਮਿਲਿਆ ਵੀ 5,000-4,000 ਰੁਪਇਆ ਮਹੀਨੇ ਦਾ ਜਿਹੜਾ ਬਿਜਲੀ ਦਾ ਬਿੱਲ ਦੇਣਾ ਪੈਂਦਾ ਸੀ ਉਹ ਆਮ ਬੰਦੇ ਲਈ ਬੜੀ ਮੁਸ਼ਕਲ ਹੈ, ਸੋ ਉਹ ਜ਼ੀਰੋ ਆ ਰਿਹਾ। ਇਹ ਤਮਾਮ ਚੀਜ਼ਾਂ ਲੋਕਾਂ 'ਤੇ ਬੜਾ ਪੋਜ਼ਿਟਿਵ ਇੰਪੈਕਟ ਪਾ ਰਹੀਆਂ, ਔਰ ਲੋਕਾਂ ਨੂੰ ਲੱਗ ਰਿਹਾ ਪਹਿਲੀ ਵਾਰ ਹੈ ਕੋਈ ਸਰਕਾਰ ਜਿਹੜੀ ਆ ਸਹੀ ਤਰੀਕੇ ਨਾਲ ਲੋਕਾਂ ਲਈ ਕੰਮ ਕਰ ਰਹੀ ਆ, ਔਰ ਉਹਦਾ ਪ੍ਰੈਕਟੀਕਲੀ ਉਹਦਾ ਫਾਇਦਾ ਜਿਹੜਾ ਆ ਪਬਲਿਕ ਨੂੰ ਹੋ ਰਿਹਾ। ਇਹਦਾ ਫਾਇਦਾ ਸੁਭਾਵਿਕ ਤੌਰ 'ਤੇ ਪੋਲੀਟਿਕਸ 'ਚ ਸਾਨੂੰ ਇਲੈਕਟੋਰਲ ਜਿਹੜੀ ਇਹ ਪੂਰੀ ਇਲੈਕਸ਼ਨ ਹੈ ਉਹਦੇ 'ਚ ਵੀ ਮਿਲ ਰਿਹਾ ਹੈ। ਠੀਕ ਹੈ, ਤਾਂ ਇੱਥੇ ਪਹੁੰਚ ਗਏ ਹਾਂ, ਮਲਵਿੰਦਰ ਸਿੰਘ ਕੰਗ ਹੁਣਾਂ ਨੇ ਸਪੀਚ ਦੇਣੀ ਹੈ, ਪੂਰਾ ਆਸਾ ਪਾਸਾ ਤੁਸੀਂ ਦੇਖ ਹੀ ਸਕਦੇ ਹੋ, ਔਰ ਗੱਡੀਆਂ ਖੜੀਆਂ ਨੇ, ਔਰ ਇਸ ਪਿੰਡ ਦੇ ਵਿੱਚ ਇਹਨਾਂ ਨੇ ਸਪੀਚ ਦੇਣੀ ਹੈ, ਔਰ ਇਸ ਤੋਂ ਬਾਅਦ ਫਿਰ ਅਗਲੇ ਪਿੰਡਾਂ ਦੇ ਵਿੱਚ ਚੱਲਦੇ ਹਾਂ। ਮਲਵਿੰਦਰ ਸਿੰਘ ਕੰਗ ਲਗਾਤਾਰ ਕੈਂਪੇਨ ਕਰ ਰਹੇ ਆ ਔਰ ਗੱਲਬਾਤ ਵੀ ਕਰਦੇ ਆ। ਕੰਗ ਸਾਹਿਬ ਕਿੱਦਾਂ ਦਾ ਰਿਸਪੌਂਸ ਰਿਹਾ? ਤੁਹਾਡੇ ਸਾਹਮਣੇ ਆ ਵਿਕਰਮ, ਲੋਕਾਂ ਦਾ ਜਿਹੜਾ ਆਸ਼ੀਰਵਾਦ ਹੈ ਇੰਨੀ ਭਾਰ ਗਰਮੀ 'ਚ ਵੀ ਮਿਲ ਰਿਹਾ ਹੈ, ਔਰ ਲੋਕ ਜਿਹੜੇ ਆ ਬਾਹਰ ਨਿਕਲ ਕੇ ਇਸ ਗੱਲ ਲਈ ਬੜੇ ਠੋਕ ਵਜਾ ਕੇ ਕਹਿ ਰਹੇ ਕਿ ਭਗਵੰਤ ਮਾਨ ਜੀ ਨੇ ਕੰਮ ਕੀਤਾ ਹੈ, ਇਸ ਕਰਕੇ ਤੁਹਾਨੂੰ ਵੋਟਾਂ ਪਾਉਣੀਆਂ, ਔਰ ਮੋਦੀ ਦੀ ਤਾਨਾਸ਼ਾਹੀ ਨੂੰ ਵੀ ਖਤਮ ਕਰਨਾ, ਨਫ਼ਰਤ ਦੀ ਰਾਜਨੀਤੀ ਦੇਸ਼ 'ਚੋਂ ਭਜਾਉਣਾ ਹੈ, ਔਰ ਅਸੀਂ ਵੋਟ ਕੰਮ ਦੇ ਸਿਰ 'ਤੇ ਵੋਟ ਮੰਗ ਰਹੇ, ਕੰਮ ਦੇ ਸਿਰ 'ਤੇ। ਕੋਈ ਅਸੀਂ ਵੱਡੇ ਰਿਪੋਰਟ ਕਾਰਡ ਦਿਖਾ ਕੇ, ਅਸੀਂ ਕੋਈ ਵੱਡੇ ਖਾਨਦਾਨੀ ਰਾਜਨੀਤਿਕ ਪੋਲੀਟੀਸ਼ੀਅਨ ਨਹੀਂ ਗੇ, ਕੋਈ ਕਾਰੋਬਾਰੀ ਨਹੀਂ, ਵੱਡੇ ਜ਼ਮੀਂਦਾਰ ਨਹੀਂ, ਰਾਜੇ ਰਜਵਾੜੇ ਨਹੀਂ ਗੇ, ਜਿਹੜਾ ਇੱਥੇ ਪੰਜਾਬ 'ਚ ਪਹਿਲਾਂ ਰਾਜ ਕਰਦੇ ਰਹੇ ਆ, ਸਧਾਰਨ ਪਰਿਵਾਰਾਂ 'ਚੋਂ ਆਏ ਆ, ਕੰਮ ਕੀਤਾ 2 ਸਾਲ ਉਹਦੇ ਸਿਰ 'ਤੇ ਵੋਟ ਮੰਗ ਰਹੇ। ਕੰਮ ਜਿਹੜਾ ਅਸੀਂ ਕੀਤਾ 2 ਸਾਲ ਉਹਦੇ ਸਿਰ 'ਤੇ ਅਸੀਂ ਵੋਟਾਂ ਮੰਗ ਰਹੇ ਹਾਂ, ਇਹ ਗੱਲ ਕਹਿ ਰਹੇ ਮਲਵਿੰਦਰ ਕੰਗ, ਲੋਕਾਂ ਨੂੰ ਸਪੀਚ ਵੀ ਦੇ ਰਹੇ ਸੀ, ਲੋਕ ਆ ਵੀ ਰਹੇ ਆ, ਮਿਲ ਵੀ ਰਹੇ ਆ, ਔਰ ਲੋਕ ਇਹ ਭਰੋਸਾ ਵੀ ਦਿਵਾ ਰਹੇ ਆ
ਪਹਿਲਾਂ ਤੇਰੇ ਸਾਹਮਣੇ ਮੁੱਖ ਮੰਤਰੀ ਹਰਾ ਦਿਆ, ਡਾਕਟਰ ਸਾਹਿਬ ਨੂੰ ਵੀ ਕਿਹਾ ਤਾ ਵੀ ਡਾਕਟਰ ਸਾਹਿਬ ਅਸੀਂ ਤਾਂ ਰਾਜਪੂਤ ਹੁੰਦੇ, ਬੰਦਾ ਬਹਾਦਰ ਵਾਲੀ ਕੌਮ ਆ, ਸਰਹੰਦ ਤੇ ਖਿੱਚ ਕੇ ਚੱਪੜ ਚਿੜੀ ਮਾਰਦੇ ਲਿਆਣ ਕੇ। ਹੋਰ ਡਾਕਟਰ ਸਾਹਿਬ ਪਿੰਡ ਕੀ ਕਹਿ ਰਹੇ ਨੇ? ਪਿੰਡ ਤਾਂ ਪੂਰਾ ਰਾਣਿਆਂ ਦਾ ਪਿੰਡ ਹੈ ਇਹ, ਕੋਈ ਇਹ ਰਾਣਾ ਖੜੇ ਸਾਡੇ ਬਰਾਬਰ ਸਾਰੇ ਨਾਲ ਬਿਲਕੁਲ ਦਿਲ ਖੋਲ ਕੇ ਆ। ਕਿਤੇ ਕੰਮ ਕਾਜ ਠੀਕ ਠਾਕ ਕਿ ਨਹੀਂ? ਕਿਤੇ ਸਭ ਜਗ੍ਹਾ ਦੇ ਉੱਪਰ ਕੰਮ ਹੋ ਰਿਹਾ, ਸਮੇਂ ਲੱਗਣਾ ਹੈ, ਕੰਮ ਸਾਰੇ ਵਧੀਆ ਹੋ ਰਹੇ, ਜਿੰਨੇ ਹੋ ਰਹੇ ਸਾਰੇ ਵਧੀਆ ਹੋ ਰਹੇ। ਇਹ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ਆ, ਸਮਰਥਕ ਵੀ ਆ, ਇਹ ਕਹਿੰਦੇ ਇਹ ਤਾਂ ਰਾਜੀ ਨਜ਼ਰ ਆ ਰਿਹਾ, ਪਰ ਦੇਖਣਾ ਕਿ ਇਹ ਜਿਹੜੇ ਕਿੰਨੀਆਂ ਕੁ ਵੋਟਾਂ ਪੈਂਦੀਆਂ, ਕਿ ਜਿਹੜੀ ਭੀੜ ਆ ਰਹੀ ਹੈ ਇਹ ਵੋਟਾਂ ਦੇ ਵਿੱਚ ਕਨਵਰਟ ਹੁੰਦੀ ਹੈ ਕਿ ਨਹੀਂ। ਚਲੋ ਅਗਲੇ ਪਿੰਡ ਚੱਲਦੇ ਹਾਂ। ਚਮਕੌਰ ਸਾਹਿਬ ਦੇ ਗੜਾਂਗਾ ਪਿੰਡ ਦੇ ਵਿੱਚ ਅਸੀਂ, ਜਿੱਥੇ ਮਲਵਿੰਦਰ ਸਿੰਘ ਕੰਗ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਔਰ ਵੋਟਾਂ ਮੰਗ ਰਹੇ ਨੇ, ਲੋਕਾਂ ਤੋਂ ਅਪੀਲ ਕਰ ਰਹੇ ਨੇ ਕਿ ਵੋਟਾਂ ਉਹਨਾਂ ਨੂੰ ਪਾਈਆਂ ਜਾਣ। ਆਹ ਲੋਕੇਸ਼ਨ ਬੜੀ ਸ਼ਾਨਦਾਰ ਲੱਗੀ ਔਰ ਬਹੁਤ ਘੱਟ ਥਾਵਾਂ 'ਤੇ ਨਜ਼ਰ ਆਉਂਦਾ ਅੱਜ ਕੱਲ੍ਹ ਕਿ ਬਜ਼ੁਰਗ ਬੈਠੇ ਹੋਣ ਇਕੱਠੇ ਹੋ ਕੇ, ਔਰ ਅੱਜ ਕੱਲ੍ਹ ਤਾਂ ਨੌਜਵਾਨ ਵੀ ਵਿਦੇਸ਼ਾਂ ਨੂੰ ਉੱਡਦੇ ਜਾਂਦੇ ਆ, ਬਜ਼ੁਰਗ ਬੈਠੇ ਆ। ਬਾਪੂ ਜੀ ਕੀ ਹਾਲ ਚਾਲ ਆ, ਠੀਕ ਠਾਕ ਹੋ? ਕਿੱਦਾਂ ਲੱਗ ਰਿਹਾ, ਕੀ ਮਾਹੌਲ ਚੱਲ ਰਿਹਾ, ਇਲੈਕਸ਼ਨ ਨੂੰ ਲੈ ਕੇ ਕੀ ਕਹੋਗੇ? ਵਧੀਆ ਚੱਲ ਰਿਹਾ ਜੀ। ਕੀ ਤੁਹਾਨੂੰ ਕੀ ਲੱਗ ਰਿਹਾ? ਬਹੁਤ ਵਧੀਆ ਜੀ। ਕੀ ਹਵਾ ਲੱਗ ਰਹੀ, ਕੀ ਸਹੀ ਸੀ ਫੀਡਬੈਕ, ਕੀ ਲੱਗ ਰਿਹਾ? ਝਾੜੂ ਦੀ ਝਾੜੂ ਜੀ। ਮਿਲੇ ਇਹਨਾਂ ਨੂੰ ਕਿ ਨਹੀਂ ਮਿਲੇ? ਮਿਲਦੇ ਹੀ ਰਹਿੰਦੇ, ਉਹ ਬੰਦਾ ਫਿਰਦਾ ਸਾਡਾ ਵਿੱਚ। ਅੱਛਾ, ਗੁਰਪ੍ਰੀਤ। ਅੱਛਾ, ਠੀਕ ਹੈ। ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ, ਕੰਗ ਸਾਹਿਬ ਨਾਲ ਵੀ। ਕੰਗ ਸਾਹਿਬ, ਮਿਲੇ ਹੋ ਲੋਕਾਂ ਨੂੰ, ਬਜ਼ੁਰਗਾਂ ਨੂੰ, ਵੱਖ ਵੱਖ ਥਾਵਾਂ 'ਤੇ ਤੁਸੀਂ ਜਾ ਰਹੇ ਹੋ, ਫੀਡਬੈਕ ਕੀ ਨਜ਼ਰ ਆ ਰਿਹਾ ਤੁਹਾਨੂੰ ਗਰਾਊਂਡ ਦੇ ਉੱਪਰ, ਗਰਾਊਂਡ ਰਿਐਲਿਟੀ ਕੀ ਕਹਿੰਦੀ ਹੈ? ਇਹ ਦੇਖੋ, ਫੀਡਬੈਕ ਤਾਂ ਐਂ ਹੈ ਨਾ, ਲੋਕ ਇਹ ਜਿਹੜੇ ਟੱਬਰ ਰਾਜ ਕਰਦੇ ਨੇ ਇਹਨਾਂ ਤੋਂ ਤੰਗ ਸੀ, ਤਾਂ 22 'ਚ ਸਰਕਾਰ ਭਗਵੰਤ ਮਾਨ ਜੀ ਦੀ ਇਹਨਾਂ ਨੇ ਬਣਾਈ, ਵੱਡੇ ਮੈਂਡੇਟ ਨਾਲ ਬਣਾਈ, ਔਰ ਮਾਨ ਸਾਹਿਬ ਨੇ ਇਮਾਨਦਾਰੀ ਨਾਲ 2 ਸਾਲ 'ਚ ਕੰਮ ਕੀਤਾ। ਦੇਖੋ, 2 ਸਾਲ ਹੀ ਹੋਏ ਅਜੇ, ਚੁਣੌਤੀਆਂ ਬਹੁਤ ਹੈ, ਲੇਕਿਨ ਇੱਕ ਦਿਸ਼ਾ ਤੈਅ ਕੀਤੀ ਆ ਰੋਜ਼ਗਾਰ ਨੂੰ ਲੈ ਕੇ। ਸਾਡੀ ਕਿਸਾਨੀ ਸਾਡਾ ਧਰਮ ਵੀ ਆ, ਸਾਡਾ ਕਲਚਰ ਵੀ ਆ, ਸਾਡਾ ਪੇਸ਼ਾ ਵੀ ਆ। ਨਹਿਰੀ ਪਾਣੀ ਜਿਹੜਾ ਆ ਵਿਕਰਮ, ਸਾਡੀ ਸਰਕਾਰ ਆਉਣ ਤੋਂ ਪਹਿਲਾਂ 20-25% ਲੋਕਾਂ ਨੂੰ ਮਿਲਦਾ ਸੀ, ਅੱਜ 45-59% ਜਿਹੜਾ ਸਰਕਾਰੀ ਅੰਕੜਾ ਹੈ ਉਹ ਨਹਿਰੀ ਪਾਣੀ ਖੇਤਾਂ ਤੱਕ ਜਾ ਰਿਹਾ, ਔਰ ਮਾਨ ਸਾਹਿਬ ਦਾ ਇਹ ਟਾਰਗੇਟ ਹੈ ਕਿ ਆਉਣ ਵਾਲੇ ਟਾਈਮ 'ਚ ਇਹਨੂੰ 80-90% ਨਹਿਰੀ ਪਾਣੀ ਖੇਤਾਂ ਨੂੰ ਦੇਣਾ, ਸਾਡਾ ਗਰਾਊਂਡ ਵਾਟਰ ਬਚੇ, ਇਹ ਕ੍ਰਾਈਸਿਸ ਖਤਮ ਹੋਵੇ। ਉਹ ਸਾਡੇ ਕੋਲ ਪਾਣੀ ਹੈਗਾ, ਗੱਲ ਤਾਂ ਹੈ ਕਿ ਸੋਚਦੀ ਹੈ ਔਰ ਸਰਕਾਰ ਦੀ ਨੀਅਤ ਦੀ ਆ। ਇਸੇ ਤਰੀਕੇ ਨਾਲ ਬਿਜਲੀ ਦਿੱਤੀ ਆ ਮੈਨੂੰ, ਕੱਲ੍ਹ ਪਰਸੋਂ ਸੀਗਾ ਮੈਂ ਨਵੇਂ ਸ਼ਹਿਰ, ਮੈਨੂੰ ਨੌਜਵਾਨ ਇੱਕ ਸਰਪੰਚ ਬੋਲਿਆ ਮਾਈਕ ਤੋਂ, ਕਹਿੰਦਾ ਜੀ ਮੇਰੇ ਜਨਰੇਟਰ ਨੂੰ ਜੰਗ ਲੱਗ ਗਈ, 2 ਸਾਲ ਹੋ ਗਏ ਆ ਜਨਰੇਟਰ ਚਲਾਉਣੇ ਨਹੀਂ ਪਏ, 2-2 ਲੱਖ ਰੁਪਈਆ ਸਾਲ ਦਾ ਡੀਜ਼ਲ ਮੇਰਾ ਬਚਿਆ ਹੈ। ਤੋ ਇਹ ਤਮਾਮ ਕੰਮ ਕੀਤੇ ਆ ਸਰਕਾਰ ਨੇ, ਨੌਕਰੀਆਂ ਵੀ ਦਿੱਤੀਆਂ, ਕੋਈ ਰਿਸ਼ਵਤ ਨਹੀਂ ਲਈ, ਕੋਈ ਸਿਫਾਰਿਸ਼ ਨਹੀਂ ਆ। ਸੋ ਨਵੇਂ ਸਿਰੇ ਤੋਂ ਪੰਜਾਬ ਨੂੰ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਨਹੀਂ ਤਾਂ ਇੱਥੇ ਤਾਂ ਜੇ ਹੀ ਬਾਦਲ ਆ ਗਏ ਤੇ ਬਾਦਲਾਂ ਦੇ ਸਰਮਾਏ ਬਣ ਕੇ ਕੈਪਟਨ ਆ ਗਏ ਤੇ ਕੈਪਟਨ, ਇਹ ਰਾਜ ਰਜਵਾੜਿਆਂ ਦਾ ਟਾਈਮ ਗਿਆ। ਹੁਣ ਅਨੰਦਪੁਰ ਸਾਹਿਬ ਹਲਕੇ ਦੇ ਵਿੱਚ ਜਿੱਥੋਂ ਤੁਸੀਂ ਇਲੈਕਸ਼ਨ ਲੜ ਰਹੇ ਹੋ, ਇੱਥੇ ਕਾਂਗਰਸ ਦਾ ਔਰ ਅਕਾਲੀ ਦਲ ਦਾ ਕਿਹੋ ਜਿਹਾ ਰੁਝਾਨ ਹੈ, ਕਿਹੋ ਜਿਹਾ ਰਿਸਪੋਂਸ ਦੇ ਰਹੇ? ਕਿਉਂਕਿ ਮਨੀਸ਼ ਤਿਵਾੜੀ ਹੋਣੀ ਸੀ, ਉਹ ਤਾਂ ਚਲੋ ਹੁਣ ਚੰਡੀਗੜ੍ਹ ਚਲੇ ਗਏ, ਵੈਸੇ ਅਕਾਲੀ ਦਲ ਵੱਲੋਂ ਚੰਦੂ ਮਾਜਰਾ ਸਾਹਿਬ ਨੇ ਨਹੀਂ, ਕਾਂਗਰਸ ਕਿਹੜੇ ਮੂੰਹ ਨਾਲ ਵੋਟ ਮੰਗੂਗੀ ਭਾਈ? 2009 ਬਿੱਟੂ ਜਿਤਾਇਆ, 14 'ਚ ਭੱਜ ਗਿਆ, ਆਹ 19 'ਚ ਮਨੀਸ਼ ਤਿਵਾੜੀ ਜਿਤਾਇਆ, ਇਹ ਠੇਕਾ ਲਿਆ ਅਨੰਦਪੁਰ ਸਾਹਿਬ ਵਾਲਿਆਂ ਨੇ ਵੀ ਇਹਨਾਂ ਨੂੰ ਜਿਤਾਈ ਜਾਓ। ਪਤਾ ਨਹੀਂ ਕਿੱਥੋਂ ਲੱਭ ਲੱਭ ਕੇ ਨਮੂਨੇ ਲਿਆਉਂਦੇ ਆ, 5 ਸਾਲ ਬਾਅਦ ਭੱਜ ਲੈਂਦੇ ਆ, ਸਾਰੇ ਲੋਕ ਬੋਲ ਹੀ ਰਹੇ ਆ, ਕੋਈ ਵੜਿਆ ਨਹੀਂ ਕਦੀ, ਅਤੇ ਨਾਲੇ ਇਹਨਾਂ ਦੇ ਪਿਓ ਦਾ ਪਿੰਡ ਐਮ ਪੀ ਲੈਡ ਫੰਡ, ਲੋਕਾਂ ਦਾ ਪੈਸਾ ਲੋਕਾਂ 'ਤੇ ਲਾਉਂਦੇ, ਅਤੇ ਦੂਜਾ ਜਿਹੜਾ ਤੁਸੀਂ ਕਿਹਾ ਚੰਦੂ ਮਾਜਰਾ, ਉਹਨਾਂ 'ਤੇ ਪੈਸਾ ਹੀ ਸਨੌਰ ਲਾ ਤਾ ਜੀ, ਕਿਉਂ ਵੀ ਪੁੱਤ ਨੂੰ, ਹੁਣ ਵੀ ਇਹਨਾਂ ਦੀ ਲੜਾਈ ਪੁੱਤਾਂ ਨੂੰ ਲੀਡਰ ਬਣਾਉਣ ਦੀ, ਆਪਣਾ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ। ਇਹਨਾਂ ਤੋਂ ਲੋਕਾਂ ਨੂੰ ਨਫ਼ਰਤ ਹੋ ਗਈ ਹੈ, ਕਿਉਂਕਿ ਇਹਨਾਂ ਨੇ ਜੋ ਬੇੜਾ ਗਰਕ ਪੰਥ ਅਤੇ ਪੰਜਾਬ ਦਾ ਕਰਨ 'ਚ ਕੋਈ ਕਸਰ ਨਹੀਂ ਛੱਡੀ, ਪੰਥ ਨੂੰ ਢਾਲ ਆਈ ਹੈ, ਪੰਜਾਬ ਦਾ ਬੇੜਾ ਗਰਕ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ।
ਨੌਜਵਾਨੀ ਜਵਾਨੀ ਨੌਜਵਾਨੀ ਕਿਸਾਨੀ ਨੂੰ ਸਾਡਾ ਜਿਹੜਾ ਇਹਨਾਂ ਨੇ ਖਤਮ ਕਰਨ ਦਾ ਕੰਮ ਕੀਤਾ, ਤਾਂ ਇਹਨਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਾਉਣਾ, ਇਹ ਹੁਣ ਚੱਲੇ ਹੋਏ ਕਾਰਤੂਸ। ਤਾਂ ਵੱਖ ਵੱਖ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਮਲਵਿੰਦਰ ਸਿੰਘ ਕੰਗ ਹੁਣੀ, ਔਰ ਅਗਲੇ ਪਿੰਡ ਚੱਲਦੇ ਇਹਨਾਂ ਦੇ ਨਾਲ, ਕੀ ਕਹਿੰਦੀ ਆ ਕੰਪੇਨਿੰਗ ਇਹਨਾਂ ਦੀ, ਕਿੱਦਾਂ ਮਾਹੌਲ ਚਾਲ ਠੀਕ ਠਾਕ? ਹਲਕੇ ਦਾ ਮੁੜ ਕੇ ਕੋਈ ਨਹੀਂ ਜਿਤਾਇਆ ਹੈ, ਹਾਂ ਇੱਕ ਵਾਰੀ ਜਿੱਤਿਆ ਉਹ, ਜਿਹਨੇ ਕੰਮ ਨਹੀਂ ਕਰੇ ਮੁੜ ਕੇ ਲੋਕਾਂ 'ਚ ਵਿਚਰਿਆ ਨਹੀਂ ਆਇਆ ਨਹੀਂ, ਉਹ ਦੁਬਾਰਾ ਜਿਤਾਇਆ ਨਾ ਮੂੰਹ ਲਾਇਆ। ਐਤਕੀ ਫਿਰ ਕੀ ਰੁਝਾਨ ਹੈ? ਐਤਕੀ ਮਲਵਿੰਦਰ ਸਿੰਘ ਕੰਗ ਮਲਣਗੇ, ਇਹ ਤਾਂ ਨਹੀਂ ਕਿਤੇ ਕੰਗ ਦੀ ਰੈਲੀ 'ਚ ਤਾਂ ਕਰਕੇ ਜਿਤਾ ਦੋ ਐਲਾਨ ਕਰ ਦਿੰਦਾ, ਕੰਗ ਨੂੰ ਜਿਤਾਵਾਂਗੇ 100%। ਸਭ ਤੋਂ ਵੱਧ ਵੋਟ ਕੰਗ ਨੂੰ ਪਊਗੀ ਪਿੰਡ ਗੜਾਂਗਾ 'ਚੋਂ, ਸਭ ਤੋਂ ਵੱਧ ਵੋਟ ਗੜਾਂਗਾ 'ਚੋਂ ਕੰਗ ਸਾਹਿਬ ਨੂੰ ਪਊਗੀ ਆਪ ਵਾਲੇ। ਹਾਂ ਆਪਣਾ, ਬਾਕੀ ਪਾਰਟੀਆਂ ਦਾ ਕੀ? ਬਾਕੀ ਪਾਰਟੀਆਂ ਦਾ ਬੁਰਾ ਹਾਲ ਹੈ, ਬੁਰਾ ਹਾਲ ਹੈ, ਬੁਰਾ ਹਾਲ ਰਹੂਗਾ। ਸਾਡੇ ਪਿੰਡ ਕੋਈ ਆ ਨਹੀਂ ਰਿਹਾ, ਆਏ ਨਹੀਂ ਆ ਕਦੇ ਵੀ, ਕੋਈ ਚੱਦੂ ਮਾਜਰਾ ਸਾਹਿਬ ਨਹੀਂ ਆਇਆ, ਪੁੱਛਣੇ ਕਿਸੇ ਨੇ ਨਹੀਂ ਇੱਥੇ, ਉਹ ਇੱਕ ਵਾਰੀ ਪਿੱਛੇ ਆਇਆ ਸੀ, ਜਿੱਥੇ ਕਿਸੇ ਨੂੰ ਹਾਰ ਲਈ ਖੜੇ ਸੀ ਅੱਡੇ 'ਚ 20 ਬੰਦੇ ਸੀ, ਸਾਡੇ ਹਾਰ ਵੀ ਪਾਰਟੀ ਦਾ ਹੀ ਬੋਲਬਾਲਾ, ਉਹਦੇ ਤਾਂ ਆਮ ਆਦਮੀ ਪਾਰਟੀ ਦਾ ਹੀ ਬੋਲਬਾਲਾ, ਉਰੇ ਹੋਰ ਕੋਈ ਪਾਰਟੀ ਨਹੀਂ ਹੈ। ਕਿ ਗੜਾਂਗਾ ਪਿੰਡ ਦੇ ਵਿੱਚ ਅਸੀਂ ਜਿੱਥੇ ਕਹਿੰਦੇ ਕਿ ਬੋਲਬਾਲਾ ਕੰਗ ਹੋਣਾ ਦਾ ਆਮ ਆਦਮੀ ਪਾਰਟੀ ਦਾ, ਦੇਖਣਾ ਵੋਟਾਂ ਕਿੰਨੀਆਂ ਕੁ ਪੈਂਦੀਆਂ, ਲੋਕ ਦਾਅਵੇ ਤਫਲ ਹੱਲ ਕਰ ਰਹੇ ਆ। ਚਲੋ ਅਗਲੇ ਪਿੰਡ ਚੱਲੀਏ। ਕਿ ਇਸ ਵਾਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਅਤੇ ਲੋਕ ਭਰੋਸਾ ਜਿਤਾਉਣਗੇ? ਜੇ ਜਿਤਾਉਣਗੇ ਤਾਂ ਕਿਉਂ? ਕੰਗ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਕੰਗ ਸਾਹਿਬ, ਕਈ ਪਿੰਡਾਂ ਦਾ ਦੌਰਾ ਆਪਾਂ ਕਰ ਲਿਆ, ਜਾ ਰਹੇ ਹਾਂ ਪਿੰਡਾਂ ਦੇ ਵਿੱਚ, ਤੁਹਾਡੇ ਲਈ ਚੁਣੌਤੀ ਭਰਿਆ ਵੀ ਆ, ਕਿਉਂਕਿ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਯੂਨੀਵਰਸਿਟੀ ਦੀ ਪੋਲਿਟਿਕਸ ਤੋਂ ਨਿਕਲ ਕੇ ਤੁਸੀਂ ਆਏ ਹੋ, ਔਰ ਲੋਕਾਂ ਦਾ ਰਿਸਪੌਂਸ ਦੇਖ ਕੇ ਕੀ ਮਹਿਸੂਸ ਹੋ ਰਿਹਾ? ਦੇਖੋ, ਲੋਕਾਂ ਦਾ ਤਾਂ ਤੁਸੀਂ ਨਾਲ ਸਵੇਰ ਦੇ ਨਾਲ ਹੀ ਹੋ। ਦੇਖੋ, ਬੋਡੀ ਲੈਂਗੁਏਜ ਜਿਹੜੀ ਹੁੰਦੀ ਹੈ ਪਬਲਿਕ ਦੀ, ਮੀਟਿੰਗ 'ਚ ਭੀੜ ਤਾਂ ਸਾਰਿਆਂ ਦੇ ਹੋ ਜਾਂਦੀ ਹੈ, ਕੋਈ ਵੱਡੀ ਗੱਲ ਨਹੀਂ, ਕੀ ਮੈਨੇਜ ਹੋ ਜਾਂਦਾ ਅੱਜ ਕੱਲ੍ਹ, ਲੇਕਿਨ ਜਿਹੜੀ ਭੀੜ 'ਚ ਤੁਹਾਡੇ 'ਚ ਉਤਸ਼ਾਹ ਕਿੰਨਾ, ਕਰੰਟ ਕਿੰਨਾ ਜਿਹਨੂੰ ਕਹਿ ਦਿਓ, ਉਹ ਤੁਹਾਡੀ ਹਾਂ 'ਚ ਹਾਂ ਕਿੰਨੀ ਮਿਲਾ ਰਹੇ ਆ, ਰਿਐਕਟ ਕੀ ਕਰ ਰਹੇ ਆ, ਉਹ ਬੜਾ ਉਤਸ਼ਾਹ ਵਰਧਕ ਹੈ, ਜਿਹਦੇ 'ਚ ਬੜਾ ਸਾਨੂੰ ਹੌਸਲਾ ਮਿਲਦਾ ਹੈ। ਕਿਉਂਕਿ ਲੋਕਾਂ ਨੂੰ ਐਂ ਲੱਗਦਾ ਵੀ ਚਲੋ ਯਾਰ, ਹਜੇ ਸਾਲ 2 ਹੋਏ ਆ, ਭਗਵੰਤ ਮਾਨ ਜੀ ਨੇ ਬਹੁਤ ਸਾਰੇ ਚੰਗੇ ਉਪਰਾਲੇ ਕੀਤੇ ਆ, ਭਗਵੰਤ ਮਾਨ ਨੇ ਲੀਹਾਂ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਆ, ਪਰ ਇਹ ਵੀ ਨਹੀਂ ਨਾ ਹੁਣ 70-75 ਸਾਲ ਜਿਹੜਾ ਨਿਜ਼ਾਮ ਇੱਕ ਰਿਹਾ ਹੋਵੇ ਕੁਛ ਟੱਬਰਾਂ ਦਾ, ਤਾਂ ਉਹਨੂੰ ਇੱਕਦਮ 2 ਸਾਲਾਂ 'ਚ ਠੀਕ ਕਰ ਲਓ, ਇਹ ਤਾਂ ਸਮਾਂ ਤਾਂ ਲੱਗਦਾ। ਜੇ ਮੈਂ ਇਹ ਪੁੱਛਾਂ ਕਿ ਸ਼੍ਰੀ ਅਨੰਦਪੁਰ ਸਾਹਿਬ ਨੂੰ ਲੈ ਕੇ ਮਲਵਿੰਦਰ ਕੰਗ ਹੋਣਾ ਦਾ ਵਿਜ਼ਨ ਕੀ ਹੈ, ਜੇ ਅਨੰਦਪੁਰ ਸਾਹਿਬ ਦੇ ਲੋਕ ਵੋਟ ਪੋਲ ਕਰਨ ਮਲਵਿੰਦਰ ਕੰਗ ਨੂੰ, ਕਿਉਂ ਵੋਟ ਦੇਣ ਅਨੰਦਪੁਰ ਸਾਹਿਬ ਦੇ ਲੋਕ? 2 ਗੱਲਾਂ ਇਹਦੇ 'ਚ ਵੀ ਮੈਂ ਕੱਲ੍ਹ ਵੀ ਕੀਤਾ ਡਿਫਾਈਨ, ਬਤੌਰ ਪਾਰਲੀਮੈਂਟਰੀਅਨ ਇੱਕ ਰੋਲ ਹੈ ਤੁਹਾਡਾ, ਜਿਹੜੀ ਪਾਰਲੀਮੈਂਟ ਡੈਮੋਕ੍ਰੇਸੀ ਹੈ, ਜਿਹੜਾ ਸਾਡਾ ਕੌਂਸਟੀਟਿਊਸ਼ਨਲ ਸਟਰਕਚਰ ਹੈ, ਡੈਮੋਕ੍ਰੈਟਿਕ ਸਟਰਕਚਰ ਹੈ, ਫੈਡਰਲ ਸਟਰਕਚਰ ਸੂਬਿਆਂ ਦੇ ਹੱਕ ਹੈ, ਉਹਦੇ 'ਚ ਤੁਹਾਡੀ ਪਰਫੋਰਮੈਂਸ ਪਾਰਲੀਮੈਂਟ 'ਚ ਬਤੌਰ ਪਾਰਲੀਮੈਂਟਰੀਅਨ ਕੀ ਹੋਣੀ ਚਾਹੀਦੀ ਹੈ? ਦੇਸ਼ ਦਾ ਜਿਹੜਾ, ਦੇਸ਼ ਦੇ 'ਚ ਜਿਹੜਾ ਹਿਊਮਨ ਰਾਈਟ ਵਾਇਲੇਸ਼ਨਸ ਹੋ ਰਹੀਆਂ, ਸੂਬਿਆਂ ਦੇ ਹੱਕ ਮਾਰੇ ਜਾ ਰਹੇ ਆ, ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਕਮਿਊਨਿਟੀਆਂ ਨਾਲ, ਉਹਦੇ ਪ੍ਰਤੀ ਤੁਹਾਡਾ ਨਜ਼ਰੀਆ, ਤੁਹਾਡਾ ਪੁਆਇੰਟ ਆਫ ਵਿਊ ਪਾਰਲੀਮੈਂਟ 'ਚ ਤੁਹਾਡੀ ਪਰਫੋਰਮੈਂਸ ਤੈਅ ਕਰਦਾ, ਨੀਤੀ ਨਿਰਧਾਰਿਤ ਕਰਨ 'ਚ ਤੁਹਾਡਾ ਯੋਗਦਾਨ ਕੀ ਹੈ, ਇੱਕ ਤਾਂ ਹੈਗਾ ਹੈ ਡਿਸੀਜਨ ਮੇਕਿੰਗ 'ਚ, ਦੂਜਾ ਬਤੌਰ ਪਾਰਲੀਮੈਂਟਰ ਹਲਕੇ ਨੂੰ ਲੈ ਕੇ 9 ਵਿਧਾਨ ਸਭਾਵਾਂ ਹੈ, ਮੈਂ 9 ਵਿਧਾਨ ਸਭਾ ਦੇ ਅੱਡ ਅੱਡੇ ਦੇ 'ਚ ਏਜੰਡੇ ਮੈਨੂੰ ਸਾਹਮਣੇ ਆਏ ਆ। ਫੋਰ ਐਗਜ਼ਾਮਪਲ, ਜਦੋਂ ਮੈਂ ਗੜਸ਼ੰਕਰ ਗਿਆ ਅਤੇ ਉੱਥੇ ਹਿਮਾਚਲ ਦਾ ਏਰੀਆ ਲੱਗਦਾ ਕੰਢੀ ਏਰੀਆ, ਉੱਥੇ ਜੰਗਲੀ ਜਾਨਵਰਾਂ ਦਾ ਬੜਾ ਪ੍ਰਕੋਪ ਹੈ, ਲੋਕਾਂ ਦੀਆਂ ਫਸਲਾਂ ਪਹਿਲੀ ਗੱਲ ਤਾਂ ਹੁੰਦੀਆਂ ਨਹੀਂ, ਪਾਣੀ ਦੀ ਦਿੱਕਤ, 100 ਦਿੱਕਤਾਂ, ਜੇ ਹੋ ਜਾਣ ਤਾਂ ਜੰਗਲੀ ਜਾਨਵਰ ਖਤਮ ਕਰ ਦਿੰਦੇ ਆ। ਫਿਰ ਆ ਜਾਓ ਤੁਸੀਂ ਅਨੰਦਪੁਰ, ਸ਼੍ਰੀ ਅਨੰਦਪੁਰ ਸਾਹਿਬ, ਉੱਥੇ ਚੰਗਰ ਵਾਲਾ ਏਰੀਆ ਇੱਕ ਪਹਾੜਾਂ ਨਾਲ ਜੁੜਿਆ, ਉੱਥੇ ਡਰਿੰਕਿੰਗ ਵਾਟਰ ਅਤੇ ਇਰੀਗੇਸ਼ਨ ਦੋਨੋਂ ਪਾਣੀ ਦੀ ਕਮੀ ਆ। ਸਟੇਟ ਗੌਰਮੈਂਟ ਨੇ, ਮਾਨ ਸਾਹਿਬ ਦੀ ਸਰਕਾਰ ਨੇ 80 ਕਰੋੜ ਦਾ ਇੱਕ ਪ੍ਰੋਜੈਕਟ ਪਾਸ ਕੀਤਾ ਹੈ, ਉੱਥੇ ਕਾਫੀ ਹੱਦ ਤੱਕ ਕੰਮ ਹੋਇਆ, ਲੇਕਿਨ ਕਿਉਂਕਿ ਉੱਥੇ ਵੀ ਇੰਟਰ ਸਟੇਟ ਇੱਕ ਜੁਰੀਡਿਕਸ਼ਨ ਬਣ ਜਾਂਦੀ ਹੈ, ਉਹ ਨੈਸ਼ਨਲ ਲੈਵਲ ਤੋਂ ਕਈ ਤਰ੍ਹਾਂ ਦੇ ਫੰਡ ਲਿਆਉਣ ਦੀ ਲੋੜ ਹੈ। ਇਸੇ ਤਰੀਕੇ ਨਾਲ ਬਲਾਚੌਰ ਹੈ,
ਬੰਗਾ ਬਲਾਚੌਰ ਨਵਾਂਸ਼ਹਿਰ ਗੜਸ਼ੰਕਰ ਇੱਥੇ ਸਪੋਰਟਸ ਦਾ ਬਹੁਤ ਵੱਡਾ ਟੈਲੈਂਟ ਬੈਠਾ ਆ ਜਿਵੇਂ ਫੁੱਟਬਾਲ 'ਚ ਕਿਸੇ ਟਾਈਮ ਇੰਡੀਆ ਟੀਮ ਪੂਰੀ ਮਹਿਲਪੁਰ ਦੀ ਹੁੰਦੀ ਸੀ ਔਰ ਬਲਾਚੌਰ 'ਚੋਂ ਅੱਜ ਵੀ ਇੰਡੀਅਨ ਵਾਲੀਬਾਲ ਟੀਮ 'ਚ ਬਹੁਤ ਸਾਰੇ ਪਲੇਅਰ ਹੈ ਲੇਕਿਨ ਗੱਲ ਇਹ ਵੀ ਉੱਥੇ ਕੋਈ ਵੀ ਨੈਸ਼ਨਲ ਔਰ ਇੰਟਰਨੈਸ਼ਨਲ ਲੈਵਲ ਦਾ ਕੋਈ ਵੀ ਸੈਂਟਰ ਨਹੀਂ ਹੈਗਾ ਕੋਈ ਅਕੈਡਮੀ ਨਹੀਂ ਹੈ ਕੋਈ ਕਿਸੇ ਨੇ ਪਰਸਿਊ ਇਨੀਸ਼ੀਏਟ ਵੀ ਨਹੀਂ ਕੀਤਾ ਬਤੌਰ ਪਾਰਲੀਮੈਂਟਰੀਅਨ ਭਾਰਤ ਸਰਕਾਰ ਦੇ ਬਹੁਤ ਸਾਰੇ ਪ੍ਰੋਜੈਕਟ ਹੈ ਖੇਲੋ ਇੰਡੀਆ ਹੈ ਤੁਸੀਂ ਇਹਨਾਂ ਏਰੀਏ 'ਚ ਵੱਡੇ ਸੈਂਟਰ ਲਿਆ ਸਕਦੇ ਹੋ ਕਿਉਂਕਿ ਪੰਜਾਬ ਕੋਲ ਟੈਲੈਂਟ ਬਹੁਤ ਹੈ ਨਾਲੇ ਤੁਹਾਡੀ ਇੱਕ ਤਾਂ ਐਨਰਜੀ ਚੰਗੇ ਵਾਲੇ ਪਾਸੇ ਲੱਗਦੀ ਆ ਦੂਜਾ ਮੁਲਕ ਦਾ ਔਰ ਦੇਸ਼ ਦਾ ਨਾਮ ਹੁੰਦਾ ਸਾਡੇ ਬੱਚੇ ਚੰਗੇ ਪਾਸੇ ਮੈਡਲ ਜਿੱਤਦੇ ਇੰਟਰਨੈਸ਼ਨਲ ਲੈਵਲ 'ਤੇ ਇਸੇ ਤਰੀਕੇ ਨਾਲ ਧਾਰਮਿਕ ਜਿਹੜਾ ਸਾਡਾ ਇਹ ਟੂਰਿਜ਼ਮ ਹੈ ਰਿਲੀਜੀਅਸ ਟੂਰਿਜ਼ਮ ਉਹਦਾ ਇੱਕ ਸਰਕਟ ਬਣ ਸਕਦਾ ਹੈ ਖਰੜ ਤੋਂ ਆਪਾਂ ਸ਼ੁਰੂ ਕਰੀਏ ਤਾਂ ਖਰੜ 'ਚ ਭਗਵਾਨ ਰਾਮ ਜੀ ਨਾਲ ਸੰਬੰਧਿਤ ਅੱਜ ਸਰੋਵਰ ਹੈ ਜਿਹੜਾ ਬਹੁਤ ਪੁਰਾਣਾ ਜਿਹੜੀ ਮਾਨਤਾ ਬੜਾ ਪੁਰਾਣਾ ਹੈ ਉਹ 10 ਕਰੋੜ ਰੁਪਇਆ ਮਾਨ ਸਾਹਿਬ ਦੀ ਸਰਕਾਰ ਨੇ ਉਹਨੂੰ ਦਿੱਤਾ ਹੈ ਲੇਕਿਨ ਉਸ ਉੱਥੋਂ ਸ਼ੁਰੂ ਕਰੀਏ ਖਰੜ ਤੋਂ ਅਤੇ ਫਿਰ ਰੋਪੜ ਆ ਜਾਂਦਾ ਮਹਾਰਾਜ ਰਣਜੀਤ ਸਿੰਘ ਜੀ ਦਾ ਹੱਦਬੰਦੀ ਜਿਹੜੀ ਉਹਨਾਂ ਦੀ ਜਿਹੜੇ ਉਹਨਾਂ ਦੇ ਰਾਜ ਦੇ ਸਮੇਂ ਦੀ ਉਸ ਜਗ੍ਹਾ ਨੂੰ ਬਹੁਤ ਹਾਈਲਾਈਟ ਕਰਕੇ ਇੰਟਰਨੈਸ਼ਨਲ ਟੂਰਿਜ਼ਮ ਮੈਪ 'ਤੇ ਲਿਆਇਆ ਜਾ ਸਕਦਾ ਫਿਰ ਸ਼ਹੀਦ ਆਜ਼ਮ ਖਟਖੜ ਕਲਾਂ ਆ ਗਿਆ ਸ਼ਹੀਦ ਆਜ਼ਮ ਦਾ ਪਿੰਡ ਉਹ ਉੱਥੇ ਕਾਫੀ ਕੰਮ ਹੋਇਆ ਵੀ ਆ ਲੇਕਿਨ ਬਹੁਤ ਕੁਛ ਮੈਨੂੰ ਲੱਗਦਾ ਹਜੇ ਸਕੋਪ 'ਤੇ ਆਲਵੇਜ਼ ਰਹਿੰਦੇ ਆ ਇਸੇ ਤਰੀਕੇ ਨਾਲ ਖੁਰਾਲਗੜ੍ਹ ਸਾਹਿਬ ਗੁਰੂ ਰਵਿਦਾਸ ਜੀ ਮਹਾਰਾਜ ਜੀ ਨਾਲ ਸੰਬੰਧਿਤ ਗੜਸ਼ੰਕਰ 'ਚ ਹੈ ਹਿਮਾਚਲ ਦੀ ਬਾਉਂਡਰੀ 'ਤੇ ਉੱਥੇ ਵੀ ਜਿਹੜਾ ਆ ਉਹਨੂੰ ਇੰਟਰਨੈਸ਼ਨਲ ਟੂਰਿਜ਼ਮ ਸਪੋਟ ਸ਼ਰਧਾਲੂ ਬਹੁਤ ਹੁੰਦੇ ਆ ਰਿਲੀਜੀਅਸ ਟੂਰਿਜ਼ਮ ਅਤੇ ਉੱਥੇ ਵੀ ਬਿਹਤਰ ਇਨਫਰਾਸਟ੍ਰਕਚਰ ਔਰ ਬਹੁਤ ਸੁਵਿਧਾਵਾਂ ਦੇਣ ਦੀ ਲੋੜ ਹੈ ਉਹਦੇ ਲਈ ਔਰ ਇਸੇ ਤਰੀਕੇ ਨਾਲ ਖਾਲਸੇ ਧਰਤੀ ਸ਼੍ਰੀ ਅਨੰਦਪੁਰ ਸਾਹਿਬ 'ਤੇ ਹੈ ਹੀ ਹੈ ਆਲਰੇਡੀ ਹੈਗੀ ਆ ਲੇਕਿਨ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਵੀ ਇਹ 'ਚ ਬਹੁਤ ਸਾਰੀਆਂ ਸੰਭਾਵਨਾ ਰਹਿੰਦੀਆਂ ਹੋਰ ਉਹਨੂੰ ਕਿਤਨਾ ਬਿਹਤਰ ਕਰ ਸਕਦੇ ਹਾਂ ਜਾਂ ਉਹਨੂੰ ਇੰਪਰੂਵ ਕਰ ਸਕਦੇ ਹਾਂ ਮਾਤਾ ਨੈਣਾ ਦੇਵੀ ਦਾ ਕੁਛ ਹਿੱਸਾ ਪੰਜਾਬ 'ਚ ਹੈ ਕੁਛ ਹਿਮਾਚਲ 'ਚ ਸੋ ਇੱਕ ਟੂਰਿਜ਼ਮ ਰਿਲੀਜੀਅਸ ਟੂਰਿਜ਼ਮ ਦਾ ਸਰਕਟ ਬਣਦਾ ਹੈ ਜਿਹਨੂੰ ਲੈ ਕੇ ਸੈਂਟਰ ਸਰਕਾਰ ਤੋਂ ਫੰਡ ਲਿਆਵਾਂਗੇ ਖੇਡਾਂ ਨੂੰ ਪ੍ਰਮੋਟ ਕਰਾਂਗੇ ਰੋਪੜ ਔਰ ਨੰਗਲ 'ਚ ਵਾਟਰ ਸਪੋਰਟਸ ਦਾ ਬੜਾ ਸਕੋਪ ਹੈ ਇੰਟਰਨੈਸ਼ਨਲ ਫਲਾਈਟ ਦੀ ਜ਼ਰੂਰਤ ਹੈ ਮੋਹਾਲੀ ਨੂੰ ਬੰਗਾ ਤੋਂ ਅਨੰਦਪੁਰ ਸਾਹਿਬ 4 ਲੇਨ ਦਾ ਲਾਰਾ ਬਿੱਟੂ ਨੇ ਵੀ ਲਾਇਆ ਚੰਦੂਮਾਜਰਾ ਜੀ ਨੇ ਵੀ ਲਾਇਆ ਤਿਵਾਰੀ ਨੇ ਵੀ ਲਾਇਆ ਸਾਰਿਆਂ ਨੇ ਲਾਇਆ ਪਰ ਬਣਾਇਆ ਨਹੀਂ ਉਹ ਬਹੁਤ ਜ਼ਰੂਰਤ ਹੈ ਜਦੋਂ ਹੋਲੇ ਮਹੱਲੇ ਦੇ ਦਿਨ ਬਾਕੀ ਤਿਉਹਾਰਾਂ 'ਤੇ ਪੂਰਾ ਮਾਝਾ ਜਿਹੜਾ ਉਸ ਰੋਡ ਤੋਂ ਆਉਂਦਾ ਬਹੁਤ ਰੋਡ ਖਰਾਬ ਹੈ ਜਾਮ ਲੱਗਦੇ ਆ ਖੱਜਲ ਖਰਾਬੀ ਸੰਗਤ ਨੂੰ ਹੁੰਦੀ ਇਹ ਕੰਮ ਕਰਨ ਵਾਲਾ ਇਸੇ ਤਰੀਕੇ ਨਾਲ ਜਿਹੜਾ ਅਰਬਨ ਇਨਫਰਾਸਟ੍ਰਕਚਰ ਹੈ ਮੋਹਾਲੀ ਹੈ ਖਰੜ ਹੈ ਨਿਊ ਚੰਡੀਗੜ੍ਹ ਹੈ ਸਮਾਰਟ ਸਿਟੀਆਂ ਦੇ ਬਹੁਤ ਸਾਰੇ ਪ੍ਰੋਜੈਕਟ ਹੈ ਸੋ ਇਹ ਸ਼ਹਿਰਾਂ ਨੂੰ ਕੋਈ ਇੰਟਰਨੈਸ਼ਨਲ ਲੈਵਲ ਦਾ ਬਣਾਉਣ ਵਾਸਤੇ ਆਪਣਾ ਯੋਗਦਾਨ ਪਾਉਣ ਵਾਸਤੇ ਤਮਾਮ ਆਈਡੀਆ ਮੇਰੇ ਕੋਲ ਵਿਧਾਨ ਸਭਾ ਜੀ ਖੇਤੀ ਨੂੰ ਲੈ ਕੇ ਜਿਵੇਂ ਸਾਡੇ ਇੱਥੇ ਪਾਪੂਲਰ ਦੀ ਖੇਤੀ ਹੈ ਬਲਾਚੌਰ ਨਵਾਂਸ਼ਹਿਰ ਚਮਕੌਰ ਸਾਹਿਬ ਗੰਨੇ ਦੀ ਬਹੁਤ ਖੇਤੀ ਹੈ ਔਰ ਇਹ ਤਮਾਮ ਇਹਨਾਂ ਨੂੰ ਹੋਰ ਬਿਹਤਰ ਕਿਸ ਤਰ੍ਹਾਂ ਬਣਾਇਆ ਜਾ ਸਕਦਾ ਹੈ ਉਹ ਉਹਨਾਂ ਨੂੰ ਪ੍ਰੋਸੈਸਿੰਗ ਪਲਾਂਟ ਕਿਸ ਤਰ੍ਹਾਂ ਲਾਏ ਜਾ ਸਕਦੇ ਤਮਾਮ ਇਹ ਆਈਡੀਆ ਜਿਹਨਾਂ ਨੂੰ ਕੰਮ ਕਰਾਂਗੇ ਜੇ ਸਾਨੂੰ ਮੌਕਾ ਮਿਲਦਾ ਜੀ ਮੈਂ ਇਹ ਪੁੱਛਾਂ ਕਿ ਚੰਦੂਮਾਜਰਾ ਹੁਣੀ ਮੈਦਾਨ ਦੇ ਵਿੱਚ ਔਰ ਉੱਥੇ ਹੀ ਮੈਦਾਨ ਦੇ ਵਿੱਚ ਨੇ ਵਿਜੇਂਦਰ ਸਿੰਗਲਾ ਕਾਂਗਰਸ ਦੇ ਉਮੀਦਵਾਰ ਉੱਥੇ ਹੀ ਬੀਜੇਪੀ ਦੇ ਸੁਭਾਸ਼ ਸ਼ਰਮਾ ਜਿਹੜੀ ਪਾਰਟੀ ਦੇ ਵਿੱਚ ਤੁਸੀਂ ਸੀਗੇ ਕਿਸਾਨ ਅੰਦੋਲਨ ਵੇਲੇ ਤੁਸੀਂ ਬੀਜੇਪੀ ਛੱਡੀ ਫਿਰ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਸੀ ਇਹਨਾਂ ਤਿੰਨਾਂ ਦੇ ਵਿੱਚੋਂ ਮਾਲਵਿੰਦਰ ਕੰਗ ਵੱਖਰਾ ਆਪਣੇ ਆਪ ਨੂੰ ਕਿਵੇਂ ਮੰਨਦੇ ਆ ਜੇ ਮਾਲਵਿੰਦਰ ਕੰਗ ਨੂੰ ਹੀ ਇਹਨਾਂ ਚਾਰਾਂ 'ਚੋਂ ਫਿਰ BSP ਦੇ ਵੀ ਚੰਗਾ ਵੋਟ ਬੈਂਕ ਹੈਗਾ ਇਹਨਾਂ ਪੰਜਾਂ ਦੇ ਵਿੱਚੋਂ ਮਾਲਵਿੰਦਰ ਕੰਗ ਨੂੰ ਹੀ ਕਿਉਂ ਚੁਣਨ ਲੋਕ ਪਹਿਲੀ ਗੱਲ ਬੀਜੇਪੀ ਦੀ ਅਤੇ ਨਫ਼ਰਤ ਦੀ ਰਾਜਨੀਤੀ ਦੇ ਪੈਰ ਲੱਗਣੇ ਨਹੀਂ ਪੰਜਾਬ ਦੀ ਧਰਤੀ ਉਹਨਾਂ ਦਾ ਏਜੰਡਾ ਹੀ ਇਹ ਹੈ ਕਿ ਭਰਾਵਾਂ ਨੂੰ ਲੜਾ ਦਿਉ ਅਤੇ ਭਰਾਈਚਾਰੇ ਅਤੇ ਨਫ਼ਰ ਉਹਦਾ ਸਕੋਪ ਹੀ ਖਤਮ ਚੰਦੂਮਾਜਰੇ ਹੁਣਾਂ ਨੂੰ ਲੋਕਾਂ ਨੇ ਪਰਖ ਲਿਆ ਕਿਉਂਕਿ ਉਹਨਾਂ ਨੂੰ MP ਬਣਾਇਆ ਸੀ ਇਹਨਾਂ 'ਤੇ ਦੋਸ਼ ਇਹ ਆ ਵੀ ਸਾਰਾ ਪੈਸਾ ਜਿਹੜਾ MP ਲੈਡ ਫੰਡ 'ਚ MP ਲੈਡ ਫੰਡ ਦਾ ਜਿਹੜਾ ਪੈਸਾ ਸੀ ਸ਼੍ਰੀ ਅਨੰਦਪੁਰ ਸਾਹਿਬ ਦਾ ਪਟਿਆਲੇ ਲਾਇਆ ਕਿਉਂਕਿ ਪੁੱਤ ਨੂੰ MLA ਬਣਾਉਣਾ ਸੀ
ਔਰ ਫਿਰ ਇਹਨਾਂ ਨੇ ਬਤੌਰ ਪਾਰਲੀਮੈਂਟਰੀਅਨ ਕੋਈ ਇਹਨਾਂ ਦੀ ਪਰਫੋਰਮੈਂਸ ਨਹੀਂ ਗਈ, ਕੋਈ ਉੱਥੇ ਗੱਲ ਨਹੀਂ ਕਰਦੇ, ਕੋਈ ਕੰਸਟੀਟਿਊਸ਼ਨਲ ਫਰੇਮਵਰਕ 'ਚ ਇਹਨਾਂ ਨੂੰ ਗੱਲ ਕਰਨੀ ਵੀ ਨਹੀਂ ਆਉਂਦੀ, ਨਾ ਇਹਨਾਂ ਨੂੰ ਫੈਡਰਲ ਸਟਰਕਚਰ ਦਾ ਕੋਈ ਗਿਆਨ ਹੈ। ਮੈਂ ਵੇਖਿਆ ਇਹਨਾਂ ਦਾ IQ ਲੈਵਲ ਕਿੰਨਾ ਹੈ, ਇਹ ਤਾਂ ਬਸ ਇਹ ਹੈ ਵੀ ਇਹ ਤਾਂ ਆਪਣੀਆਂ ਜਬੜੀਆਂ ਜਿਹਾ ਮਾਰ ਕੇ ਆ ਜਾਂਦੇ, ਉੱਥੇ ਕੋਠੀਆਂ ਮਿਲ ਜਾਂਦੀਆਂ ਵਧੀਆ ਚੰਗੀ, ਅਤੇ ਲੋਕਾਂ ਦੇ ਵਿਆਹਾਂ ਭੋਗਾਂ 'ਤੇ ਜਾਏ ਅਤੇ ਆ ਗਏ। ਇਸੇ ਤਰੀਕੇ ਨਾਲ ਦੂਜੇ ਜਿਹੜੇ ਰਹਿ ਗਏ ਆ ਸਿੰਗਲਾ ਸਾਹਿਬ, ਸਿੰਗਲਾ ਸਾਹਿਬ 'ਤੇ ਕਾਂਗਰਸ 'ਚ ਮਜਬੂਰੀ 'ਚ ਕੈਂਡੀਡੇਟ ਕੱਢਿਆ, ਕੈਂਡੀਡੇਟ ਕੋਈ ਮਿਲ ਨਹੀਂ ਰਿਹਾ ਸੀ, ਅਤੇ ਉਹਨੂੰ ਲਿਆਏ ਸੰਗਰੂਰ ਤੋਂ। ਸੰਗਰੂਰ 'ਚੋਂ ਆਲਰੇਡੀ MP ਰਹਿ ਚੁੱਕਿਆ, ਮਿਨਿਸਟਰ ਰਹਿ ਚੁੱਕਿਆ PWD ਪੰਜਾਬ 'ਚ। ਜਿਹੜਾ ਬੰਦਾ ਆਪਣਾ ਹਲਕਾ ਛੱਡ ਕੇ ਆ ਰਿਹਾ, ਔਰ ਉਹ ਵੀ ਪਿਤਾ ਪੁਰਖੀ ਰਾਜਨੀਤੀ ਦਾ ਪ੍ਰੋਡਕਟ ਹੈ, ਇਹਦਾ ਪਿਓ ਵੀ ਲੀਡਰ ਸੀ, ਇਹ ਵੀ ਲੀਡਰ ਹੈ, ਸੋਚੋ ਤੁਸੀਂ ਆਪ ਕੋਈ ਬੰਦਾ ਆਪਣੀ ਕੌਂਸਟੀਟੈਂਸੀ ਛੱਡਦਾ, ਛੱਡੂਗਾ ਉਹ ਜਿਹਨੂੰ ਪਤਾ ਹੈ ਕਿ ਮੇਰੀ ਅਸਲੀਅਤ ਲੋਕਾਂ ਨੂੰ ਪਤਾ ਲੱਗ ਗਈ ਹੈ, ਮੈਂ ਲੋਕਾਂ ਜਾਣ ਜੋਗਾ ਨਹੀਂ, ਲੋਕ ਮੇਰੇ ਜਿਹੜੇ ਆ ਮਗਰ ਪੈਣਗੇ ਮੈਨੂੰ ਜਿਹੜਾ ਆ ਸਵਾਲ ਪੁੱਛਣਗੇ। ਇਸ ਕਰਕੇ ਸ਼੍ਰੀ ਅਨੰਦਪੁਰ ਸਾਹਿਬ 'ਚ ਆ ਗਿਆ, ਅਤੇ ਉਹਨੂੰ ਕੋਈ ਜਾਣਦਾ ਵੀ ਕੋਈ ਨਹੀਂ। ਮੈਂ ਵਿਦਿਆਰਥੀ ਰਾਜਨੀਤੀ 'ਚੋਂ ਆਇਆ, ਕੋਈ ਦਾਗ ਨਹੀਂ, ਕੋਈ ਕਰੈਕਟਰ 'ਤੇ ਉਂਗਲ ਨਹੀਂ ਖੜੀ ਕਰ ਸਕਦਾ, ਸਾਫ਼ ਸੁਥਰੀ ਸਿਆਸਤ ਕੀਤੀ ਆ। ਜਦੋਂ ਪੰਜਾਬ ਨਾਲ ਖੜਨ ਦੀ ਲੋੜ ਸੀ ਉਦੋਂ BJP ਨੂੰ ਲੱਤ ਮਾਰ ਕੇ ਆਏ ਹਾਂ, ਹੁਣ BJP ਦੇ ਪੈਰਾਂ 'ਚ ਡਿੱਗਦੇ ਫਿਰਦੇ। ਜਿੰਨੇ ਅਕਾਲੀ ਬਾਕੀ ਕਾਂਗਰਸੀ, ਇਹਨਾਂ ਨੂੰ ਇੰਨੀ ਲਾਲਚ ਹੈ ਸੱਤਾ 'ਚ ਰਹਿਣ ਦਾ, ਅਸੀਂ ਸੱਤਾ ਨੂੰ ਲੱਤ ਮਾਰ ਕੇ ਆਏ ਹਾਂ। ਇਸ ਕਰਕੇ ਸਾਡੇ 'ਚ ਇਹ ਵੀ ਹੈ ਕਿ ਅਸੀਂ ਆਪਣੇ ਤਿਆਗ ਵੀ ਕਰ ਸਕਦੇ ਹਾਂ, ਆਪਣੇ ਲੋਕਾਂ ਨਾਲ ਖੜ ਸਕਦੇ ਹਾਂ। ਫਿਰ ਗੁਰੂ ਸਾਹਿਬ ਦੀ ਕਿਰਪਾ ਹੈ, ਔਰ ਯੂਨੀਵਰਸਿਟੀਆਂ 'ਚ ਸਾਡੀ ਐਜੂਕੇਸ਼ਨ ਹੋਈ, MA LLB ਮੈਂ ਕੀਤੀ ਹੈ, ਕੌਂਸਟੀਟਿਊਸ਼ਨਲ ਫਰੇਮਵਰਕ 'ਚ ਗੱਲ ਕਰਨੀ ਵੀ ਆਉਂਦੀ ਹੈ, ਮਤ ਰੱਖਣਾ ਵੀ ਹੁੰਦਾ ਹੈ, ਡਿਬੇਟ 'ਚ ਹਿੱਸਾ ਲੈਣਾ ਵੀ ਹੁੰਦਾ ਹੈ, ਕਿਉਂਕਿ ਸੈਨੇਟ 'ਚ ਬਤੌਰ ਸੈਨੇਟਰ ਮੈਨੂੰ ਬਹੁਤ ਇੰਟਲੈਕਚੁਅਲ ਹਾਊਸ 'ਚ ਰਹਿਣ ਦਾ ਮੌਕਾ ਮਿਲਿਆ 8 ਸਾਲ। ਸੋ ਮੈਨੂੰ ਲੱਗਦਾ ਇਹ ਤਮਾਮ ਜਿਹੜੇ ਫੈਕਟਰ ਹੈ ਉਹ ਮੇਰੇ ਲਈ ਸਹਾਇਕ ਹੋਣਗੇ, ਔਰ ਮਾਨ ਸਾਹਿਬ ਦੀ ਸਰਕਾਰ ਦੀਆਂ ਜਿਹੜੀਆਂ ਉਪਲਬਧੀਆਂ ਹੈ ਉਹਦੇ ਤੋਂ ਲੋਕ ਭਗਵੰਤ ਮਾਨ 'ਤੇ ਭਰੋਸਾ ਜਿਤਾ ਰਹੇ, ਔਰ ਲੋਕਾਂ ਦਾ ਇਹ ਮਤ ਹੈ ਕਿ ਭਗਵੰਤ ਮਾਨ ਜੀ ਨੂੰ ਤਗੜਾ ਕਰਨਾ ਚਾਹੀਦਾ ਹੈ, ਔਰ ਮੋਦੀ ਦੀ ਤਾਨਾਸ਼ਾਹੀ ਨੂੰ ਦੇਸ਼ 'ਚੋਂ ਖਤਮ ਕਰਨਾ ਚਾਹੀਦਾ, ਜਿਹਨੂੰ ਆਮ ਆਦਮੀ ਪਾਰਟੀ ਖਤਮ ਕਰ ਸਕਦੀ। ਅਗਲਾ ਪਿੰਡ ਵੀ ਆ ਗਿਆ, ਅਖੀਰਲਾ ਮੇਰਾ ਇਹ ਸਵਾਲ ਹੈ ਤੁਹਾਡੇ ਤੋਂ ਕਿ BJP ਦੇ ਵਿੱਚ ਤੁਸੀਂ ਰਹੇ, ਜਦੋਂ ਸਟੂਡੈਂਟ ਪੋਲਿਟਿਕਸ 'ਚੋਂ ਨਿਕਲੇ ਫਿਰ ਤੁਸੀਂ BJP ਚਲੇ ਗਏ, ਪਰ BJP ਨੂੰ ਤੁਸੀਂ ਉਸ ਵੇਲੇ 'ਤੇ ਵੇਲੇ ਛੱਡ ਕੇ ਜਦੋਂ ਕਿਸਾਨ ਅੰਦੋਲਨ ਬਹੁਤ ਪੀਕ ਦੇ ਉੱਪਰ ਸੀ, ਤੁਸੀਂ ਡੈਜ਼ੀਗਨੇਸ਼ਨ ਵੀ ਸੀ ਤੁਹਾਡੇ ਕੋਲ, ਤੁਸੀਂ ਆਪਣਾ ਅਹੁਦਾ ਛੱਡ ਕੇ ਔਰ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ, ਅੱਜ ਤੁਸੀਂ ਉਸੇ ਜਿਹੜੀ BJP ਨਾਲ ਰਹੇ ਹੋ ਲੰਬਾ ਸਮਾਂ ਉਹਦੇ 'ਤੇ ਬਹੁਤ ਵਰਦੇ ਹੋ, ਤੁਸੀਂ ਕਹਿੰਦੇ ਹੋ ਕਿ ਮੋਦੀ ਹੁਣੀ ਤਾਨਾਸ਼ਾਹੀ ਰਾਜ ਲਿਆ ਦੇਣਗੇ, ਤੁਹਾਨੂੰ ਲੱਗਦੀ ਹੈ ਗੱਲ ਤੁਸੀਂ ਵਿੱਚ ਵੀ ਰਹੇ ਹੋ, ਤੁਸੀਂ ਤਾਂ ਬਹੁਤ ਬਿਹਤਰ ਜਾਣਦੇ ਹੋ। 14 ਤੋਂ ਪਹਿਲੀ BJP ਸੀ ਜਿਹੜੀ ਅਟਲ ਬਿਹਾਰੀ ਵਾਜਪੇਈ ਜੀ ਦੀ, ਮੈਂ ਭਾਸ਼ਣਾਂ 'ਚ ਵੀ ਕਹਿੰਦਾ, ਮੈਂ ਤੁਹਾਡੇ ਸਾਹਮਣੇ ਨਹੀਂ ਕਹਿ ਰਿਹਾ, ਮੇਰੇ ਕਈ ਭਾਸ਼ਣਾਂ 'ਚ ਮੈਂ ਜ਼ਿਕਰ ਕੀਤਾ ਚੰਗੇ ਲੀਡਰ ਵੀ ਹੋਏ ਇਸ ਦੇ 'ਚ, ਲੇਕਿਨ 14 ਤੋਂ ਬਾਅਦ ਤਾਂ ਇਹਨਾਂ ਨੇ ਤਾਨਾਸ਼ਾਹੀ ਰਵੱਈਆ ਅਪਣਾ ਲਿਆ, ਘੱਟ ਗਿਣਤੀਆਂ ਦੇ ਖਿਲਾਫ ਜਿਸ ਤਰੀਕੇ ਨਾਲ ਅੱਤਿਆਚਾਰ ਕੀਤਾ, ਹਰ ਰੋਜ਼ ਨਵੇਂ ਕਾਨੂੰਨ ਬਣਾਏ ਜਿਹਦੇ ਸੂਬਿਆਂ ਦੇ ਹੱਕ ਮਾਰੇ ਗਏ ਆ, ਦਲਿਤ ਔਰ ਘੱਟ ਗਿਣਤੀਆਂ 'ਤੇ ਬਹੁਤ ਜ਼ਿਆਦਾ ਮਤਲਬ ਇਹਨਾਂ ਨੇ ਉਹਨਾਂ ਦੇ ਹੱਕਾਂ 'ਤੇ ਢਾਹ ਲਾਈ ਹੈ। ਸੋ ਉਹਨਾਂ ਦੀ ਜਿਹੜੀ ਤਾਨਾਸ਼ਾਹੀ ਹੈ ਉਹ ਤਾਂ ਬਹੁਤ ਖਤਰਨਾਕ ਹੈ। ਫਿਰ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਕਾਲੇ ਬਿੱਲੇ ਆਏ, ਕਿਸਾਨੀ ਅੰਦੋਲਨ ਪੀਕ 'ਤੇ ਨਹੀਂ ਸੀ ਜਦੋਂ ਮੈਂ ਛੱਡੀ ਆ, ਕਿਸਾਨੀ ਅੰਦੋਲਨ 'ਤੇ ਸ਼ੁਰੂਆਤ 'ਤੇ ਸੀ, ਲੇਕਿਨ BJP ਦੀ ਸੱਤਾ ਪੀਕ 'ਤੇ ਸੀ ਜਦੋਂ ਮੈਂ ਛੱਡੀ ਆ, ਜਿਹਨੂੰ ਹੁਣ ਇਹ ਕਿਸਾਨ ਅੰਦੋਲਨ ਦੀ ਸ਼ੁਰੂਆਤ, ਹਾਂ ਮੈਂ ਸ਼ੁਰੂਆਤ 'ਚ ਹੀ ਛੱਡਤਾ ਸੀ ਵੀ ਜਿਹੜੀ ਗੱਲ ਸਹੀ ਹੈ ਜਿਹੜੀ ਗਲਤ ਹੈ ਗਲਤ ਹੈ, ਔਰ BJP ਦੀ ਸੱਤਾ ਨੂੰ ਮੈਂ ਲੱਤ ਮਾਰ ਕੇ ਆਇਆ, ਕਿਉਂਕਿ ਰਾਜਨੀਤਿਕ ਸਿਧਾਂਤਾਂ ਨਾਲ ਕੀਤੀ ਆ, ਜਿਹੜਾ ਫੈਸਲੇ ਹਮੇਸ਼ਾ ਲਏ ਆ ਆਪਣੇ ਲੋਕਾਂ ਦੇ ਹੱਕ 'ਚ ਲਏ। ਸਭ ਤਾਂ ਮਲਵਿੰਦਰ ਸਿੰਘ ਕੰਗ ਸਾਡੇ ਨਾਲ ਸੀਗੇ ਔਰ ਅਗਲੇ ਪਿੰਡ ਪਹੁੰਚ ਗਏ ਆ ਕੰਗ ਹੁਣੀ। ਇਸ ਪਿੰਡ ਦੇ ਵਿੱਚ ਦੇਖਦੇ ਹਾਂ ਕਿਹੋ ਜਿਹਾ ਰਿਸਪੌਂਸ ਆ ਲੋਕਾਂ ਦਾ, ਕਿਉਂਕਿ ਕੰਗ ਹੁਣੀ ਜਾ ਰਹੇ ਆ, ਲੋਕਾਂ ਤੋਂ ਵੋਟਾਂ ਦੇਣ ਦੀ ਅਪੀਲ ਕਰ ਰਹੇ ਆ। ਇਸ ਪਿੰਡ ਦੇ ਲੋਕ ਕੀ ਕਹਿੰਦੇ ਆ, ਆਓ ਚੱਲਦੇ ਹਾਂ ਦੇਖਦੇ ਹਾਂ। ਮਲਵਿੰਦਰ ਸਿੰਘ ਕੰਗ ਹੁਣਾਂ ਦੇ ਨਾਲ ਲਗਾਤਾਰ ਅਸੀਂ ਚੱਲ ਰਹੇ ਹਾਂ ਔਰ ਲਗਾਤਾਰ ਇਹਨਾਂ ਦਾ ਦੇਖ ਰਹੇ ਹਾਂ ਕਿ ਚੋਣ ਪ੍ਰਚਾਰ ਕਿਸ ਤਰੀਕੇ ਦੇ ਨਾਲ ਚੱਲ ਰਿਹਾ, ਗੱਲਾਂ ਬਾਤਾਂ ਵੀ ਕਰਦੇ ਹਾਂ। ਕੰਗ ਸਾਹਿਬ, ਬਹੁਤ ਸਾਰੇ ਲੋਕ ਮਿਲਦੇ ਆ,
ਔਰ ਕੋਈ ਇਮੋਸ਼ਨਲ ਵੀ ਹੋ ਜਾਂਦਾ ਦੇਖ ਕੇ। ਮੈਂ ਜੀ ਸਿੱਧਾ ਜਿਹਾ ਪੁੱਛਾਂ ਕਿ ਮਾਲਵਿੰਦਰ ਸਿੰਘ ਕੰਗ ਇੱਕ ਇਮੋਸ਼ਨਲ ਬੰਦਾ ਜਾਂ ਕਿੱਦਾਂ? ਦੇਖੋ ਇਮੋਸ਼ਨਸ ਤਾਂ ਸੁਭਾਵਿਕ ਜੀ ਗੱਲ ਹੈ, ਇਮੋਸ਼ਨ ਤਾਂ ਹੁੰਦਾ ਹੀ ਹੈ ਇਨਸਾਨ 'ਚ, ਹੋਣੇ ਵੀ ਚਾਹੀਦੇ। ਮੈਨੂੰ ਲੱਗਦਾ ਜਿਹਦੇ 'ਚ ਇਨਸਾਨੀਅਤ ਦਾ ਭਾਅ ਆ ਉਹਦੇ 'ਚ ਇਮੋਸ਼ਨਸ ਵੀ ਆਉਣਗੇ, ਬੜੀ ਸਪਸ਼ਟ ਜੀ ਗੱਲ ਹੈ। ਉਹ ਗੱਲ ਵੱਖਰੀ ਆ ਵੀ ਕਈ ਵਾਰ ਤੁਸੀਂ ਇੱਕ ਪਬਲਿਕ 'ਚ, ਜਦੋਂ ਤੁਸੀਂ ਪਬਲਿਕ ਦੇ ਉਹ ਹੁੰਦੇ ਹੋ, ਪਬਲਿਕ ਫਿਗਰ ਕਹਿ ਲਓ ਜਾਂ ਨੁਮਾਇੰਦੇ, ਤਾਂ ਫਿਰ ਕਈ ਵਾਰ ਇਮੋਸ਼ਨਸ 'ਤੇ ਤੁਹਾਨੂੰ ਕੰਟਰੋਲ ਰੱਖਣਾ ਪੈਂਦਾ ਹੈ। ਅਦਰਵਾਈਜ਼ ਜਿਹੜਾ ਵੀ ਬੰਦਾ ਥੋੜ੍ਹਾ ਬਹੁਤ ਵੀ ਅਗਰ ਇਨਸਾਨੀਅਤ ਪੱਖ ਹੈਗਾ, ਉਹ 'ਚ ਇਮੋਸ਼ਨਸ 100% ਹੁੰਦੇ। ਕਿਹੜੀ ਚੀਜ਼ ਨੂੰ ਲੈ ਕੇ ਇਮੋਸ਼ਨਲ ਹੋ ਜਾਂਦੇ ਹੋ, ਕਦੇ ਸੋਚਦੇ ਹੋ ਕਿਸੇ ਚੀਜ਼ ਨੂੰ ਲੈ ਕੇ? ਬਹੁਤ ਸਾਰੀਆਂ ਚੀਜ਼ਾਂ ਆ। ਦੇਖੋ ਇੱਕ ਤਾਂ ਮੈਨੂੰ ਕਈ ਵਾਰ ਇਹ ਲੱਗਦਾ ਹੁੰਦਾ ਵੀ ਆਪਣਾ ਜਿਸ ਤਰ੍ਹਾਂ ਪੰਜਾਬ ਹੈ ਨਾ, ਗੁਰੂਆਂ ਦੀ ਧਰਤੀ ਹੈ, ਕਿੱਡਾ ਪਿੱਛੇ ਜੇ ਤਾਂ ਇੱਕ ਜਿਸ ਤਰ੍ਹਾਂ ਟ੍ਰੈਂਡ ਚੱਲ ਗਿਆ ਵੀ ਹਰ ਬੰਦਾ ਹੀ 100 ਕਰੋੜ ਦਾ ਮਾਲਕ ਸੀ, ਉਹ ਵੀ ਕਹਿੰਦਾ ਮੇਰਾ ਬੱਚਾ ਬਾਹਰ ਹੈ। ਜਿਹੜਾ 100 ਰੁਪਈਆ ਦਿਹਾੜੀ ਕਮਾਉਂਦਾ ਉਹ ਵੀ ਕੋਸ਼ਿਸ਼ ਹੈ ਵੀ ਮੇਰਾ ਬੱਚਾ ਬਾਹਰ ਚਲੇ ਜਾਵੇ। ਮੇਰੇ ਮਨ 'ਚ ਕਈ ਵਾਰ ਬੜਾ ਆਉਣਾ ਯਾਰ ਸਾਰੇ ਚਲੇ ਜਾਵਾਂਗੇ, ਇੱਥੇ ਕੀ ਬਹੂ, ਸਾਡੀ ਕੌਮ ਦਾ ਕੀ ਬਣੂ, ਸਾਡੀ ਬੋਲੀ ਦਾ ਕੀ ਬਣੂ? ਕਿਉਂਕਿ ਵਿਕਰਮ ਜਿੱਤੇ ਬਾਹਰ ਗਏ ਨਾ, ਉਹ ਤੀਜੀ ਪੀੜ੍ਹੀ ਤਾਂ ਉਹਨਾਂ ਦੇ ਵੀ ਸਿੱਖ ਜਾਂ ਪੰਜਾਬੀ ਤਾਂ ਰਹੀ ਨਹੀਂ, ਉਹ ਬਦਲ ਗਏ। ਉਹਨਾਂ ਦੇ ਨਾ ਬੋਲੀ ਦਾ ਪਤਾ, ਨਾ ਉਹਨਾਂ ਨੂੰ ਆਪਣੇ ਕਲਚਰ ਦਾ ਪਤਾ, ਨਾ ਵਿਰਸੇ ਦਾ। ਫਿਰ ਇਹ ਗੱਲ ਦਾ ਬੜਾ ਮਨ 'ਚ ਦੁੱਖ ਹੁੰਦਾ। ਚਲੋ ਮਾਨ ਸਾਹਿਬ ਆਏ, ਉਹਨਾਂ ਨੇ ਕੁਛ ਸੁਧਾਰ ਕੀਤੇ, ਅੱਜ ਤਾਂ ਖੈਰ ਬਹੁਤ ਜ਼ਿਆਦਾ ਕਰਨ ਵਾਲਾ ਆ। ਇਸ ਗੱਲ ਨੂੰ ਲੈ ਕੇ ਬੜਾ ਬੰਦਾ, ਫਿਰ ਇੱਕ ਹੁੰਦਾ ਹੈ ਵੀ ਜਿਹੜਾ ਆਪਣਾ ਆਪਾਂ ਸਾਰੇ ਕਿਸਾਨੀ ਪਰਿਵਾਰਾਂ 'ਚ, ਕਿਸਾਨੀ ਪਰਿਵਾਰਾਂ 'ਚ ਕਿਸਾਨ ਦੀ ਜਿਹੜੀ ਉਹ ਆ ਪੂਰੀ ਜਿਹੜੀ ਕੰਡੀਸ਼ਨ ਬੜੀ ਮਤਲਬ ਤਰਸਯੋਗ ਹੈ ਕਿ ਫਸਲ ਪੈਦਾ ਕੀਤੀ ਹੈ ਅਤੇ ਉੱਤੋਂ ਗੜੇ ਪੈ ਗਏ, ਬਰਸਾਤ ਹੋ ਗਈ ਜਾਂ ਸੁੱਕਾ ਪੈ ਗਿਆ, ਕੋਈ ਉਹਦੀ ਇੰਸ਼ੋਰਿਟੀ ਨਹੀਂ, ਕੋਈ ਉਹਦੀ ਮਤਲਬ ਗਰੰਟੀ ਕੋਈ ਨਹੀਂ। ਔਰ ਕਈ ਵਾਰ ਵੇਖੀਦਾ ਵੀ ਬੜੇ ਬੁਰੇ ਹਾਲਾਤਾਂ 'ਚ ਬੰਦਾ ਜਿਹੜਾ ਆ ਆਪਣਾ ਘਰ ਚਲਾ ਰਿਹਾ ਹੁੰਦਾ, ਜਿਹੜਾ ਸਾਡਾ ਮਜ਼ਦੂਰ ਹੈ, ਕਈਆਂ ਦਾ 3-3 ਪੀੜ੍ਹੀਆਂ ਹੋ ਗਏ ਮਜ਼ਦੂਰੀ ਹੀ ਕਰੀ ਜਾਂਦਾ, ਉਹਦਾ ਸੁਧਾਰ ਹੀ ਨਹੀਂ ਆਇਆ, ਬੱਚਿਆਂ ਨਹੀਂ ਪੜ੍ਹਾਈ, ਐਵੇਂ ਦੀਆਂ ਗੱਲਾਂ ਲੈ ਕੇ ਕਈ ਵਾਰ ਬੜੀ ਫਿਕਰਮੰਦੀ ਆ। ਮੈਨੂੰ ਮੇਨ ਤਾਂ ਇਹੀ ਹੁੰਦਾ, ਇੱਕ ਮੈਨੂੰ ਮੇਨ ਮੇਰੇ ਮਨ 'ਚ ਆਹੀ ਹੁੰਦਾ, ਆਪਣੀ ਮੇਰਾ ਆਹ ਬਹੁਤ ਵੱਡਾ ਹਿੱਸਾ ਵੀ ਆਪਣਾ ਨਾ ਕੌਮ ਦਾ ਭਵਿੱਖ, ਕੌਮ ਦਾ ਭਵਿੱਖ ਕੀ ਹੈ, ਇਹ ਗੱਲ ਮੇਰੇ ਬੜੀ ਵਾਰ ਵਾਰ ਆਉਂਦੀ ਹੈ। ਮਤਲਬ ਮੈਂ ਐਵੇਂ ਟੀ ਵੀ 'ਤੇ ਕਹਿਣ ਵਾਸਤੇ ਕਹਿ ਨਹੀਂ ਕਹਿ ਰਿਹਾ, ਮੇਰੇ ਦਿਲ 'ਚ ਹੈ ਵੀ ਜਦੋਂ ਮੈਂ ਕਈ ਇਤਿਹਾਸ ਪੜ੍ਹੇ ਕਈ ਕੌਮਾਂ ਦੇ ਜਿਹੜੀਆਂ ਨਾ ਸਰਵਾਈਵ ਨਹੀਂ ਕਰ ਰਹੀਆਂ, ਉਹਨਾਂ ਦੀ ਬੋਲੀ ਵੀ ਖਤਮ ਹੋ ਗਈ, ਉਹਨਾਂ ਦਾ ਕਲਚਰ ਵੀ ਖਤਮ ਹੋ, ਆਪਾਂ ਨੂੰ ਬਹੁਤ ਕਈ ਵਾਰ ਫਿਕਰਮੰਦੀ ਉੱਠਦੀ ਯਾਰ ਸਾਡਾ ਵੀ ਕੀ ਬਣੂਗਾ ਵੀ ਜੇ ਇਸ ਤਰ੍ਹਾਂ ਹੀ ਮਾਈਗ੍ਰੇਸ਼ਨ ਹੋ ਗਈ, ਆ ਇੱਥੇ ਵੀ ਅਸੀਂ ਮਤਲਬ ਆਪਣੀ ਬੋਲੀ ਤੋਂ ਦੂਰ ਹੁੰਦੇ ਰਹੇ, ਕਲਚਰ ਤੋਂ, ਆ ਜਿਹੜੀ ਸ਼ਹਿਰੀ ਚੱਕਾ ਚੌਂਚ ਪੈ ਕੇ। ਪਰ ਇਹ ਆ ਵੀ ਰੱਬ ਜਿਹੜਾ ਨਾ ਪਰਮਾਤਮਾ ਬੜੀ ਵੱਡੀ ਚੀਜ਼ ਹੈ, ਬੇਅੰਤ ਹੈ, ਬਸ ਗੁਰੂ ਦੇ ਲੜ ਲੱਗੇ ਰਹੋ, ਹਾਲਾਤ ਬਦਲ ਜਾਂਦੇ ਆ। ਔਰ ਮੈਨੂੰ ਲੱਗਦਾ ਪੰਜਾਬ ਦੇ ਵੀ ਬਦਲਣੇ ਸ਼ੁਰੂ ਹੋ ਗਏ। ਇਸ ਚੀਜ਼ ਨੂੰ ਲੈ ਕੇ ਫਿਕਰਮੰਦ ਹੁੰਦੇ ਹੋ ਤੁਸੀਂ? ਫਿਕਰਮੰਦ ਵੀ ਹੁੰਦੇ, ਬਹੁਤ ਜ਼ਿਆਦਾ ਹੁੰਦਾ, ਮੈਂ ਬਹੁਤ ਸੋਚਦਾ ਇਹਦੇ ਬਾਰੇ। ਕਈ ਵਾਰ ਮੈਨੂੰ ਕਹਿੰਦੇ ਯਾਰ ਤੈਨੂੰ ਤੂੰ ਠੇਕਾ ਲੈ ਰੱਖਿਆ ਸਾਰੀ, ਉਹ ਮੈਂ ਕਿਹਾ ਠੇਕਾ ਕਿਸੇ ਨੂੰ ਤਾਂ ਲੈਣਾ ਹੀ ਪੈਣਾ, ਕੌਣ ਲਊਗਾ? ਮਤਲਬ ਯਾਰ ਦੋਸਤ ਮਿੱਤਰ ਕਈ ਵਾਰ ਕਹਿ ਦਿੰਦੇ ਆ ਤੂੰ ਕੀ ਠੇਕਾ ਲੈ ਰੱਖਿਆ। ਮਤਲਬ ਹੁਣ ਫੋਰ ਐਗਜ਼ਾਮਪਲ ਮੇਰਾ ਬ੍ਰਦਰ ਬਾਹਰ UK ਹੈ ਨਾ, ਉਹ ਕਈ ਸਾਲਾਂ ਦਾ ਹੈ, 2000 ਤੱਕ ਉਹਦੇ ਬੱਚੇ ਪੰਜਾਬੀ ਨਹੀਂ ਜਾਣਦੇ ਸੀ ਪਹਿਲਾਂ। ਹੁਣ ਮੈਨੂੰ ਮੇਰਾ ਪੂਰਾ ਜ਼ੋਰ ਲੱਗਿਆ ਹੋਇਆ ਵੀ ਮੈਂ ਉਹਨੂੰ ਕਿਹਾ ਵੀ ਤੂੰ ਕੋਈ ਨਹੀਂ, ਆਪਾਂ ਘੱਟ ਇੱਥੇ ਘੱਟ ਵੱਧ ਸਹੀ ਕਾਰੋਬਾਰ, ਰੋਟੀ ਖਰਚੇ, ਵੀ ਤੂੰ ਇਹ ਬੱਚਿਆਂ ਨੂੰ 5-7 ਸਾਲ ਇੱਥੇ ਲਵਾ ਆਪਣੀ ਬੋਲੀ ਲਾ, ਹੁਣ ਸਾਲ ਲਾ ਕੇ ਗਏ ਪਰ ਹੁਣ ਆ ਜੂਗਾ।
ਅਗਲੇ ਸਾਲ ਉਹਦੀ ਉਹਨਾਂ ਦਾ ਜਿਹੜਾ ਸਕੂਲਿੰਗ ਦਾ ਜਿਹੜਾ ਨਰਸਰੀ ਵਾਲਾ ਖਤਮ ਹੋ ਚੱਲਿਆ, ਫਿਰ ਉਹਨੇ ਮੈਨੂੰ ਬਣਾਇਆ ਹੋਇਆ ਵੀ 5-7 ਸਾਲ ਕੀ ਪਰਮਾਨੈਂਟ ਵੀ ਆ ਜਾਣ, ਕਿਉਂਕਿ ਚਲੋ ਘੱਟ ਸਹੀ ਵੱਧ ਸਹੀ ਆਪਣੇ ਮੁਲਕ 'ਚ ਰਹੋ, ਆਪਣੇ ਲੋਕਾਂ 'ਚ ਰਹੋ, ਇਹ ਗੱਲ। ਚਲੋ ਮੈਂ ਥੋੜ੍ਹਾ ਜਿਹਾ ਗੱਲ ਯੂਨੀਵਰਸਿਟੀ ਵਾਲੇ ਪਾਸੇ ਲੈ ਕੇ ਜਾਂਦਾ ਕਿ ਗੋਲਡੀ ਹੁਣੀ ਤੁਹਾਡੇ ਨਾਲ ਵੀ ਰਹੇ, ਤੁਹਾਡੇ ਵਿਰੋਧੀ ਵੀ ਰਹੇ ਆ, ਹੁਣ ਗੋਲਡੀ ਹੁਣੀ ਫਿਰ ਤੁਹਾਡੇ ਨਾਲ ਹੋ ਗਏ, ਹੁਣ ਤੁਹਾਡੀ ਪਾਰਟੀ 'ਚ ਆ ਗਏ, ਗੋਲਡੀ ਪੁਰਾਣਾ ਰਿਲੇਸ਼ਨ ਆ ਗੋਲਡੀ ਹੁਣਾਂ ਨਾਲ ਤੁਹਾਡੇ, ਦਲਵੀਰ ਗੋਲਡੀ ਨਾਲ? ਗੋਲਡੀ ਇਸ ਤਰ੍ਹਾਂ ਹੀ ਛੋਟਾ ਵੀਰ ਹੈ, ਚਲੋ ਆਪਣਾ ਮੁੰਜਾ ਚੰਗਾ ਮੁੰਡਾ। ਗੋਲਡੀ ਨੇ ਐਸ ਡੀ ਕਾਲਜ ਸੋਪੂ ਵੱਲੋਂ ਇਲੈਕਸ਼ਨ ਲੜੀ ਸੀ, ਪਰ ਜਦੋਂ ਯੂਨੀਵਰਸਿਟੀ ਦਾਖਲਾ ਲਿਆ ਤਾਂ ਗੋਲਡੀ ਦਾ ਦਾਖਲਾ ਮੈਂ ਕਰਵਾਇਆ ਸੀ, ਉਹਨੂੰ ਪੁੱਛ ਲਿਓ ਤੁਸੀਂ, ਫਿਲੋਸਫੀ ਡਿਪਾਰਟਮੈਂਟ 'ਚ ਮੈਂ ਦਾਖਲਾ ਕਰਾਇਆ ਸੀ ਉਹਦਾ, ਅਤੇ ਔਰ ਉਹਨੇ ਇਸ ਗੱਲ ਨੂੰ ਉਸ ਗੱਲ ਨੂੰ ਮੰਨਦਾ ਵੀ ਆ। ਜਦੋਂ ਗੋਲਡੀ ਨੇ ਪ੍ਰਧਾਨਗੀ ਦਾ ਇਲੈਕਸ਼ਨ ਲੜਿਆ ਸੀ ਨਾ ਪਹਿਲਾਂ, ਮੈਂ ਉਦੋਂ ਯੂਨੀਵਰਸਿਟੀ ਸਰਗਰਮ ਸੀਗਾ, ਅਤੇ ਗੋਲਡੀ ਨੇ ਆਪਣੀਆਂ ਸਪੀਚਾਂ 'ਚ ਵੀ ਇਹ ਗੱਲ ਕਹੀ, ਕੰਗ ਭਾਈ ਨੇ ਮੇਰਾ ਦਾਖਲਾ ਕਰਾਇਆ ਬੇਸ਼ੱਕ ਮੇਰੀ ਪਾਰਟੀ। ਔਰ ਜਦੋਂ ਯੂਨੀਵਰਸਿਟੀ 'ਚ ਵੀ ਗੋਲਡੀ ਸ਼ੁਰੂਆਤ 'ਚ ਆਇਆ, ਇੱਕ ਮਹੀਨਾ ਮੇਰੇ ਕੋਲ ਮੇਰੇ ਕਮਰੇ 'ਚ ਹੀ ਰਿਹਾ, ਜਦੋਂ ਉਹਦਾ ਦਾਖਲਾ ਨਹੀਂ ਹੋਇਆ ਅਜੇ, ਗਰਮੀਆਂ 'ਚ ਨਹੀਂ ਆ ਜਾਂਦੇ, ਜੂਨ 'ਚ ਆ ਜਾਂਦੇ ਵਿੱਚ। ਅਤੇ ਲੇਕਿਨ ਗੋਲਡੀ ਮਿਹਨਤੀ ਮੁੰਡਾ, ਇਹ 'ਚ ਕੋਈ ਦੋ ਰਾਏ ਨਹੀਂ, ਇੱਕ ਤਾਂ ਉਹ 'ਚ ਨਮਰਤਾ ਹੈ, ਇੱਕ ਉਹ ਮਿਹਨਤੀ ਹੈ, ਔਰ ਪਰਮਾਤਮਾ ਨੇ ਉਹਨੇ ਭਾਗ ਲਾਏ ਆ, ਔਰ ਉਹਨੇ ਆਪਣੇ ਐੱਮ ਐੱਲ ਏ ਵੀ ਰਿਹਾ, ਪਰ ਇਹ ਚੰਗਾ ਫੈਸਲਾ ਲਿਆ ਉਹਨੇ, ਖੈਰ ਇਮੋਸ਼ਨਲ ਹੁੰਦਾ, ਚੰਗਾ ਫੈਸਲਾ ਲਿਆ, ਮਾਨ ਸਾਹਿਬ ਦੀ ਜਿਹੜੀ ਉਹ ਟੀਮ ਦਾ ਹਿੱਸਾ ਬਣਿਆ, ਇਹ ਉਹਦੇ ਲਈ ਭਵਿੱਖ ਲਈ ਬਹੁਤ ਵਧੀਆ ਦਰਵਾਜ਼ੇ ਉਹਦੇ ਖੁੱਲ੍ਹ ਗਏ ਆ। ਕਾਂਗਰਸ ਕਹਿੰਦੀ ਕਿ ਤਾਂ ਖੁਦਕੁਸ਼ੀ ਕਰ ਲਈ ਦਲਵੀਰ ਗੋਲਡੀ ਹੁਣਾਂ ਨੇ, ਆਮ ਆਦਮੀ ਪਾਰਟੀ ਜਾ ਕੇ ਕਾਂਗਰਸ ਛੱਡ ਕੇ? ਨਹੀਂ, ਮੇਰੀ ਗੱਲ ਹੋਈ ਸੀ ਉਹਦੇ ਨਾਲ, ਉਹ ਕਹਿੰਦਾ ਭਾਅ ਜੀ ਵੀ 10-15 ਬੰਦੇ ਆ, ਸਾਰਾ ਆਪ ਹੀ ਫੈਸਲਾ ਲੈਂਦੇ ਆ, ਕਿਸੇ ਨੂੰ ਪੁੱਛਦੇ ਨਹੀਂ, ਗਿੱਛਦੇ ਨਹੀਂ, ਇਹ ਮਤਲਬ ਵੱਡੇ ਅਮੀਰ ਬੰਦੇ ਆ, ਇਹ ਸਾਰੇ ਪੁਰਾਣੇ ਪੋਲੀਟੀਕਲ, ਜਿਹਨਾਂ ਦੇ ਪਿਓ ਦਾਦੇ ਵੀ ਸੀ, ਇਸ਼ਾਰਾ ਜਿਹਨਾਂ ਦਾ ਵੱਲੋਂ ਕਰ ਰਹੇ, ਮੈਂ ਜਾਣਦਾ ਹੀ ਹਾਂ ਕਾਂਗਰਸ 'ਚ ਉਹੀ ਟੋਲਾ ਰਹਿ ਗਿਆ 5-7 ਜਣ। ਕਹਿੰਦਾ ਯਾਰ ਭਾਅ ਜੀ ਕੁਛ ਤਾਂ ਕੁਛ ਨਹੀਂ, ਸਾਨੂੰ ਤਾਂ ਐਂ ਰੱਖਿਆ ਹੋਇਆ, ਅਤੇ ਕਾਂਗਰਸ ਜੋ ਮਰਜ਼ੀ ਕਹੀ ਹੋਵੇ ਕਰੀ ਜਾਵੇ, ਪਰ ਗੋਲਡੀ ਨੇ ਫੈਸਲਾ ਇਸ ਕਰਕੇ ਲਿਆ ਵੀ ਜਦੋਂ ਤੁਸੀਂ ਉਹਦੇ ਸਿਰ 'ਤੇ ਇੱਕ ਤੀਜੇ ਥਾਂ ਤੋਂ ਬੰਦਾ ਬਿਠਾ ਦੂੰਗੇ, ਮਿਹਨਤ ਤੋਂ ਮੁੰਡੇ ਨੇ ਕੀਤੀ ਆ, ਜਦੋਂ ਬਾਈ ਇਲੈਕਸ਼ਨ ਪਾਰਟੀ ਨੂੰ ਲੜਨਾ ਸੀ ਉਹਨੂੰ ਲੜਾਇਆ, ਅਤੇ ਆ ਜਾਓ ਤੁਸੀਂ ਉੱਤੋਂ ਬਿਠਾ ਦਿਓ ਉੱਧਰੋਂ ਇੱਧਰੋਂ ਲਿਆ ਕੇ, ਅਤੇ ਦੁੱਖ ਤਾਂ ਹੁੰਦਾ ਹੀ ਆ, ਪਰ ਮੈਨੂੰ ਲੱਗਦਾ ਵੀ ਉਹ ਗੱਲ ਆ ਵੀ ਪਰਮਾਤਮਾ ਜਿਹਦੀ ਨੀਅਤ ਸਾਫ ਹੈ ਉਹਦੇ ਲਈ ਰਸਤੇ ਬਣਾਉਂਦਾ, ਉਹਨੇ ਚੰਗਾ ਫੈਸਲਾ ਲਿਆ ਆਮ ਆਦਮੀ ਪਾਰਟੀ ਨੂੰ। ਜਦੋਂ ਕੰਗ ਸਾਹਿਬ ਤੁਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਲੈਕਸ਼ਨ ਲੜਦੇ ਸੀਗੇ, ਪ੍ਰਧਾਨ ਵੀ ਰਹੇ ਹੋ, ਉਦੋਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸ਼ੁਰੂਆਤ ਵੇਲੇ ਵੀ ਕਿ ਕੁੜੀਆਂ ਦੇ ਵੋਟ ਮਲਵਿੰਦਰ ਕੰਗ ਹੋਣਾ ਨੂੰ ਬਹੁਤ ਪੈਂਦੇ ਸੀ, ਇਸ ਵਾਰ ਹੁਣ ਜਦੋਂ ਜਾ ਰਹੇ ਹੋ ਕਿ ਬੀਬੀਆਂ ਵੀ ਉਸੇ ਤਰੀਕੇ ਨਾਲ ਵੋਟ ਪਾਉਣਗੀਆਂ ਤੁਹਾਨੂੰ ਜਿਵੇਂ ਕੁੜੀਆਂ ਯੂਨੀਵਰਸਿਟੀ 'ਚ ਵੋਟਾਂ ਪਾਉਂਦੀਆਂ ਸੀ, ਉਵੇਂ ਕੰਗ ਹੋਣਾ ਨੂੰ, ਜਾਂ 1000-1000 ਰੁਪਏ ਵਾਲੀ ਗੱਲਬਾਤ ਕਰਦੀਆਂ ਤੁਹਾਡੇ ਨਾਲ? ਦੇਖੋ, ਕੁੜੀਆਂ ਦੀ ਗੱਲ ਇਹ ਸੀ ਵੀ ਅਸੀਂ ਹੈਗੇ ਹਾਂ ਧੀਆਂ ਭੈਣਾਂ ਵਾਲੇ ਆਪ ਪਰਿਵਾਰਾਂ 'ਚ, ਬਿਕਰਮ ਗੱਲ ਇਹ ਹੈ, ਫਰੋਮ ਦਾ ਫਸਟ ਡੇ ਸਾਡੇ ਦਿਮਾਗ 'ਚ ਇਹ ਗੱਲ ਰਹੀ ਹੈ ਵੀ ਸਾਡੇ ਘਰ ਵੀ ਧੀਆਂ ਭੈਣਾਂ, ਤਾਂ ਅਸੀਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਵੀ ਉਸ ਨਜ਼ਰ ਨਾਲ ਦੇਖਦੇ ਹਾਂ, ਇਸ ਕਰਕੇ ਕੁੜੀਆਂ ਦਾ ਸਤਿਕਾਰ ਕਰੋ ਅਤੇ ਉਹ ਵੀ ਇੱਜ਼ਤ ਕਰਦੀਆਂ, ਨੋ ਡਾਊਟ, ਬਹੁਤ ਮੈਨੂੰ ਉਹਨਾਂ ਦੀ ਸਪੋਰਟ ਹੁੰਦੀ ਸੀ ਕੁੜੀਆਂ ਦੀ, ਕਿਉਂਕਿ ਵੋਟ ਵੈਸੇ ਪਰਸੈਂਟੇਜ ਵੋਟ ਵੀ ਕੁੜੀਆਂ ਜ਼ਿਆਦਾ ਸੀ, ਪਰ ਮੈਨੂੰ ਤਾਂ ਐਵੇਂ ਮੈਂ ਕਹਾਂ ਮੈਨੂੰ ਤਾਂ ਬਹੁਤ ਸਪੋਰਟ ਕਰਦੀਆਂ ਸੀ। ਕੁੜੀਆਂ ਤੁਹਾਨੂੰ ਸਪੋਰਟ ਜ਼ਿਆਦਾ ਕਿਉਂ ਕਰਦੀਆਂ ਸੀ ਯੂਨੀਵਰਸਿਟੀ ਦੇ ਵਿੱਚ? ਨਹੀਂ, ਇਹੀ ਗੱਲ ਸੀ ਨਾ ਵੀ ਅਸੀਂ ਸਤਿਕਾਰ ਉਹਨਾਂ ਨੂੰ ਦੇਣਾ, ਭੈਣਾਂ ਵਾਂਗੂ ਪਰਿਵਾਰ ਵਾਂਗੂ ਦੇਣਾ, ਵੀ ਜਿਸ ਤਰ੍ਹਾਂ ਮੈਂ ਤੁਹਾਨੂੰ ਮੈਂ ਗੱਲ ਹੀ ਮੁਕਾਤੀ ਵੀ ਜਦੋਂ ਅਸੀਂ ਕਿਸੇ ਦੀ ਧੀ ਭੈਣ ਦੇਖਦੇ ਉਦੋਂ ਸਾਨੂੰ ਇਸ ਗੱਲ ਦਾ ਵੀ ਸਾਡੇ ਘਰ ਵੀ ਧੀਆਂ ਭੈਣਾਂ, ਅਤੇ ਇਸ ਜਦੋਂ ਦੇਖੋ ਚੰਗੇ ਲੋਕਾਂ ਨੂੰ ਸਭ ਲੋਕ ਕਰਨ ਉਹਦੇ ਨਾਲ ਲੱਗਦੇ ਆ, ਫਿਰ ਅਸੀਂ ਕੰਮ ਵੀ ਕਰਦੇ ਸੀ ਇਮਾਨਦਾਰੀ ਨਾਲ, ਫਿਰ ਅਸੀਂ ਇਸ ਤਰ੍ਹਾਂ ਦੇ ਹੀ ਸਿੱਧਰੇ ਬਦਰੇ ਸਿੱਧੀ ਗੱਲ ਕਰੀ ਦੀ ਮੂੰਹ 'ਤੇ, ਉਦੋਂ ਵੀ ਯੂਨੀਵਰਸਿਟੀ 'ਚ ਵੀ ਮੈਂ ਦਿਲੋਂ ਹੀ ਬੋਲਦਾ ਸੀ ਜੋ ਬੋਲਦਾ, ਇਹ ਗੱਲ ਸਾਰੇ ਸਟੂਡੈਂਟ ਨੂੰ ਚੰਗੀ ਲੱਗਦੀ ਸੀ ਵੀ ਗੱਲ ਜੋ ਕਰਦਾ ਅੰਦਰੋਂ ਕਰਦਾ ਹੈ, ਚਾਹੇ ਉਹ ਮੇਰੇ ਵਿਰੋਧੀ ਵੀ, ਉਹਨਾਂ ਨੂੰ ਪੁੱਛ ਲਿਓ ਤੁਸੀਂ, ਉਹ ਵੀ ਕਹਿਣਗੇ ਯਾਰ ਗੱਲ ਠੀਕ ਕਰ, ਇਸ ਕਰਕੇ ਉਹ ਕਹਿੰਦਾ ਵੀ ਜਿੱਥੇ ਮੈਂ ਗਲਤ ਹੁੰਦਾ ਸੀ ਮੈਂ ਮੈਨੂੰ
ਮੈਂ ਗਲਤੀ ਮੰਨ ਲੈਂਦਾ ਇਹ ਪਬਲਿਕ ਵਾਲੀ ਵੀ ਆ ਮੇਰੀ ਗਲਤੀ ਹੈ। ਅੱਛਾ ਚਲੋ ਹੁਣ ਬੀਬੀਆਂ ਵੀ ਉਸੇ ਤਰ੍ਹਾਂ ਵੋਟ ਪਾਉਣਗੀਆਂ ਕੰਗ ਹੁਣਾਂ ਨੂੰ ਭਰਾ ਮੰਨ ਕੇ ਜਾਂ ਦੋਸਤ ਮਿੱਤਰ ਜੋ ਵੀ? ਨਹੀਂ ਬਹੁਤ ਬਹੁਤ ਸਾਡੀਆਂ ਮਾਵਾਂ ਭੈਣਾਂ ਅੱਜ ਦੇਖੋ ਤੁਸੀਂ ਸਵੇਰ ਦੇ ਕਿੰਨਾ ਆਸ਼ੀਰਵਾਦ ਮਿਲ ਰਿਹਾ ਪਰਿਵਾਰਾਂ ਵਾਂਗੂ ਆ, ਭਰੋਸਾ ਬਣ ਜਾਂਦਾ ਅਗਲਿਆਂ ਦਾ ਵੀ ਨਾ। ਇਨਸਿਕਿਉਰਿਟੀ ਹੁੰਦੀ ਆ ਬੇਸਿਕਲੀ ਸਾਡੀਆਂ ਭੈਣਾਂ ਮਾਵਾਂ 'ਚ ਕਿ ਕੋਈ ਬੰਦਾ ਪਤਾ ਨਹੀਂ ਕਿਹੜੇ ਕਿੱਥੇ, ਜਦੋਂ ਤੁਸੀਂ ਉਹਨਾਂ ਦਾ ਸਤਿਕਾਰ ਕਰਦੇ ਹੋ ਦਿਲੋਂ ਉਹਨਾਂ ਦੇ ਮਨ 'ਚ ਉਹ ਇੱਕ ਭਰੋਸੇ ਦੀ ਭਾਵਨਾ ਜਾਗਦੀ ਹੈ। ਔਰ ਮੈਨੂੰ ਤਾਂ ਪੂਰੀ ਉਮੀਦ ਹੈ ਬਹੁਤ ਜ਼ਿਆਦਾ ਸਾਨੂੰ ਆਸ਼ੀਰਵਾਦ ਮਿਲ ਰਿਹਾ, ਬਹੁਤ ਵੋਟਾਂ ਮਿਲਣੀਆਂ ਵੇਖਿਓ ਤੁਸੀਂ। ਅੱਛਾ ਇਹ ਚੀਜ਼ ਤੁਸੀਂ ਸੋਚੀ ਸੀ ਕਿ ਸਟੂਡੈਂਟ ਪੋਲੀਟਿਕਸ 'ਚੋਂ ਨਿਕਲ ਕੇ ਮਲਵਿੰਦਰ ਕੰਗ ਕਦੇ ਇਸ ਤਰੀਕੇ ਦੇ ਨਾਲ MP ਇਲੈਕਸ਼ਨ ਵੀ ਲੜਦੇ ਹੋਏ ਨਜ਼ਰ ਆਉਣਗੇ? ਕਦੇ ਵੀ ਨਹੀਂ ਜੀ, ਸੁਪਨੇ 'ਚ ਵੀ ਨਹੀਂ। ਮੈਂ ਤੁਹਾਨੂੰ ਦੱਸਦਾ ਮੇਰੇ ਘਰ ਨਾ ਇੱਕ ਦਿਨ ਨਾ ਮੈਂ ਇੰਡੀਆ ਟੂਡੇ ਅਖਬਾਰ, ਮੈਂ ਸਕੂਲ ਸੀ ਕਿਤੋਂ ਆ ਗਈ ਇੰਡੀਆ ਟੂਡੇ ਅਖਬਾਰ, ਅਖਬਾਰ ਨਹੀਂ ਇੰਡੀਆ ਟੂਡੇ ਮੈਗਜ਼ੀਨ ਹੁੰਦਾ ਰਸਾਲਾ, ਉਹ ਮੈਂ ਪੜ੍ਹ ਰਿਹਾ ਸੀ ਅਤੇ ਮੇਰੇ ਫਾਦਰ ਸਾਹਿਬ ਕਹਿੰਦੇ ਤੂੰ ਆਹ ਕੀ ਰਾਜਨੀਤਿਕ ਕਿਤਾਬਾਂ ਪੜ੍ਹਦਾ ਰਹਿੰਦਾ, ਰਾਜਨੀਤੀ ਨਹੀਂ ਕਰਨੀ ਆਪਣਾ ਤੁਸੀਂ ਨਾ। ਫਾਦਰ ਸਾਹਿਬ ਮੇਰੇ ਕਹਿੰਦੇ ਹੁੰਦੇ ਹੁਣ ਤੁਹਾਨੂੰ ਡੈਥ ਹੋ ਗਈ ਵੀ ਤੁਸੀਂ ਆਹ ਦੀ ਤਿਆਰੀ ਕਰੋ, IAS ਬਣੋ UPSC 'ਚ। ਫਾਦਰ ਸਾਹਿਬ ਨੂੰ ਸਾਡਿਆਂ ਨੂੰ ਹੁੰਦਾ ਸੀ ਵੀ ਚੰਗੇ ਪੜ੍ਹੋ, ਰਾਜਨੀਤੀ ਨਹੀਂ ਕਹਿੰਦੇ। ਮੈਨੂੰ ਉਹਨਾਂ ਨੇ ਕਿਹਾ ਹੋਇਆ, ਮੈਨੂੰ ਉਹਨਾਂ ਦੇ ਸ਼ਬਦ ਯਾਦ ਹੈ, ਉਹਨਾਂ ਨੇ ਮੈਨੂੰ ਕਿਹਾ ਵੀ ਹਾਂਜੀ। ਇੱਕ ਉਹਨਾਂ ਨੇ ਮੈਨੂੰ ਇੱਕ ਗੱਲ ਬਾਅਦ 'ਚ, ਮੈਂ ਪਲੇਅਰ ਸੀ ਨਾ ਅਤੇ ਮੇਰੇ ਫਾਦਰ ਸਾਹਿਬ ਨੂੰ ਬੜਾ ਇਸ ਗੱਲ ਦਾ ਸ਼ੌਂਕ ਸੀ, ਬਾਸਕਟਬਾਲ ਐਕਚੁਅਲ 'ਚ ਗੇਮ ਪਾਪੂਲਰ ਨਹੀਂ ਹੁੰਦੀ, ਉਹ ਪਰ ਉਹਨਾਂ ਨੂੰ ਐਂ ਸ਼ੌਂਕ ਸੀ ਕਿਤੇ ਇਹਦਾ ਟੀ ਵੀ 'ਤੇ ਮੈਚ ਆਵੇ ਤਾਂ ਮੈਂ ਵੇਖਾਂ। ਪਰ ਵੇਖੋ ਪਰਮਾਤਮਾ, ਫਾਦਰ ਸਾਹਿਬ ਦੀ 2013 ਡੈਥ ਹੋ ਗਈ ਅਤੇ ਉਸ ਤੋਂ ਬਾਅਦ ਵੇਖ ਲਓ ਮੈਂ ਰੋਜ਼ ਟੀ ਵੀ 'ਤੇ ਰਹਿੰਦਾ, ਪਰ ਉਹ ਵੇਖਣ ਵਾਲੇ ਨਹੀਂ ਗਏ। ਖੁਸ਼ੀ ਬਹੁਤ ਹੋਣੀ ਸੀ, ਹੈ ਉਹਨਾਂ ਨੂੰ ਖੁਸ਼ੀ ਬਹੁਤ ਹੋਣੀ ਸੀ ਤੁਹਾਨੂੰ ਦੇਖ ਕੇ? ਹਾਂ, ਹੁਣ ਮੈਂ ਤਾਂ ਹਰ ਟਾਈਮ ਹੀ ਟੀ ਵੀ 'ਤੇ ਰਹਿੰਦਾ, ਤੁਹਾਡੇ ਵਰਗੇ ਸਾਥੀ ਪਾਰਟੀ ਨੇ ਮੁੱਖ ਬੁਲਾਰਾ ਬਣਾਇਆ, ਹੁਣ ਤਾਂ 24 ਘੰਟੇ ਟੀ ਵੀ 'ਤੇ ਹੋਈਦਾ। ਪਰ ਉਹਨਾਂ ਨੂੰ ਬੜਾ ਸ਼ੌਂਕ ਸੀ, ਪਰ ਉਹ ਹੁਣ ਆਇਆ ਨਹੀਂ ਦੁਨੀਆਂ 'ਚ ਵੀ ਹੋਈਦਾ। ਹੈ ਪਾਵਰ 'ਚ ਵੀ ਹੈਗੇ ਹੋ? ਦੇਖੋ ਪਾਵਰ ਦਾ ਮਕਸਦ ਇਹ ਹੁੰਦਾ ਆ ਕਿ ਤੁਸੀਂ ਜਿਸ ਜ਼ਿੰਮੇਵਾਰੀ ਲਈ ਤੁਹਾਨੂੰ ਪਾਵਰ ਮਿਲੀ ਉਹਦੇ ਲਈ ਇਹਦਾ ਸਦਉਪਯੋਗ ਕਰਦੇ ਹੋ ਕਿ ਦੁਰਉਪਯੋਗ ਕਰਦੇ ਹੋ। ਅਸੀਂ ਨਮਰਤਾ ਸਹਿਤ ਰੱਬ ਤੋਂ ਡਰ ਕੇ ਕੋਸ਼ਿਸ਼ ਕੀਤੀ ਹੈ, ਜੇ ਕੋਈ ਜ਼ਿੰਮੇਵਾਰੀ ਮਿਲੀ ਹੈ ਤਾਂ ਉਹਨਾਂ ਨੂੰ ਉਹਨੂੰ ਇਮਾਨਦਾਰੀ ਨਾਲ ਨਿਭਾਈਏ ਅਤੇ ਲੋਕਾਂ ਨਾਲ ਜਵਾਬਦੇਹੀ ਨਾਲ ਪੇਸ਼ ਆਈਏ, ਇਸ ਨਜ਼ਰੀਏ ਨਾਲ ਹੀ ਕੀਤੀ ਹੈ। ਇੱਕ ਕਮਿਟਮੈਂਟ ਅਖੀਰਲਾ ਸਵਾਲ ਹੈ ਮੇਰਾ, ਇੱਥੇ ਖਤਮ ਕਰਦੇ ਹਾਂ ਗੱਲਬਾਤ। ਅਖੀਰਲਾ ਕਮਿਟਮੈਂਟ ਇੱਕ ਕੀ ਹੈ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਨੂੰ ਮਲਵਿੰਦਰ ਸਿੰਘ ਕੰਗ ਦਾ, ਸਿੱਧਾ ਸਾਦਾ ਜਾ ਕੋਈ ਵਾਅਦਾ ਦਾਵਾ ਜਿਹੜਾ ਪੂਰਾ ਕਰ ਸਕੋ ਉਹੀ ਕਰਿਓ? ਇੱਕ ਤਾਂ ਸਭ ਤੋਂ ਵੱਡਾ ਵਾਅਦਾ ਤਾਂ ਮੇਰਾ ਇਹ ਹੈ ਵੀ ਮੈਂ ਅਨੰਦਪੁਰ ਸਾਹਿਬ ਵਾਲਿਆਂ ਜਿਹੜੇ ਲੋਕਾਂ ਦੀ ਸਭ ਤੋਂ ਵੱਡੀ ਸ਼ਿਕਾਇਤ ਹੈ ਵੀ ਇੱਥੇ ਜਿਹੜੇ MP ਬਿੰਡ ਦੇ ਵਾਪਸ ਨਹੀਂ ਹੁੰਦੇ, ਇਸ ਗੱਲ ਦਾ ਮੈਂ ਵਾਅਦਾ ਕਰਦਾ ਵੀ ਮੈਂ ਵਾਰ ਵਾਰ ਉਹਨਾਂ ਕੋਲ ਆਊਂਗਾ, ਉਹਨਾਂ ਦੇ ਪਿੰਡਾਂ 'ਚ ਆਊਂਗਾ, ਜਦੋਂ ਉਹਨਾਂ ਨੂੰ ਜ਼ਰੂਰਤ ਹੋਊਗੀ ਉੱਥੇ ਮੌਜੂਦ ਰਹੂੰਗਾ ਸੁੱਖ ਦੁੱਖ 'ਚ, ਔਰ ਨੀਤੀਗਤ ਫੈਸਲੇ 'ਚ ਪਾਰਲੀਮੈਂਟ 'ਚ ਵੀ ਠੋਕ ਵਜਾ ਕੇ ਉਹਦੀ ਨੁਮਾਇੰਦਗੀ ਕਰੂੰਗਾ। ਇਹ ਸਭ ਤੋਂ ਵੱਡਾ ਵੈਕਿਊ ਮੈਂ ਵੀ ਇਹ ਉਹਨਾਂ ਦਾ ਲਾਂਭਾ ਲਾ ਦੇਣਾ ਮੈਂ ਜਿਹੜੇ ਬਾਕੀ MP ਦਾ ਪੁਰਾਣਿਆਂ ਦਾ ਸੀ ਵੀ ਆਏ ਨਹੀਂ। ਔਰ ਦੂਜਾ ਇਹ ਆ ਵੀ ਕੰਮ ਬੜੇ ਕਰਨ ਵਾਲੇ ਆ, ਸਾਡੇ ਇਸ ਏਰੀਏ ਨੂੰ ਖੇਡਾਂ ਦਾ ਹੱਬ ਬਣਾਵਾਂਗੇ ਖੇਡਾਂ ਦਾ। ਅਤੇ ਇੱਕ ਬੰਗਾ ਤੋਂ ਅਨੰਦਪੁਰ ਸਾਹਿਬ ਵਾਲੀ ਰੋਡ ਦਾ ਨਾ ਮੁੱਦਾ ਬੜੀਆਂ ਇਹਨਾਂ ਨੇ ਲਾਰੇ ਲਾਏ ਆ, ਉਹ ਲੋਕਾਂ 'ਚ ਇੱਕ ਇਸ਼ੂ ਬਣ ਗਿਆ। ਵੈਸੇ ਰੂਟੀਨ ਦੀ ਗੱਲ ਹੈ, ਕੋਈ ਵੱਡੀ ਗੱਲ ਨਹੀਂ ਹੁੰਦੀ ਇਹ, ਪਰ ਮੈਂ ਉਦਨ ਕਿਹਾ ਹੈ ਉਦਨ ਨਵੇਂ ਸ਼ਹਿਰ ਬੰਗੇ ਵੀ ਜੇ ਬੰਗਾ ਤੋਂ ਅਨੰਦਪੁਰ ਸਾਹਿਬ ਵਾਲੀ ਰੋਡ ਨਾ ਬਣੀ 4 ਲੇਨ ਮੇਰੀ ਟਨਿਊਰ ਜਿਹੜੀ ਤੁਸੀਂ ਮੈਨੂੰ ਦੇਣੀ ਹੈ, ਤਾਂ ਫਿਰ ਮੈਂ ਅਗਲੀ ਵਾਰ ਵੋਟ ਮੰਗਣ ਨਹੀਂ ਆਊਂਗਾ, ਔਰ ਮੈਂ ਇਸ ਮਾਮਲੇ 'ਚ ਕਮਿਟਮੈਂਟ ਦਾ ਪੱਕਾ ਹੈ। ਭਗਵੰਤ ਮਾਨ ਹੁਣਾਂ ਦੀ ਸਰਕਾਰ ਦੇ 2 ਸਾਲ ਦੇਖ ਕੇ ਮਲਵਿੰਦਰ ਕੰਗ ਨੂੰ ਵੋਟਾਂ ਪੈਣਗੀਆਂ? ਭਗਵੰਤ ਮਾਨ ਜੀ ਦੀ ਸਰਕਾਰ ਦੇ 2 ਸਾਲਾਂ ਦੇ ਕੰਮਾਂ ਨੂੰ ਵੇਖ ਕੇ ਹੀ ਮੈਨੂੰ ਵੋਟਾਂ ਪੈਣੀਆਂ। ਇਹ ਜਿਹੜੀਆਂ ਵੋਟਾਂ ਆ ਇਹ ਮਾਨ ਸਾਹਿਬ ਦੀ ਕਾਰ ਸਰਕਾਰ ਦੀ ਉਪਲਬਧੀਆਂ 'ਤੇ ਲੋਕਾਂ ਨੇ ਮੋਹਰ ਲਾਉਣੀ ਹੈ, ਔਰ ਮੋਦੀ ਦੀ ਤਾਨਾਸ਼ਾਹੀ ਨੂੰ ਜਵਾਬ ਦੇਣਾ। ਸੁਭਾਵਿਕ ਜੀ ਗੱਲ ਹੈ, ਅੱਜ ਕੱਲ੍ਹ ਲੋਕ ਸਿਆਣੇ ਆ, ਲਾਈ ਲੱਗ ਨਹੀਂ ਕਿ ਲੋਕਾਂ ਨੇ
ਕੈਂਡੀਡੇਟ ਦਾ ਕਰੈਕਟਰ ਕਿਰਦਾਰ ਵੀ ਦੇਖਣਾ, ਉਹਦੀ ਕਾਬਲੀਅਤ ਵੀ ਕਿੰਨੀ ਕੁ ਹੈ, ਇਹ ਵੀ ਫੈਕਟਰ ਹੈ। ਲੇਕਿਨ ਵੋਟ ਜਿਹੜੀ ਆ ਉਹ ਮਾਨ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਦੀਆਂ ਉਪਲਬਧੀਆਂ ਕਰਕੇ ਔਰ ਸਾਡੇ ਲੀਡਰ ਭਗਵੰਤ ਮਾਨ ਕਰਕੇ ਹੀ ਸਾਨੂੰ ਪੈਣੀ। ਮਲਵਿੰਦਰ ਕੰਗ ਲੋਕਾਂ 'ਚ ਜਾਣਗੇ, ਪਿੜ ਛੱਡ ਕੇ ਭੱਜਦੇ ਨਜ਼ਰ ਤਾਂ ਨਹੀਂ ਆਉਣਗੇ? ਕਿਤੇ ਲੋਕ ਜਾਣ ਤਾਂ ਮਲਵਿੰਦਰ ਕੰਗ ਹੁਣੀ ਕਹਿਣ ਕਿ PA ਕਵੇ ਕਿ ਜੀ ਕੰਗ ਸਾਹਿਬ ਤਾਂ ਬਾਹਰ ਵਿਦੇਸ਼ ਘੁੰਮਣ ਗਏ ਹੋਏ MP ਬਣਨ ਤੋਂ ਬਾਅਦ? ਨਹੀਂ, ਵਿਦੇਸ਼ ਜਾਣ ਦਾ ਘੁੰਮਣ ਦਾ ਸ਼ੌਂਕ ਵੀ ਨਹੀਂ ਗਾ, ਪਰ ਇਹ ਆ ਵੀ ਮੈਂ ਇਹ ਗੱਲ ਤੁਹਾਨੂੰ ਆਲਰੇਡੀ ਕਹਿ ਚੁੱਕਿਆ, ਸਭ ਤੋਂ ਵੱਡਾ ਲਾਂਭਾ ਤਾਂ ਇਹੀ ਲੋਕਾਂ ਦਾ ਜਿਹੜਾ ਮੈਂ ਲਾਊਂਗਾ, ਵੀ ਵਾਰ ਵਾਰ ਜਿਹੜਾ ਲੋਕਾਂ ਜਾਵਾਂਗੇ, ਲੋਕਾਂ ਦਾ ਆਸ਼ੀਰਵਾਦ ਲਵਾਂਗੇ, ਪਿਆਰ ਲਵਾਂਗੇ, ਸੁਝਾਵ ਲਵਾਂਗੇ ਔਰ ਕੰਮ ਵੀ ਕਰਾਂਗੇ। ਧੰਨਵਾਦ ਸਾਹਿਬ, ਬਹੁਤ ਬਹੁਤ ਧੰਨਵਾਦ। ਤਾਂ ਮਲਵਿੰਦਰ ਸਿੰਘ ਕੰਗ ਸਾਡੇ ਨਾਲ ਸੀਗੇ, ਲਗਾਤਾਰ ਪਿੰਡਾਂ ਦੇ ਵਿੱਚ ਜਾ ਰਹੇ ਨੇ ਔਰ ਕਹਿੰਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੀ ਸਰਕਾਰ ਦੇ 2 ਸਾਲਾਂ ਦਾ ਕਾਰਜਕਾਲ ਦੇਖਦਿਆਂ ਹੋਇਆਂ ਲੋਕ ਇਹਨਾਂ ਨੂੰ ਵੋਟ ਪਾਉਣਗੇ ਔਰ ਨਾਲ ਹੀ ਇਹਨਾਂ ਨੇ ਕਿਹਾ ਕਿ ਮੈਂ ਉਹਨਾਂ ਲੋਕਾਂ ਵਿੱਚੋਂ ਨਹੀਂ ਜਿਹੜੇ ਲੋਕ ਇੱਥੋਂ MP ਬਣਦੇ ਰਹੇ ਔਰ ਉਸ ਤੋਂ ਬਾਅਦ ਕਦੇ ਲੋਕਾਂ ਦੇ ਵਿੱਚ ਗਏ ਨਹੀਂ। ਉਹਨਾਂ ਨੇ ਲੋਕਾਂ ਦੇ ਨਾਲ ਧੋਖਾ ਕੀਤਾ, ਉਹਨਾਂ ਨੇ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਸੀ ਉਹਨਾਂ 'ਤੇ ਖਰੇ ਨਹੀਂ ਉਤਰੇ, ਇਸ ਕਰਕੇ ਲੋਕ ਉਹਨਾਂ ਦੀਆਂ ਗੱਲਾਂ 'ਤੇ ਯਕੀਨ ਨਾ ਕਰਕੇ ਮਲਵਿੰਦਰ ਸਿੰਘ ਕੰਗ ਦੀਆਂ ਗੱਲਾਂ 'ਤੇ ਭਰੋਸਾ ਕਰਨਗੇ। ਵੋਟਾਂ ਦੇ ਦਿਨ ਨਜ਼ਦੀਕ ਆ ਰਹੇ ਆ, 1 ਤਰੀਕ ਨੂੰ ਵੋਟਾਂ ਪੈਣੀਆਂ ਔਰ ਉਸ ਤੋਂ ਬਾਅਦ ਰਿਜ਼ਲਟ ਵੀ ਆ ਜਾਣਾ। ਦੇਖਣਾ ਕਿ ਲੋਕ ਮਲਵਿੰਦਰ ਸਿੰਘ ਕੰਗ 'ਤੇ ਭਰੋਸਾ ਕਰਦੇ ਆ ਜਾਂ ਫਿਰ ਹੋਰ ਕਿਸੇ ਪਾਰਟੀ ਨੂੰ ਚੁਣਦੇ ਆ, ਕਿਉਂਕਿ ਜਿਹੜੀਆਂ ਪਾਰਟੀਆਂ ਚੱਲਦੀਆਂ ਆਈਆਂ ਰਵਾਇਤੀ ਪਾਰਟੀਆਂ ਅਤੇ ਲਗਾਤਾਰ ਆਮ ਆਦਮੀ ਪਾਰਟੀ ਕਹਿੰਦੀ ਆ ਰਹੀ ਹੈ ਕਿ ਇਹਨਾਂ ਪਾਰਟੀਆਂ ਨੂੰ ਤਾਂ ਦੇਖ ਲਿਆ, ਹੁਣ ਸਾਡੇ ਵੱਲ ਵੀ ਦੇਖ ਲਓ। ਦੇਖਣਾ ਇਹ ਹੈ ਕਿ ਲੋਕ ਕਿਹਦੇ 'ਤੇ ਭਰੋਸਾ ਕਰਦੇ ਆ ਔਰ ਖਾਲਸੇ ਦੀ ਇਸ ਜਨਮ ਸਥਲੀ ਤੋਂ ਲੋਕ ਕਿਸ ਨੂੰ MP ਚੁਣਨਗੇ। ਕੈਮਰਾ ਪਰਸਨ ਜਸ਼ਨ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ TV, ਸ਼੍ਰੀ ਅਨੰਦਪੁਰ ਸਾਹਿਬ।